ਆਪ ਦੀ ਵੀਡੀਓ ਤੁਸੀਂ ਫੂਡ ਵੀਡੀਓ ਬੰਦੀ ਪਈ ਤੁਹਾਡੀ, ਤੁਹਾਨੂੰ ਦਿਖੀ ਵੀ ਜਾਂਦਾ ਵੀ ਅਸੀਂ ਆ ਉਹ ਕਿਹਨੂੰ ਦਿਖਾਣੀ ਆ? ਲੋਕਾਂ ਨੇ ਆਪਣੇ ਕਮਰਿਆਂ ਦੇ ਵਿੱਚ ਆਪ ਹੀ ਵੀਡੀਓ ਵਾਇਰਲ ਕਰਤੀ। ਉਹ ਉਹਨਾਂ ਦੀ ਬੜੀ ਵੱਡੀ ਬੇਵਕੂਫੀ ਜਿਹੜੀ ਉਹਨਾਂ ਨੇ ਬਣਾਈ। ਕੁੱਲੜ ਪੀਦੇ ਵਾਲਿਆਂ ਤੋਂ ਗਲਤੀ ਹੋਈ ਆ, ਨੋ ਡਾਊਟ, ਉਹਨਾਂ ਨੇ ਵੀਡੀਓ ਬਣਾ ਲਈ ਆ। ਪਰ ਭਾਜੀ ਤੁਸੀਂ ਆਪ ਸੋਚੋ, ਮਰੀ ਤੋਂ ਮਰੀ ਜ਼ਮੀਰ ਵਾਲਾ ਬੰਦਾ ਵੀ ਨਹੀਂ ਕਹੂਗਾ ਮੇਰੀ ਵਾਈਫ ਦੀ ਵੀਡੀਓ ਇੱਦਾਂ ਵਾਇਰਲ ਹੋ ਜਾਵੇ। ਉਹਦੀ ਵਾਈਫ ਕਹਿੰਦੀ ਮੈਂ ਅੰਕਲ ਜੀ ਮਰਨਾ, ਮੈਂ ਉਹਨੂੰ ਰੋਟੀ ਖਵਾ ਕੇ ਆਇਆ, ਉਦਾਂ ਦੋਨਾਂ ਨੇ ਮਰ ਜਾਣਾ ਸੀ ਜੇ ਉਹਨਾਂ ਨੂੰ ਨਾ ਹੌਸਲਾ ਦਿੰਦਾ ਨਾ, ਉਹਨਾਂ ਨੇ ਮਰ ਜਾਣਾ ਸੀ ਭਾਜੀ। ਉਹਨਾਂ ਦੀ ਵਰਡਿੰਗ ਇਹ ਸੀ ਅੰਕਲ ਅਸੀਂ ਮਰ ਜਾਣਾ। ਮੈਂ ਉਹਨੂੰ ਕਹਿ ਕੇ ਆਇਆ ਸੀ ਤੂੰ ਆਪਦੀ ਵਾਈਫ ਤੋਂ ਪਾਸੇ ਨਾ ਹੋਈ 2 ਮਿੰਟ ਲਈ ਵੀ, ਇਹਨੇ ਸੱਚੀ ਮਰ ਜਾਣਾ ਜੋ ਉਹਦੀ ਕੰਡੀਸ਼ਨ। ਪਰ ਗੱਲ ਕਰਦੇ ਹੋ ਵਾਇਰਲ ਹੋਈ ਸੀ ਕੁੜੀ ਦੀ ਇੱਕ ਦੀ ਵੀਡੀਓ, ਉਹ ਤਾਂ ਕੁੱਲੜ ਪੀਜੇ ਨਾਲੋਂ ਵੀ ਵੱਧ ਬੇਵਕੂਫੀ ਹੈ। ਤੂੰ ਤਾਂ ਵਿਆਹੀ ਵੀ ਨਹੀਂ ਹੋਈ, ਮੁੰਡਾ ਵੀ ਬਗਾਨਾ ਵਾ। ਸਾਡੇ ਰੇਤ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ, ਉਹ ਐਡਮਿਟ ਹੋ ਗਈ, ਬਿਮਾਰ ਹੋ ਗਈ। ਮੈਂ ਉਹਨੂੰ ਇੱਕ ਹੀ ਕਾਲ ਕੀਤੀ, ਪੁੱਤ ਤੇਰੇ ਨਾਲ ਆ। ਉਹਨੂੰ ਨੇ ਕਿਹਾ ਫਿਰ ਆਪਾਂ ਜੇ ਆਪਾਂ ਲੋਕਾਂ ਦੀ ਗੱਲ ਕਰ ਦੱਸੀ ਆ ਨਾ ਭਾਜੀ ਕਿ ਮੈਂ ਨੈਰੋ ਮਾਈਂਡਡ ਨਹੀਂ ਹੈਗਾ ਗਾ, ਸਾਰਿਆਂ ਨੂੰ ਪਤਾ ਉਹ ਪ੍ਰੈਗਨੈਂਟ ਆ, ਸਾਡੇ ਵਲੌਗ 'ਚ ਪਤਾ ਲੱਗਦਾ ਪਿਆ, ਲੋਕ ਪੁੱਛਦੇ ਪਏ ਮੋਟੀ ਹੋ ਗਈ ਇਹ ਵੋ, ਪਤਾ ਪ੍ਰੈਗਨੈਂਟ ਆ। ਇਹਦੇ ਕਮੈਂਟ ਆਉਂਦਾ ਹੁੰਦਾ ਬੁੱਢੀ ਹੋ ਗਈ, ਫਿਰ ਮੈਂ ਉਹਦੀ ਆਈ ਡੀ ਖੋਲ੍ਹ ਕੇ ਦੇਖਿਆ, ਉਹ 24-25 ਸਾਲ ਦੀ ਬੁੱਢੀ ਲੱਗੀ ਆ। ਮੈਂ ਕਿਹਾ ਮੈਨੂੰ ਤਾਂ ਇਹ ਜਵਾਨ ਲੱਗਦੀ ਆ। ਉਹ ਗੋਲੀ ਚੱਲ ਗਈ, ਉਹ ਨਾਜਰਾ ਗੋਲੀ ਚੱਲ ਗਈ, ਉਹਨਾਂ ਨੇ ਭਾਈ ਫਾਇਰ ਕੱਟਣੇ ਸ਼ੁਰੂ ਕਰਤੇ। ਮੇਰੀ ਦੁਕਾਨ ਵਾਲਾ ਮੁੰਡਾ ਕਹਿੰਦਾ ਭਾਜੀ ਕਹਿੰਦਾ ਆਹ ਫਟੀ ਆ ਆਪਣੀ ਆ ਸਾਨੀਆਂ। ਮੈਂ ਕਿਹਾ ਨਹੀਂ ਗੋਲੀਓ ਹੀ ਚੱਲੀ ਆ। ਮੈਂ ਕਿਹਾ ਤੈਨੂੰ ਕੁੱਟ ਦੇਣਗੇ, ਤੂੰ ਕਹਿ ਗੋਲੀਓ ਹੀ ਚੱਲੀ ਆ। ਭਾਜੀ ਉਹਨਾਂ ਨੇ 250 ਫਾਇਰ ਕੱਢਤਾ ਜੱਟਾਂ ਨੇ। ਇਹ ਫੇਮ ਭਾਲਦਾ, ਇਹ ਐ ਕਰਦਾ, ਇਹ ਏਦਾਂ। ਮੈਂ ਕਿਹਾ ਭਰਾਵਾ 1 ਲੱਖ ਰੁਪਇਆ ਲਾ ਕੇ ਕੌਣ ਫੇਮ ਭਾਲੂਗਾ? ਫੇਮ ਲਈ ਤਾਂ ਮੈਂ ਕੋਈ ਮਾੜੀ ਜਿਹੀ ਉਹੋ ਜਿਹੀ ਕੰਟਰੋਵਰਸੀ ਖੜੀ ਕਰ ਦਿੰਦਾ ਵਾ, ਫੇਮ ਤਾਂ ਆਪੇ ਮਿਲ ਜਾਣਾ। ਅੱਜ ਸਾਡੇ ਨਾਲ ਜਿਹੜਾ ਨਰੂਲਾ ਕਪਲ ਨੇ ਉਹ ਪਹੁੰਚੇ ਹੋਏ ਨੇ, ਸਵਾਗਤ ਕਰਦੇ ਆ ਇਹਨਾਂ ਦਾ। ਜੀ ਆਇਆਂ ਆਖਦੇ ਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਕਿਰਪਾ ਜੀ ਮਾਲਕ ਦੀ ਫੁੱਲ। ਅੱਛਾ ਮੈਨੂੰ ਮੇਰਾ ਪਹਿਲਾ ਸਵਾਲ ਹੀ ਆ, ਮਤਲਬ ਮੇਰੇ ਮਨ 'ਚ ਬਹੁਤ ਚਿਰ ਦਾ, ਲੋਕਾਂ ਦਾ ਵੀ ਹੁੰਦਾ ਵੀ ਨਰੂਲਿਆਂ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਆ? ਨਰੂਲਿਆਂ ਕੋਲ ਹੈ ਥੋੜ੍ਹੇ ਲੱਗਦੇ ਵਾਲੇ ਆ। ਨਹੀਂ ਜਦੋਂ ਦੇਖੀ ਤਾਂ ਤੁਸੀਂ ਕਿਸੇ ਨੂੰ ਵੰਡ ਰਹੇ ਹੋ, ਮਤਲਬ ਐਂ ਤਾਂ ਕੋਈ ਦੁਕਾਨ ਵਾਲਾ ਨਾ ਰੂੰਗਾ ਕੇ ਦਿੰਦੇ ਹੁੰਦੇ ਸੀ ਵੀ ਐਂ ਕੋਈ ਰੂੰਗਾ ਨਹੀਂ ਦਿੰਦਾ। ਸਾਨੂੰ ਆਂਦੇ ਆ ਸੋਸ਼ਲ ਮੀਡੀਆ ਤੋਂ, ਬਟ ਮੈਂ ਹਮੇਸ਼ਾ ਇਹ ਸੋਚਦਾ ਕਿ ਇਹ ਪੈਸਾ ਮੇਰਾ ਨੀ, ਪਰਮਾਤਮਾ ਨੇ ਦਿੱਤਾ ਵਾ। ਠੀਕ ਹੈ, ਜਾਣਾ ਜਿੱਦਣ ਖਾਲੀ ਹੱਥ ਜਾਣਾ, ਆਪਦੇ ਪਰਿਵਾਰ ਜੋਗਾ ਓਨਾ ਕੁ ਰੱਖ ਕੇ। ਤੁਸੀਂ ਮੇਰਾ ਬੈਂਕ ਬੈਲੈਂਸ ਦੇਖੋਗੇ 5-7 ਲੱਖ ਹੀ ਹੋਣਾ ਬਸ। ਅੱਛਾ, ਓਨਾ ਕੁ ਰੱਖ ਕੇ, ਬਾਕੀ ਲੋੜਵੰਦਾਂ ਲਈ ਜਿਹਨੂੰ ਚਾਹੀਦਾ ਜਿੰਨਾ। ਮੇਰਾ ਤੁਸੀਂ ਮੋਬਾਈਲ ਦੇਖ ਲਓ, ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਹੈਲਪ 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 ਮੈਸੇਜ ਆਉਂਦੇ ਆ, ਉਹਦੇ ਵਿੱਚ ਇੱਕ ਛਾਂਟ ਲਈਦਾ ਹਫ਼ਤੇ ਕੁ ਬਾਅਦ। ਅੱਛਾ, ਫਿਰ ਕਿਸੇ ਦੀ ਫੀਸ ਦਾ ਹੋ ਗਿਆ ਜਾਂ ਕੁਛ, ਬਸ ਉਹ ਕਰੀ ਜਾਈਦਾ ਥੋੜ੍ਹਾ। ਨਹੀਂ ਪਰ ਚੰਗਿਆਂ ਦੇ ਵਿੱਚ ਕਈ ਵਾਰੀ ਮਾੜੇ ਵੀ ਹੁੰਦੇ ਆ, ਮਤਲਬ ਜਿਹੜੇ ਲੋਕਾਂ ਦਾ ਫਾਇਦਾ ਚੱਕਦੇ ਆ ਹਨਾ, ਭੋਲੇ ਭਾਲੇ, ਜਾਂ ਜਿਵੇਂ ਤੁਸੀਂ ਯਕੀਨ ਅੱਖਾਂ ਮੀਚ ਕੇ, ਉੱਦਾਂ ਦਾ ਕੁਛ ਮੈਨੂੰ ਇੰਸੀਡੈਂਟ ਹੋਇਆ ਤਾਂ ਜ਼ਰੂਰ ਦੱਸਿਓ, ਤਾਂ ਕਿ ਲੋਕ ਥੋੜ੍ਹਾ ਅਵੇਅਰ ਹੋ ਜਾਣ ਕਿ ਤੁਸੀਂ ਕਿੱਦਾਂ ਪਛਾਣ ਕਰਦੇ ਹੋ ਕਿ ਇਹ ਬੰਦਾ ਜੈਨੂਅਨ ਆ ਕਿ ਤੁਹਾਡੇ ਨਾਲ ਵੀ ਕਿਤੇ ਮਦ ਦੇ ਨਾਂ 'ਤੇ ਠੱਗੀ ਮਾਰ ਗਿਆ ਕੋਈ। ਪਹਿਲਾਂ ਭਾਜੀ ਜਦੋਂ ਅਸੀਂ ਨਵੇਂ ਨਵੇਂ ਸੀ, ਉਦੋਂ ਇਮੋਸ਼ਨਲ ਬਾਲੇ ਹੁੰਦੇ ਸੀ, ਨਹੀਂ ਪਤਾ ਲੱਗਦਾ ਸੀ। ਜਿਵੇਂ 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 ਟਾਈਮ ਲੰਘਦਾ ਗਿਆ, ਫਿਰ ਹੌਲੀ 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 ਸਮਝ ਆਉਣੀ ਸ਼ੁਰੂ ਹੋਈ। ਫਿਰ ਸਾਡੇ ਕੋਲ ਇੱਕ ਲੜਕਾ ਹੈਗਾ ਵਿਸ਼ਾਲ ਜੀ ਆ, ਠੀਕ ਹੈ, ਅਸੀਂ ਉਹਨਾਂ ਨੂੰ ਭੇਜ ਕੇ ਇੰਕੁਆਇਰੀ ਕਰਦੇ ਹਾਂ ਪਹਿਲਾਂ। ਪਹਿਲਾਂ ਇੰਕੁਆਇਰੀ ਕਰਦੇ ਹਾਂ, ਠੀਕ ਹੈ। ਸੋ ਉਹਦੇ ਵਿੱਚੋਂ 70 ਫੇਕ ਨਿਕਲਦੇ ਆ, 30% ਸਹੀ ਹੁੰਦੇ ਆ ਜਿਹਨਾਂ ਨੂੰ ਵਾਕਈ ਹੈਲਪ ਦੀ ਲੋੜ ਆ। ਅੱਛਾ, ਹੁਣ ਕਈ ਇੱਦਾਂ ਦੇ ਮੈਸੇਜ ਆਉਂਦੇ, ਅੰਕਲ ਮੈਂ ਬਾਹਰ ਜਾਣਾ, ਮੇਰੇ ਕੋਲ 6 ਲੱਖ ਘਟਦਾ। ਠੀਕ ਹੈ,
ਅਸੀਂ ਉਹਨੂੰ ਜ਼ਿਆਦਾ ਕਹਿੰਦੇ ਹਾਂ ਕਿ ਕਿਸੇ ਦੀ ਮੰਨ ਲਓ ਕੋਈ ਬਿਮਾਰੀ ਨਾਲ ਜੂਝ ਰਿਹਾ ਉਹਨੂੰ ਦੇ ਦਿਓ, ਕਿਸੇ ਦੀ ਛੱਤ ਟਪਕਦੀ ਪਈ ਆ ਉਹਦਾ ਘਰ ਠੀਕ ਕਰਾ ਦਿਓ, ਜਾਂ ਕਿਸੇ ਨੂੰ ਸਟੱਡੀ ਲਈ ਸਾਨੂੰ ਬਹੁਤ ਜ਼ਿਆਦਾ ਕਿਉਂਕਿ ਬੱਚਿਆਂ ਦੀ ਸਟੱਡੀ ਵਧੀਆ ਹੋਵੇ ਸਟੱਡੀ ਲਈ ਕਰ ਦੇਈਦਾ। ਅੱਛਾ, ਇਸ ਉਮਰ ਦੇ ਵਿੱਚ ਕਿੱਦਾਂ ਤੁਸੀਂ ਖੁਸ਼ ਰਹਿੰਦੇ ਹੋ? ਕਿਉਂਕਿ ਜੇ ਇਸ ਉਮਰ ਜਦੋਂ ਇਹੋ ਜਿਹੀ ਉਮਰ ਹੁੰਦੀ ਹੈ ਨਾ, ਥੋੜ੍ਹੀ ਜਿਹੀ ਹੈ ਨਾ ਮਚਿਓਰ ਜਿਹੀ ਉਮਰ ਹੁੰਦੀ ਆ, ਤਾਂ ਲੋਕ ਫਿਕਰਾਂ 'ਚ ਫਸੇ ਹੁੰਦੇ ਨੇ, ਮਤਲਬ ਬਾਲ ਚੜ ਜਾਂਦੇ ਨੇ ਕਿਸੇ ਦੇ, ਹੈ ਨਾ, ਕਿਸੇ ਨੂੰ ਐਂ ਨਹੀਂ ਸੋਚਦਾ ਵੀ ਕੱਲ੍ਹ ਨੂੰ ਕੀ ਕਰਨਾ, ਜ਼ਿੰਦਗੀ ਬੜੀ ਰਫ ਟਫ ਜਿਹੀ ਹੋ ਜਾਂਦੀ ਆ। ਇੱਕ ਖੁਸ਼ੀ ਦਾ ਫਾਰਮੂਲਾ ਕੀ ਹੈ? ਖੁਸ਼ੀ ਦਾ ਜੀ ਦੇਖੋ, ਤੁਸੀਂ ਦੱਸੋ। ਮੈਂ ਤਾਂ ਡਰਦਾ ਹੀ ਖੁਸ਼ ਰਹਿੰਦਾ ਜੀ, ਮੈਂ ਤਾਂ ਦੋਨਾਂ ਨੇ ਸਿਸਟਮ ਕਿ ਬਿੰਦੂ ਜੇ ਆਪਾਂ ਲੜਦੇ ਆ ਮਨਾਉਣਾ ਤੂੰ ਆ, ਤੇ 5 ਮਿੰਟ ਤੋਂ ਬਾਅਦ ਆਪਾਂ ਲੜਾਈ ਰੱਖਣੀ ਨੀ, ਕਿਉਂਕਿ ਜੇ ਭਾਜੀ ਇਹਨੂੰ ਵਧਾਈਏ ਨਾ ਤਾਂ ਜਿੱਡੀ ਮਰਜ਼ੀ ਲੰਬੀ ਲੈ ਲਓ, ਲੱਸੀ ਤੇ ਲੜਾਈ, ਹਾਂ ਲੱਸੀ ਤੇ ਲੜਾਈ ਜਿੰਨੀ ਮਰਜ਼ੀ ਵਧਾ ਲਓ। ਸਾਨੂੰ ਐਂ ਹੁੰਦਾ ਇੱਕ, ਮੈਨੂੰ ਇਹ ਆ ਭਾਜੀ ਪਤਾ ਨਹੀਂ ਕਿੱਦਣ ਚਲੇ ਜਾਣਾ, ਫਿਰ ਚਾਹੇ ਸਾਨੂੰ ਲੋਕ ਜੋ ਮਰਜ਼ੀ ਕਹੀ ਜਾਣੇ, ਆਹ ਉਮਰੇ ਰੀਲਾਂ ਬਣਾਉਂਦੇ ਆ, ਇਹਦੇ ਕਮੈਂਟ ਆਉਂਦਾ ਹੁੰਦਾ ਬੁੱਢੀ ਹੋ ਗਈ। ਫਿਰ ਮੈਂ ਉਹਦੀ ਆਈਡੀ ਖੋਲ੍ਹ ਕੇ ਦੇਖਿਆ, ਉਹ 24-25 ਸਾਲ ਦੀ ਬੁੱਢੀ ਲੱਗੀ ਆ, ਮੈਂ ਕਿਹਾ ਮੈਨੂੰ ਤਾਂ ਇਹ ਜਵਾਨ ਲੱਗਦੀ ਆ। ਨਹੀਂ ਪਰ ਇੱਕ ਦੂਜੇ ਨੂੰ ਵੇਖ ਕੇ ਵੀ ਤਾਂ ਬੰਦਾ ਜਵਾਨੀ 'ਚ ਰਹਿੰਦਾ। ਅਸੀਂ ਆਉਣ ਲੱਗੇ, ਪਹਿਲਾਂ ਰੀਲ ਬਣਾਉਣੀ ਸੀ, ਅਸੀਂ ਹੋ ਗਏ ਲੇਟ। ਅੱਛਾ, ਅਸੀਂ ਰੀਲ ਬਣਾ ਕੇ ਆਉਣੀ ਸੀ ਆਉਂਦੇ ਆਉਂਦੇ, ਅਸੀਂ ਲੇਟ ਹੋ ਗਏ, ਨਹੀਂ ਤਾਂ ਉਹ ਵੀ ਤੁਸੀਂ ਅੱਜ ਵਾਲੀ ਵੀ ਦੇਖ ਲੈਣੀ ਸੀ। ਅਸੀਂ ਹਰ ਪਲ ਨੂੰ ਇੰਜੋਏ ਕਰਦੇ ਹਾਂ ਭਾਜੀ, ਹਰ ਪਲ ਨੂੰ। ਅੱਛਾ, ਮਤਲਬ ਲੋਕ ਤੁਹਾਨੂੰ ਫੋਨ ਮੈਸੇਜ ਕਰਦੇ ਆ ਕਿ ਸਾਨੂੰ ਵੀ ਥੋੜ੍ਹਾ ਜਿਹਾ ਗਾਈਡ ਕਰੋ, ਜਾਂ ਤੁਹਾਨੂੰ ਕੋਈ ਲੇਡੀਜ਼ ਕਰਦੀਆਂ ਵੀ ਮੇਰੇ ਘਰ ਤਾਂ ਸੜਿਆ ਰਹਿੰਦਾ, ਭੱਜ ਵੱਢ ਖਾਣ ਨੂੰ ਪੈਂਦਾ? ਤੁਸੀਂ ਕਮੈਂਟ ਪੜ੍ਹ ਲਓ ਭਾਜੀ, ਤੁਹਾਨੂੰ ਕਮੈਂਟਾਂ 'ਚ ਹੀ ਪਤਾ ਲੱਗ ਜੂ। ਸੋਚੋ ਇੱਕ ਦੋ ਗਲਤ ਕਮੈਂਟ ਆਉਂਦੇ, ਪੁੱਠਾ ਬੋਲਦੇ ਕਿ ਤੁਸੀਂ ਬੁੱਢੇ ਹੋ ਗਏ, ਯੇ ਉਹ। ਮੈਂ ਕਿਹਾ ਵੀ ਸਾਨੂੰ ਤਾਂ ਲੱਗਦਾ ਨਹੀਂ, ਪਰ ਅਸੀਂ ਕਿਸੇ ਨੂੰ ਪੁੱਠਾ ਜਵਾਬ ਦਿੰਦੇ ਨਹੀਂ, ਚੁੱਪ ਕਰਕੇ ਉਹਨੂੰ ਬਲੌਕ ਮਾਰ ਦੇਈਦਾ ਬੰਦੇ ਨੂੰ ਜਿਹੜਾ ਨੈਗੇਟਿਵ ਜੇ ਕਮੈਂਟ ਕਰਦਾ। ਠੀਕ ਹੈ, ਅਸੀਂ ਆਪਦਾ ਇੰਜੋਏ ਕਰੀਦਾ, ਦੁਨੀਆ ਜੋ ਮਰਜ਼ੀ ਬੋਲੀ ਚੱਲੇ। ਅੱਛਾ, ਮੈਂ ਨਾ ਮੇਰੇ ਦਿਮਾਗ ਦੇ ਵਿੱਚ ਤੁਹਾਡੀ ਜੋੜੀ ਦੇਖ ਕੇ ਨਾ, ਇੱਕ ਬਾਲੀਵੁੱਡ 'ਚ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਨਹੀਂ ਹੈਗੇ, ਮਤਲਬ ਮੈਂ ਉਹਨਾਂ ਦੇਖਦਾ ਹੁੰਦਾ ਸੀ। ਤੁਸੀਂ ਉਹਨਾਂ ਤੋਂ ਤਾਂ ਨਹੀਂ ਕਿਤੇ ਇੰਸਪਾਇਰ ਹੋਏ ਜਾਂ ਬਾਲੀਵੁੱਡ ਦੀ ਕਿਸੇ ਚੀਜ਼ ਤੋਂ ਕਿ ਆਪਣੇ ਆਪ 'ਚ ਹੀ ਲੈ ਕੇ ਆਉਂਦਾ? ਕਿਉਂਕਿ ਆਪਦੇ ਆਪ 'ਚ ਤਾਂ ਬੰਦੇ ਦੀ ਬੌਂਡਿੰਗ ਜਦੋਂ ਬਣਾਉਂਦੇ ਹਾਂ ਕਰਦੇ ਹਾਂ, ਕਈ ਚੀਜ਼ਾਂ ਢਿੱਲਮਿਸ ਵੀ ਹੁੰਦੀ ਆ, ਫਿਰ ਉਸ ਚੀਜ਼ ਨੂੰ ਇੱਕ ਫਿਲਮੀ ਲਾਈਫ ਜੀ ਕਿਵੇਂ ਜਿਉਂਦੇ ਹੋ ਤੁਸੀਂ? ਆਪਸੀ ਪਿਆਰ ਭਾਜੀ, ਬਸ ਆਪਸ ਦੇ ਵਿੱਚ ਹੀ ਇੱਕ ਦੂਜੇ ਨਾਲ, ਉਹੀ ਦੱਸਿਆ ਨਾ ਸਾਡੀ ਬੌਂਡਿੰਗ ਬਹੁਤ ਜ਼ਬਰਦਸਤ ਆ। ਮੰਨ ਲਓ ਸਵੇਰੇ ਸਟਾਰਟ ਹੁੰਦਾ ਆਪਣਾ, 6:30 ਤੋਂ ਸਾਡੀ ਜ਼ਿੰਦਗੀ ਸਵੇਰੇ ਸਟਾਰਟ ਹੁੰਦੀ ਆ, 7:30 ਅੱਛਾ ਬ੍ਰੇਕਫਾਸਟ ਮੈਨੂੰ ਪਤਾ ਲੱਗਿਆ ਭਾਜੀ, ਮੈਂ 6:30 ਉੱਠ ਕੇ ਵਾਸ਼ਰੂਮ ਜਾਂਦਾ, ਮੈਂ ਬਾਹਰ ਆ ਕੇ ਗਾਣਾ ਗਾਉਣਾ ਤੇ ਇਹਨੂੰ ਉਠਾਉਣਾ। ਅੱਛਾ, ਤੁਸੀਂ ਸੋਚੋ ਹੁਣ ਗਾਣੇ ਦੇ ਬਦਲੇ ਮੈਨੂੰ ਕੀ ਮਿਲਦਾ, ਸੋਚ ਕੇ ਦੇਖੋ ਕੀ ਮਿਲਦਾ ਸੋਚੋ ਤੇ। ਅੱਛਾ, ਮੈਨੂੰ ਗਾਲਾਂ ਮਿਲਦੀਆਂ, ਮੈਨੂੰ ਗਾਲਾਂ ਮਿਲਦੀਆਂ। ਅੱਛਾ, ਗਾਣਾ ਗਾਉਣ ਦੇ ਬਦਲੇ ਗਾਲਾਂ ਰੋਜ਼ ਮਿਲਦੀਆਂ? ਪੁੱਛ ਲਓ, ਆਵਾਜ਼ ਨਹੀਂ ਸੋਹਣੀ ਇੰਨਾ। ਅੱਛਾ, ਨਹੀਂ ਮੈਂ ਕਹੂੰਗੀ ਗੰਦੀ ਆਵਾਜ਼ ਨਾ ਠਾਣੇ ਮੈਨੂੰ, ਆਟੋ ਟਿਊਨਰ ਲਾ ਲਿਆ ਕਰੋ। ਲੱਗਦਾ ਨਹੀਂ, ਨਹੀਂ ਤਾਂ ਮੈਂ ਲਾ ਲਾਂ ਰੋਜ਼ ਭਾਜੀ। ਐਂ ਠਾਣਾ ਇਹਨੂੰ, ਮੈਂ ਗਾਣਾ ਗਾਉਣਾ ਫਿਰ ਇਹ ਉੱਠ ਪੈਂਦੀ ਆ, ਫਿਰ ਇਹਨੇ ਮੇਰੇ ਲਈ ਉਹ ਮੁਰੱਬਾ ਬਦਾਮ ਛਿਲਕੇ, ਉਦੋਂ ਬਾਅਦ ਮੈਂ ਇਹਨੂੰ ਪੁੱਛਣਾ ਤੁਸੀਂ ਕੀ ਖਾਓਗੇ। ਠੀਕ ਹੈ, ਜੋ ਇਹਨੇ ਖਾਣਾ ਮੈਨੂੰ ਪਤਾ, ਚਿੱਲੇ ਖਾਂਦੀ ਆ, ਯਾਨੀ ਹਲਕੀਆਂ ਫੁਲਕੀਆਂ ਦੀ ਇਹ ਸ਼ੌਕੀਨ ਆ ਵੀ ਹਲਕਾ ਜਿਹਾ ਕੁਛ ਹੋਵੇ। ਠੀਕ ਹੈ, ਨਹੀਂ ਨਹੀਂ ਲੋਕ ਇਦਾਂ ਨਹੀਂ ਕਹਿੰਦੇ ਵੀ ਚਲੋ ਵੈਸੇ ਤੁਸੀਂ ਮੈਥੋਂ ਵੱਡੇ ਹੋ ਵੀ ਯਾਰ ਜਨਾਨੀ ਥੱਲੇ ਲੱਗਿਆ ਹੋਇਆ। ਨਹੀਂ ਨਹੀਂ ਭਾਜੀ, ਲੋਕੀ ਕਹਿੰਦੇ ਕਈ ਜਾਣ, ਹੁਣ ਦੇਖੋ ਭਾਜੀ ਇੱਕ ਹਮਸਫ਼ਰ ਹੁੰਦਾ ਤੁਹਾਡਾ, ਇਹਨੇ ਸਾਰਾ ਦਿਨ ਕੰਮ ਕਰਨਾ, ਮੈਂ ਸਿਰਫ ਇੱਕ ਇਹਨੂੰ ਨਾਸ਼ਤਾ ਬਣਾ ਕੇ ਦੇਣਾ ਕਿ ਇਹਨੂੰ ਵਧੀਆ ਲੱਗੇ, ਇਹਨੂੰ ਚੰਗਾ ਲੱਗੇ। ਸਾਰੇ ਬੰਦਿਆਂ ਨੂੰ ਇਹ ਚਾਹੀਦਾ ਭਾਜੀ, ਆਪਦੀ ਵਾਈਫ ਨੂੰ ਕਿਤੇ ਆ ਕੇ ਮਾੜਾ ਮੋਟਾ ਇਹੋ ਜਿਹੀ ਖੁਸ਼ੀ ਦੇਣ। ਸਵੇਰ ਟਾਈਮ ਤੁਸੀਂ ਇੱਕ ਉਹਨੂੰ ਨਾਸ਼ਤਾ ਹੀ ਇਕੱਲਾ ਬਣਾ ਦਿਓ, ਲੈ ਸਾਰਾ ਦਿਨ ਇਹਨੇ ਸਾਰਾ ਦਿਨ ਮੇਰੇ ਬੱਚੇ ਸਿਆਪਾ ਪਾ ਦੇਣਾ।
ਮੇਰੇ ਦੋਸਤ ਕਹਿੰਦੇ ਹੁੰਦੇ ਆ, ਮੇਰਾ ਦੋਸਤ ਹੈ ਕਿ ਹਰਕੀਰਤ ਉਹ ਕਹੂਗਾ ਯਾਰ ਤੂੰ ਸਾਨੂੰ ਜੱਬ ਪਾ ਦਿੰਦਾ ਘਰੇ, ਤੂੰ ਨਾਸ਼ਤਾ ਬਣਾ, ਸਾਡੇ ਵਾਲੇ ਕਹਿੰਦੇ ਆ ਦੇਖ ਲਓ। ਸਹੀ ਗੱਲ, ਤੁਸੀਂ ਤਾਂ ਜਿੱਥੇ ਜਾਂਦੇ ਹੋਗੇ ਮੈਨੂੰ ਲੱਗਦੀ ਹੈ ਕਹਿੰਦੇ ਨੇ ਇਹਨਾਂ ਨੂੰ ਦੇਖੋ ਵੀ ਇਹ ਕਿੱਦਾਂ ਰਹਿੰਦੇ ਨੇ। ਉਹ ਮੇਰਾ ਡਾਇਲੋਗ ਬੋਲਦੇ ਹੁੰਦੇ ਕੀ ਪੁੰਨ ਕੀਤਾ, ਮੈਂ ਸਵੇਰੇ ਸਵੇਰੇ ਲਿਆਉਣਾ ਨਾਸ਼ਤਾ ਪਾ ਕੇ, ਨਾਲ ਮੈਂ ਸਟੋਰੀ ਬਹਿਣਾ ਹਾਂ ਬਿੰਦੂ ਤੇਰਾ ਕੀ ਪੁੰਨ ਕੀਤਾ, ਅੱਧੀ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਮੈਂ ਸੁੱਚੇ ਮੋਤੀ ਪੁੰਨ ਕੀਤੇ। ਇਹਨੇ ਕਹਿਣਾ ਸੁੱਚੇ ਮੋਤੀ। ਕਿਆ ਬਾਤ ਹੈ। ਅੱਛਾ ਤੁਸੀਂ ਦੱਸੋ ਮਤਲਬ ਇਹਨਾਂ ਦੀਆਂ ਕਿਹੜੀਆਂ ਕੁਆਲਿਟੀਜ਼ ਨੇ, ਹੈ ਨਾ, ਮਤਲਬ ਜਿਹੜੇ ਪਰਫੈਕਟ ਕਪਲ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਤੁਸੀਂ ਕਿੱਦਾਂ ਦੀ ਲਾਈਫ ਸੋਚੀ ਸੀ ਤੇ ਕਿੱਦਾਂ ਦੀ ਮਿਲੀ ਆ, ਮਤਲਬ ਥੋੜਾ ਜਿਹਾ ਉਹ ਦਿਨ ਦੱਸੋ। ਹੈ ਨਾ, ਮੈਂ ਦੇਖੋ ਮੈਨੂੰ ਡਰਿੰਕ ਡਰੁੰਕ ਵਾਲਾ ਮਤਲਬ ਮੈਂ ਸੋਚਿਆ ਹੋਇਆ ਸੀ ਕਿ ਜਿਹਦੇ ਨਾਲ ਵੀ ਮੇਰੀ ਮੈਰਿਜ ਹੋਵੇ, ਸਾਡੀ ਵੀ ਲਵ ਮੈਰਿਜ ਆ, ਕਿ ਮੈਂ ਸੋਚਿਆ ਹੋਇਆ ਸੀ ਕਿ ਜਿਹਦੇ ਨਾਲ ਵੀ ਮੇਰੀ ਮੈਰਿਜ ਹੋਵੇ ਉਹ ਨਾ ਤਾਂ ਕੋਈ ਸਮੋਕ ਨਾ ਡਰਿੰਕ, ਇਹ ਤਾਂ ਬਿਲਕੁਲ ਹੀ ਮੈਨੂੰ ਵੈਸ਼ਨੋ ਮਿਲ ਗਏ, ਬਿਲਕੁਲ ਪਿਓਰ, ਹੈ ਨਾ। ਇੱਕ ਤਾਂ ਮੈਨੂੰ ਇਹ ਚੀਜ਼ ਕਿੱਥੇ ਮੱਥਾ ਟੇਕਦੇ ਰਹੇ ਹੋ ਬੀਬੀਆਂ ਨੂੰ ਦੱਸ ਦੋ। ਮੈਂ ਸੀਰੀਅਸਲੀ ਮੈਂ ਝੂਠ ਨਹੀਂ ਬੋਲਦੀ, ਮੈਂ ਸੋਮਵਾਰ ਦੇ ਵਰਤ ਰੱਖਦੀ ਹੁੰਦੀ ਸੀ। ਹੁਣ ਸਾਰੀਆਂ ਨੇ ਰੱਖਣੇ ਆ, ਫਿਰ ਵੈਸ਼ਨੋ ਮਿਲਦਾ ਜੇ ਕਿਤੇ, ਹੈ ਨਾ। ਹਾਂਜੀ, ਤੇ ਇੱਕ ਇਹ ਮਤਲਬ ਝੂਠ ਨਹੀਂ ਬੋਲਦੇ ਬਿਲਕੁਲ ਵੀ, ਚਾਹੇ ਗਾਲਾ ਹੀ ਪਈ ਜਾਣਾ ਮੈਂ ਸੱਚ ਬੋਲਣੀ ਇਹਨਾਂ। ਠੀਕ ਹੈ, ਮੈਨੂੰ ਕਿਸੇ ਟਾਈਮ ਲੱਗਦਾ ਹੁੰਦਾ ਕਿ ਤੁਸੀਂ ਇੰਨਾ ਵੀ ਸੱਚ ਨਾ ਬੋਲਿਆ ਕਰੋ, ਕਿ ਕੋਈ ਰਿਸ਼ਤਾ ਸੱਚ ਬੋਲ ਕੇ ਟੁੱਟਣ ਦੀ ਕਗਾਰ ਤੇ ਵੀ ਆ ਜਾਂਦਾ, ਪਰ ਉਹ ਬਾਅਦ ਚ ਚਲੋ ਸੈਟਿੰਗ ਹੋ ਜਾਂਦੀ ਆ। ਮੀਨਜ਼ ਮੈਨੂੰ ਇੱਦਾਂ ਹੁੰਦਾ ਕਿ ਤੁਸੀਂ ਹਰ ਗੱਲ ਨੂੰ ਇਹਨਾਂ ਨੇ, ਚਾਹੇ ਕਿਸੇ ਨੂੰ ਦੁੱਖ ਵੀ ਹੋਵੇ, ਪਰ ਉਹਦਾ ਨਤੀਜਾ ਬਾਅਦ ਚ ਸਹੀ ਹੁੰਦਾ ਵਾ। ਜਿਵੇਂ ਬੱਚਿਆਂ ਨੂੰ ਵੀ ਕਈ ਵਾਰੀ ਮੈਂ ਥੋੜਾ ਜਿਹਾ ਜਿਵੇਂ ਪਿਆਰ ਜਿਵੇਂ ਜ਼ਿਆਦਾ ਉਹ ਕਰਦੀ ਆ, ਇਹ ਵੀ ਬਹੁਤ ਕਰਦੇ ਆ, ਬਟ ਇਹ ਥੋੜਾ ਜਿਹਾ ਜਿਵੇਂ ਕਹਿੰਦੇ ਨਾ ਪਿਓ ਦਾ ਪਿਆਰ ਥੋੜਾ ਹੋਰ ਤਰ੍ਹਾਂ ਦਾ ਹੁੰਦਾ। ਮੈਨੂੰ ਭਾਈ ਸੱਚ ਦੀਂਦਾ ਹੁੰਦਾ। ਅੱਛਾ, ਕਿ ਗਾਂ ਜਾ ਕੇ ਇਹਨਾਂ ਦਾ ਇਹ ਕਦਮ ਇਹਨਾਂ ਤੇ ਭਾਰੀ ਪੈਣਾ। ਠੀਕ ਹੈ, ਇਹਨੂੰ ਮਮਤਾ ਹੁੰਦੀ ਆ ਵੀ ਇਹ ਟਾਈਮ ਨਾਲ ਆਪੇ ਸਮਝ ਜਾਣਗੇ। ਹੁਣ ਇੱਕ ਬੰਦਾ ਟੋਏ ਚ ਡਿੱਗਣ ਲੱਗਿਆ, ਭਾਜੀ ਤੁਸੀਂ ਭੱਜ ਕੇ ਰੋਕੋਗੇ ਨਾ? ਬਿਲਕੁਲ ਵੀ ਭਾਈ ਮੈਂ ਉਹੀ ਕੰਮ ਕਰਦਾ, ਨਹੀਂ ਵੀ ਕਈ ਵਾਰ ਇਹੋ ਜਿਹੀਆਂ ਗੱਲਾਂ ਵੀ ਮੈਨੂੰ ਥੋੜੀਆਂ ਜਿਹੀਆਂ ਚੁਭਮੀਆਂ ਵੀ ਕਹਿਣੀਆਂ ਪੈ ਜਾਂਦੀਆਂ, ਹੁੰਦੀਆਂ ਸੱਚੀਆਂ। ਅੱਛਾ, ਖੁਸ਼ੀਆਂ ਦਾ ਫਾਰਮੂਲਾ ਤੁਸੀਂ ਕੀ ਰੱਖਿਆ ਹੋਇਆ, ਖੁਸ਼ੀ ਕਿੱਥੋਂ ਲੱਭਦੇ ਹੋ? ਛੋਟੀਆਂ ਛੋਟੀਆਂ ਚੀਜ਼ਾਂ ਦਾ ਭਾਜੀ, ਛੋਟੀਆਂ ਛੋਟੀਆਂ ਚੀਜ਼ਾਂ ਜੋ ਘਰੇ, ਜਿਵੇਂ ਰੀਤ ਆ ਮੇਰੀ ਬੇਟੀ ਹੈ ਤਾਂ ਨੂੰਹ ਆ, ਮੈਂ ਬੇਟੀ ਕਹਿੰਦਾ। ਠੀਕ ਹੈ, ਜਿਵੇਂ ਲੰਘਦੇ ਵੜਦੇ ਉਹਨੂੰ ਮਾੜਾ ਜਿਹਾ ਛੇੜਤਾ ਨੋਬੀਤਾ, ਮਾੜਾ ਜਿਹਾ ਉਹ ਜਿਵੇਂ ਕਮਰੇ 'ਚ ਬੈਠੀ ਆਪਦਾ ਫੋਨ ਦੇ ਰਹੀ, ਥੋੜ੍ਹਾ ਜਿਹਾ ਚੀਥ ਜੀ ਖੋਲੀ ਨੋਬੀਤਾ, ਇਹਦੇ ਨਾਲ ਕੋਈ ਹਲਕਾ ਫੁਲਕਾ ਪੰਗਾ ਲੈ ਲਿਆ ਜਾਂਦੇ ਜਾਂਦੇ, ਸੈਮ ਨਾਲ ਲੈ ਲਿਆ, ਕਿ ਇੱਕ ਬੌਂਡਿੰਗ ਜੀ ਬਣੀ ਰਹੇ। ਜੇ ਹੁਣ ਇੱਕ ਮੈਂ ਪਿਓ ਨਾਤੇ ਚੱਲਾਂ ਵੀ ਮੈਂ ਤਾਂ ਪਿਓ ਹਾਂ, ਮੈਂ ਰੋਬ ਨਾਲ ਬਹਿਣਾ, ਇਹ ਮੇਰੇ ਤੋਂ ਡਰਦੇ ਰਹਿਣ। ਠੀਕ ਹੈ, ਇਹ ਛੋਟੀ ਛੋਟੀ ਚੀਜ਼ 'ਚੋਂ ਖੁਸ਼ੀ ਲੱਭ ਲਈਦੀ ਆ, ਨਿੱਕੀ ਨਿੱਕੀ 'ਚੋਂ। ਅੱਛਾ, ਇੱਕ ਨਾ ਹੋਰ ਸਵਾਲ ਆ ਵੀ ਮਤਲਬ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਉੱਠਦੇ ਆ ਮੈਂ ਰੀਲ ਬਣਾਉਣਾ, ਸਟੋਰੀ ਬਣਾਉਣਾ, ਲੱਗਦਾ ਵੀ ਉਹ ਚੀਜ਼ਾਂ ਨੂੰ ਪਬਲਿਕ ਕਰ ਦੇਣਾ, ਮਤਲਬ ਬੈੱਡ ਉੱਠਦੇ ਹੀ ਅਤੇ ਚੱਕ ਲਿਆ ਫੋਨ ਅਤੇ ਇੱਦਾਂ, ਮਤਲਬ ਲੋਕਾਂ ਦੀ ਉਦੋਂ ਨਹੀਂ, ਬੈੱਡ ਤੋਂ ਉੱਠਦੇ ਹੀ ਨਹੀਂ, ਜਦੋਂ ਅਸੀਂ ਬ੍ਰਸ਼ ਕਰ ਲਿਆ, ਆਪਦਾ ਵਾਕ ਕਰਿਆ ਹੈ, ਵਾਕ ਕਰਕੇ ਕਿ ਨਾਸ਼ਤਾ ਦੇਣਾ ਜਦੋਂ ਮੈਨੂੰ। ਠੀਕ ਹੈ, ਉਦੋਂ ਵਧੀਆ ਐਨ ਬੈਠੀ ਹੁੰਦੀ ਸੈੱਟ ਬੈੱਟ। ਅੱਛਾ, ਤੜਕੇ ਤੁਸੀਂ ਕਰ ਲੈਂਦੇ ਮੇਕਅਪ ਫਿਰ? ਨਹੀਂ ਮੇਕਅਪ ਨਹੀਂ, ਕਿ ਆਪਦਾ ਆਰਾਮ ਨਾਲ ਬੈਠੇ, ਉਹ ਫਿਲਟਰ ਭਾਜੀ ਉਹਦੇ ਸਨੈਪਚੈਟ ਦੇ ਫਿਲਟਰ ਇੰਨੇ ਵਧੀਆ। ਅੱਛਾ, ਨਹੀਂ ਤੁਸੀਂ ਗੋਰੇ ਬਣਾਉਣ 'ਚ ਲੱਗੇ ਰਹਿੰਦੇ ਹੋ ਯਾਰ, ਫਿੱਕੀ ਨਹੀਂ ਲੱਗਦੇ ਗੋਰੇ? ਨਹੀਂ, ਉਹਦੇ ਨਾਲ ਨਾ ਚੀਜ਼ਾਂ ਚੁਜ਼ਾਂ ਜਿਹੀਆਂ ਢੱਕੀਆਂ ਜਾਂਦੀਆਂ, ਅੱਛਾ ਥੋੜ੍ਹਾ ਜਿਹਾ ਫਿਰ ਵੱਧ ਜਵਾਨ ਲੱਗਦੇ। ਅੱਛਾ, ਇਹ ਤੁਹਾਡੇ ਤੋਂ ਜ਼ਿਆਦਾ ਲੱਗਦੇ ਸ਼ਾਈਨ ਮਾਰਦੇ, ਕਿ ਕੀ ਖਾਂਦੇ ਕੀ ਆ, ਲੋਕਾਂ ਨੂੰ ਕਿਤੇ ਲੱਗਣਾ ਨਾ ਵੀ ਕਿਤੇ ਨਰੂਲਾ ਸਾਹਿਬ ਕਿਤੇ ਕੋਈ ਛੱਕ ਲੈਂਦੇ ਹੋਣੇ ਆ? ਨਾ ਨਾ ਨਾ, ਬਿਲਕੁਲ ਨਹੀਂ ਭਾਜੀ, ਪਿਓਰ ਵੈਸ਼ਨੋ ਪਿਓਰ। ਅੱਛਾ, ਰਾਧਾ ਸਵਾਮੀ ਆਪਾਂ। ਠੀਕ ਹੈ, ਨਹੀਂ ਕੋਈ ਟਰਾਈ ਕਰਾ ਦਿੰਦਾ ਯਾਰ ਦੋਸਤ? ਅੱਜ ਤੱਕ ਭਾਈ ਜ਼ਿੰਦਗੀ 'ਚ ਨਾ ਸ਼ਰਾਬ, ਨਾ ਬੀਅਰ, ਨਾ ਸਿਗਰਟ, ਨਾ ਫੀਮ, ਕੁਛ ਵੀ ਨਹੀਂ ਅੱਜ ਤੱਕ। ਨਹੀਂ ਪਰ ਤੁਸੀਂ ਮੈਨੂੰ ਪਤਾ ਲੱਗਿਆ ਫੋਟੋਗ੍ਰਾਫੀ ਕਰਦੇ ਰਹੇ ਹੋ, ਉਹ ਤਾਂ ਭਾਂਤ ਭਾਂਤ ਦੇ ਲੋਕ ਮਿਲਦੇ ਆ, ਕੋਈ ਤਾਂ ਖੱਦਰ ਦੇ ਗਲਾਸ 'ਚ ਪਾਉਣ ਨੂੰ ਕਰਦਾ। ਮੇਰੇ ਇਹਨਾਂ ਦਾ ਫਰੈਂਡ ਸਰਕਲ ਸਾਰਾ ਡਰਿੰਕ ਕਰਦਾ ਸੀ, 70-80% ਮੇਰੇ ਦੋਸਤ ਸ਼ਰਾਬ ਪੀਂਦੇ ਸੀ। ਠੀਕ ਹੈ,
ਪਰ ਉਹਨਾਂ ਨੇ ਕਦੀ ਮੈਨੂੰ ਫੋਰਸ ਨਹੀਂ ਕੀਤਾ ਕਿ ਉਹਨਾਂ ਉਹਨਾਂ ਨੂੰ ਪਤਾ ਹੀ ਇਹਦਾ ਨਾਮਦਾਨ ਲਿਆ ਹੋਇਆ ਇਹਨੇ ਨਹੀਂ ਪੀਣੀ। ਠੀਕ ਹੈ, ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਪਤਾ ਸੀਗਾ ਨਾ। ਅੱਛਾ ਉਹ ਪਿੰਡ ਦੀ ਕੋਈ ਯਾਦ ਦੱਸੋ, ਜਿੱਦਾਂ ਤੁਸੀਂ ਤਾਂ ਬੜਾ ਸੌਫਟ ਨੇਚਰ ਆ, ਪਰ ਕਈ ਵਾਰੀ ਵਿਆਹ ਇੱਦਾਂ ਦੇ ਹੋ ਜਾਂਦੇ, ਚਲੋ ਸ਼ਹਿਰਾਂ 'ਚ ਵੀ ਹੁੰਦੇ ਆ, ਪਰ ਪਿੰਡਾਂ ਦੀ ਘਟਨਾ ਕੋਈ ਦੱਸੋ ਵੀ ਕਈ ਵਾਰੀ ਮਤਲਬ ਉੱਥੇ ਤਾਂ ਬੜੇ ਖਰੂਦ ਪੱਟਣ ਵਾਲੇ ਹੁੰਦੇ ਆ ਨਾ, ਕਦੇ ਫੁੱਫੜ ਆ ਗਿਆ, ਜੀਜਾ ਆ ਗਿਆ, ਕੋਈ ਉੱਦਾਂ ਦੀ ਗੱਲ ਦੱਸੋ। ਇੱਕ ਨਹੀਂ ਪਤਾ ਨਹੀਂ ਕਿੰਨੇ ਹੀ ਆ ਭਾਜੀ, ਇਹ ਕੋਈ ਸਭ ਤੋਂ ਬੈਸਟ ਸੁਣਾਓ। ਇੱਕ ਵਾਰੀ ਭਾਜੀ ਅਸੀਂ ਪਿੰਡ ਦੇ ਵਿੱਚ ਨਾ ਵਿਆਹ ਲਾਇਆ ਅਤੇ ਡੋਲੀ ਆਈ ਘਰੇ। ਠੀਕ ਹੈ, ਉਹਨਾਂ ਦੀ ਆਸੇ ਪਾਸੇ ਥੋੜ੍ਹੀ ਜਿਹੀ ਸੀਗੀ, ਮੁੰਡੇ ਦਾ ਬਾਹਰ ਵਿਆਹ ਹੋਇਆ ਸੀ, ਅਤੇ ਜਿਵੇਂ ਹੀ ਅਸੀਂ ਉੱਤਰੇ ਪਾਣੀ ਵਾਰਨ ਲੱਗੇ, ਇੱਕ ਸਨਗਨ ਹੁੰਦੀ ਆ ਆਪਣੇ ਹੱਥ 'ਚ ਫੜੀ, ਉਹ ਪਈ, ਉਹਦਾ ਪਟਾਕਾ ਪੈ ਗਿਆ। ਅੱਛਾ, ਉਹਦੇ ਵਿੱਚ ਉਹ ਸ਼ੀਸ਼ੇ ਦਾ ਕੱਚ ਨਿਕਲ ਕੇ ਉਹਦੇ ਵਿੱਚ ਰੋਡ ਹੁੰਦੀ ਆ, ਉਹ ਇੱਥੇ ਵੱਜ ਗਿਆ ਕੁੜੀ ਦੇ। ਠੀਕ ਹੈ, ਲਹਿੰਗਾ ਮੱਚ ਗਿਆ। ਉਹਨਾਂ ਦੇ ਆਏ ਸਰਦਾਰ ਸਾਰੇ, ਪਤਾ ਜੱਟਾਂ ਦਾ ਤੁਹਾਨੂੰ, ਪੀਤੀ ਪੂਤੀ, ਉਹ ਗੋਲੀ ਚੱਲ ਗਈ, ਉਹ ਨਾਜਰਾ ਗੋਲੀ ਚੱਲ ਗਈ। ਉਹਨਾਂ ਨੇ ਭਾਈ ਫਾਇਰ ਕੱਢਣੇ ਸ਼ੁਰੂ ਕਰਤੇ। ਮੇਰੀ ਦੁਕਾਨ ਵਾਲਾ ਮੁੰਡਾ ਕਹਿੰਦਾ, ਭਾਜੀ ਕਹਿੰਦਾ ਆਹ ਫਟੀ ਆ ਆਪਣੀ ਆ ਸਨਗਾ। ਮੈਂ ਕਿਹਾ ਸਾਲਿਆ ਨਹੀਂ, ਗੋਲੀਓ ਹੀ ਚੱਲੀ ਆ। ਮੈਂ ਕਿਹਾ ਤੈਨੂੰ ਕੁੱਟ ਦੇਣਗੇ, ਤੂੰ ਕਹਿ ਗੋਲੀਓ ਹੀ ਚੱਲੀ ਆ। ਭਾਜੀ ਉਹਨਾਂ ਨੇ 250 ਫਾਇਰ ਕੱਢਤਾ ਜੱਟਾਂ, 250 ਫਾਇਰ ਸਾਡੇ ਦੇਖਦੇ ਦੇਖਦੇ, ਗੋਲੀ ਚੱਲ ਗਈ, ਗੋਲੀ ਚੱਲ ਗਈ, ਪੁਲਿਸ ਆ ਗਈ ਉੱਥੇ ਭਾਜੀ, ਆਪਾਂ ਪੈਕ ਪੁੱਕ ਕੀਤਾ ਘਰੇ ਆ ਗਏ। ਅੱਛਾ, ਪੈਸੇ ਮਿਲ ਗਏ ਸੀ ਵਿਆਹ ਦੇ? ਬਾਅਦ 'ਚ ਦੱਸਿਆ ਸੀ ਉਹਨਾਂ ਨੂੰ। ਅੱਛਾ, ਅਸੀਂ ਉਹਨਾਂ ਨੂੰ ਬਾਅਦ 'ਚ ਦੱਸਿਆ ਵੀ ਭਾਜੀ ਵੀ ਆਹ ਗੱਲ ਹੋਈ ਸੀ ਸਾਡੇ ਨਾਲ। ਪੈਸੇ ਵੀ ਬੜੇ ਮੁੱਕਰਦੇ ਫੋਟੋਗ੍ਰਾਫਰਾਂ ਦੇ, ਬਥੇਰੇ ਭਾਜੀ। ਬਹਾਨਾ ਕੀ ਹੁੰਦਾ, ਭੂਆ ਤਾਂ ਆਈ ਨੀ ਸਾਡੀ ਵਿੱਚ, ਕਾਹਦੇ ਪੈਸੇ, ਭੂਆ ਕੈਨੇਡਾ ਬੈਠੀ ਹੁੰਦੀ ਆ। ਨਹੀਂ, ਇੱਕ ਫੋਟੋਆਂ ਕਟਾਉਂਦੇ ਵੀ ਬਹੁਤ ਆ ਨਾ, ਤੁਹਾਨੂੰ ਪਹਿਲਾਂ ਕਹਿੰਦੇ ਵੀ ਆਹ ਨੀ ਲਾਉਣੀਆਂ, ਪੰਜ ਚਾਰ ਖਿੱਚਦੇ ਭਾਜੀ, 5000 ਲਾਈ ਦੀਆਂ ਵਿੱਚੋਂ 200-250-300। ਸਹੀ ਗੱਲ ਆ। ਇੱਕ ਤੁਸੀਂ ਉੱਥੇ ਵੀ ਵਾਲ ਲੈ ਕੇ ਜਾਂਦੇ ਜਦੋਂ ਪਲੇਟ ਭਰੀ ਹੁੰਦੀ ਆ, ਉਹ ਦੇਖਿਆ ਕਰੋ ਤੁਸੀਂ, ਬਸ ਚੌਲਾਂ ਨੂੰ ਐਂ ਘੁਮਾਈ ਜਾਂਦੇ ਫਿਰ ਜਿੰਨੀ ਜਿਹੜੀ ਖੜੇ ਆ ਸਾਹਮਣੇ। ਸਹੀ ਗੱਲ ਆ, ਪਰ ਉਸ ਚੀਜ਼ ਦਾ ਫਾਇਦਾ ਤੁਸੀਂ ਇੱਧਰ ਭਰਪੂਰ ਲੈਣੇ ਹੋ। ਮੈਂ ਕਿਹਾ ਵੀ ਉਹ ਤੁਹਾਨੂੰ ਕੈਮਰੇ ਦਾ ਪਤਾ, ਜਿਵੇਂ ਫਿਲਟਰ ਫੁਲਟਰ ਦੱਸਿਆ, 40-45 ਸਾਲ ਦੀ ਉਮਰ ਦੇ ਵਿੱਚ ਤਾਂ ਬੰਦੇ ਨੂੰ ਅੱਖਾਂ ਦੀ ਮੈਂ ਗਿੱਡ ਦਾ ਨਹੀਂ ਪਤਾ ਹੁੰਦਾ ਵੀ ਕਿਵੇਂ ਲਾਉਣੀ ਆ, ਤੇ ਤੁਸੀਂ ਇੱਦਾਂ ਮਤਲਬ ਉਹ ਚੀਜ਼ ਦਾ ਬੈਨੀਫਿਟ। ਸੋਸ਼ਲ ਮੀਡੀਆ ਤੇ ਫਿਰ ਥੋੜਾ ਫਿਟ ਰਹਿਣਾ ਪੈਂਦਾ। ਜਿਮ ਜੁਮ ਜਾਂਦੇ ਹੋ? ਹਾਂਜੀ, ਜਿਮ ਅਸੀਂ ਦੋਨੇ ਜਾਂਦੇ ਹਾਂ ਇਕੱਠੇ, ਵਾਕ ਇਕੱਠੇ ਕਰਨ ਜਾਂਦੇ ਹਾਂ। ਠੀਕ ਹੈ ਭਾਜੀ, ਘੁੰਮਣਾ ਖਾਣਾ ਫਿਰਨਾ ਰੋਟੀ ਪਾਣੀ। ਹੁਣ ਮੈਨੂੰ ਇਕੱਲੇ ਨੂੰ ਕੰਮ ਸੀ ਇੱਥੇ, ਅੱਛਾ, ਜਗਰਾਉਂ ਬਟੇ ਮੁਹਾਲੀ ਤੋਂ ਨਾਲ ਆਈ ਆ। ਅੱਛਾ, ਤੇ ਮੇਰੇ ਖਿਆਲ ਸਾਡੇ ਵਿਆਹ ਨੂੰ ਹੋ ਗਏ 26-26 ਚੱਲਦਾ ਪਿਆ, 25 ਸਾਲ ਪੂਰੇ ਹੋ ਗਏ। ਇਹ ਆਪਦੇ ਬ੍ਰਦਰ ਦੇ ਵਿਆਹ ਤੇ ਇੱਕ ਵਾਰੀ ਰਹੀ ਆ ਉੱਥੇ। ਠੀਕ ਹੈ, ਉਹ ਵੀ ਮੇਰੇ ਨਾਲ। ਠੀਕ ਹੈ, ਇੱਕ ਵਾਰੀ ਰਹੀ ਆ ਆਪਦੀ ਸਿਸਟਰ ਦੇ ਵਿਆਹ ਤੇ, ਕਦੀ ਇਹ ਇਕੱਲੀ ਰਹੀ ਨਹੀਂ। ਇੱਦਾਂ ਅਸੀਂ ਇਕੱਠੇ ਹੀ ਜਾਂਦੇ ਹਾਂ, ਇਕੱਠੇ ਜਿੱਥੇ ਵੀ ਜਾਣਾ। ਠੀਕ ਹੈ, ਇਕੱਠੇ ਰਹਿੰਦੇ ਹੋ? ਹਾਂ, ਇੱਕ ਵਾਰੀ ਪਿਛਲੇ ਸਾਲ ਨਾ ਚਿੰਤਪੁਰਨੀ ਜਾਗਰਨ ਸੀ, ਤੇ ਮੈਂ ਚਲਾ ਗਿਆ ਦੋਸਤਾਂ ਨਾਲ। ਚਲੋ, ਅੱਛਾ, ਵੀ ਦੇਖ ਕੇ ਜਗਰਾਉਂ ਵਾਲੇ ਕਰਾਉਂਦੇ ਹੁੰਦੇ ਆਪਣੇ, ਤੇ ਅਸੀਂ ਤਾਂ ਭਾਜੀ ਉੱਥੋਂ 11:30-12 ਵਿੱਚ ਚਲੋ ਚੱਲੀਏ। ਮੈਂ ਕਿਹਾ ਮੇਰਾ ਤਾਂ ਨਹੀਂ ਜੀ ਲੱਗਦਾ। ਉਹ ਕਹਿੰਦਾ ਯਾਰ ਆਏ ਆ ਤਾਂ ਹੁਣ ਰੁਕ ਜਾਓ। ਮੈਂ ਕਿਹਾ ਨਾ ਬਈ, ਅਸੀਂ ਤਾਂ ਰਾਤ ਨੂੰ 2:30 ਘਰੇ। ਅੱਛਾ, ਕੱਪੜੇ ਆਏ ਪਾ ਕੇ ਲੈ ਗਿਆ ਸੀ ਮੈਂ ਵੀ, ਹੁਣ ਅਸੀਂ 2 ਦਿਨ ਲਾ ਕੇ ਆਵਾਂਗੇ ਉੱਥੇ, ਪਰ ਨਹੀਂ। ਅੱਛਾ, ਜਿਵੇਂ ਮੈਂ ਨਾ ਇੱਕ ਗੱਲ ਉਹ ਵੀ ਮੇਰੇ ਬਹੁਤ ਹੁੰਦੀ ਆ ਵੀ ਤੁਹਾਡਾ ਜਦੋਂ ਅਸੀਂ ਕਿਸਾਨ ਅੰਦੋਲਨ 'ਚ ਦੇਖਿਆ ਨਾ, ਉਹ ਜਿਹੜਾ ਪਿਆਰ ਆ ਬਹੁਤ ਤੁਸੀਂ ਮਤਲਬ ਤਹਿ ਦਿਲੋਂ ਦਿਖਾਇਆ, ਜਿਹੜਾ ਉਹ ਪਿਆਰ ਉਹ ਕਿਵੇਂ ਆਇਆ, ਬਿੰਦੂ ਜੀ ਨੇ ਕਿਵੇਂ ਸਪੋਰਟ ਕੀਤਾ? ਕਿਉਂਕਿ ਪੈਸਾ ਜਿਹੜਾ ਆਪਾਂ ਜਿਵੇਂ ਗੱਲ ਕੀਤੀ ਹੈ, ਜਿਗਰੇ ਬਿਨਾਂ ਲਾਇਆ ਨਹੀਂ ਜਾਂਦਾ, ਹੋਵੇ ਭਾਵੇਂ ਕਿਸੇ ਕੋਲ ਮਰਜ਼ੀ, ਪਰ ਵੰਡਣਾ ਬਹੁਤ ਔਖਾ, ਦੇਣਾ ਬਹੁਤ ਔਖਾ। ਭਾਈ, ਕਿਸਾਨ ਅੰਦੋਲਨ 'ਚ ਨਾ ਇੱਦਾਂ ਸੀ, ਸਾਡੇ ਉੱਥੇ ਜਗਰਾਉਂ ਸਟੇਸ਼ਨ ਮਾਸਟਰ ਜੀ ਆ ਇੱਕ। ਠੀਕ ਹੈ, ਉਹਨਾਂ ਨੇ ਮੈਨੂੰ ਪਤਾ ਨਹੀਂ ਸੀ ਕੀ ਆ ਕੀ ਨਹੀਂ, ਅਸੀਂ ਤਾਂ ਦੇਖਦੇ ਵੀ ਧਰਨੇ ਲਾਉਣ ਲੱਗ ਗਏ ਜੇ ਉਹ। ਉਹਨਾਂ ਨੇ ਦੱਸਿਆ ਵੀ ਨਰੂਲਾ ਆਹ ਇਹਦੇ ਵਿੱਚ ਲਿਖਿਆ ਆਏ ਆਏ ਹੋਣਾ। ਠੀਕ ਹੈ, ਜਦੋਂ ਉਹਨੂੰ ਡੀਪਲੀ ਸਮਝਿਆ, ਮੈਂ ਕਿਹਾ ਯਾਰ ਇਹ ਤਾਂ ਵੀ ਧੱਕਾ ਹੁੰਦਾ ਪਿਆ। ਫਿਰ ਅਸੀਂ ਦੇਖਿਆ ਮੀਂਹ ਦੇ ਵਿੱਚ ਨਾ, ਉਹ ਇੱਕ ਜਣਾ ਲੈਕਚਰ ਦੇ ਰਿਹਾ ਸੀ ਨੀਚੇ ਮੀਂਹ ਦੇ ਵਿੱਚ, ਵਿਚਾਰੇ ਉਵੇਂ ਹੀ ਬੈਠੇ। ਫਿਰ ਮੈਂ ਕਿਹਾ ਨਰੂਲਾ ਸਾਰੀ ਉਮਰ ਜੱਟਾਂ ਤੋਂ ਖਾਧਾ, ਸਾਰੀ ਉਮਰ ਆਪਾਂ ਇਹਨਾਂ ਦਾ, ਦੇਖੋ ਸਾਡਾ ਕੋਈ ਵੀ ਕਿੱਤਾ ਨਾ ਆਪਾਂ ਜੱਟਾਂ ਦੇ ਸਿਰ 'ਤੇ ਹਾਂ। ਬਿਲਕੁਲ, ਜੇ ਇਹ ਕਮਾਉਣਗੇ
ਤਾਂ ਆਪਾਂ ਨੂੰ ਮਿਲੂਗਾ ਕੁਛ ਵੀ ਪ੍ਰੋਡਿਊਸ ਕਰੂਗਾ। ਅਤੇ ਉਦੋਂ ਫਿਰ ਹੋਇਆ ਵੀ ਨਹੀਂ ਆਪਾਂ ਨੂੰ ਜਾਣਾ ਚਾਹੀਦਾ। ਉਦੋਂ ਬੱਚੇ ਕਹਿੰਦੇ ਪਾਪਾ ਆਪਾਂ ਨਾ ਡਲਹੌਜ਼ੀ ਜਾਣਾ। ਠੀਕ ਹੈ। ਮੈਂ ਕਿਹਾ ਪੁੱਤ ਡਲਹੌਜ਼ੀ ਬਾਅਦ 'ਚ ਇੱਕ ਵਾਰੀ ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਮੈਂ ਕੁਛ ਦਿਖਾ ਕੇ ਲਿਆਉਣਾ। ਫਿਰ ਇਹਨਾਂ ਨੂੰ ਸਾਰਾ ਸਮਝਾਇਆ, ਦੱਸਿਆ ਰਸਤੇ 'ਚ। ਠੀਕ ਹੈ। ਫਿਰ ਅਸੀਂ ਕੰਬਲਾਂ ਦੀ ਗੱਡੀ ਭਰੀ ਉੱਥੋਂ ਪਾਣੀਪਤ ਤੋਂ, ਫਿਰ ਅਸੀਂ ਕੰਬਲ ਲੈ ਕੇ ਗਏ। ਠੀਕ ਹੈ। ਉਦੋਂ ਬਾਅਦ ਉਹਨਾਂ ਨੇ ਲਾਈਟ ਕੱਟਤੀ, ਫਿਰ ਵੱਡਾ ਜਨਰੇਟਰ ਲੈ ਕੇ ਗਏ। ਠੀਕ ਹੈ। ਫਿਰ ਮਿੰਟੂ ਭਾਅ ਜੀ ਉੱਥੇ ਲਾਉਂਦੇ ਹੁੰਦੇ ਸੀ ਆਪਣੇ, ਉਹਨਾਂ ਨੂੰ ਪਾਣੀ ਦੀਆਂ ਗੱਡੀਆਂ, ਯਾਨੀ ਕਿ ਜੋ ਬਣ ਸਕਦਾ ਸੀ ਸਾਡੇ ਤੋਂ। ਠੀਕ ਹੈ। ਅਸੀਂ ਕੀਤਾ। ਅੱਛਾ ਬਿੰਦੂ ਜੀ, ਉਹ ਸਾਰੇ ਦੌਰ ਨੂੰ ਤੁਸੀਂ ਕਿਵੇਂ ਦੇਖਿਆ? ਕਿਉਂਕਿ ਆਮ ਤੌਰ 'ਤੇ ਜਿਹੜੀਆਂ ਲੇਡੀਜ਼ ਹੁੰਦੀਆਂ, ਉਹ ਤਾਂ ਘਰ ਵਾਲਾ ਜਦੋਂ ਬਟੂਆ ਵੀ ਕੱਢਦਾ ਨਾ, ਤਾਂ ਉਹਨੂੰ ਕਹਿੰਦੀਆਂ ਪਾਲਾ ਜੇਬ 'ਚ, ਕੋਈ ਨਹੀਂ ਵੀ ਰੱਖ ਲਾ ਨਾ ਸਾਂਭ ਕੇ, ਕੱਲ੍ਹ ਨੂੰ ਕੰਮ ਆਉਣਗੇ। ਤਾਂ ਤੁਸੀਂ ਫਿਰ ਨਾਲ ਕਿਵੇਂ ਸੀਗਾ? ਇੱਕ ਜਿਵੇਂ ਦੱਸਦੇ ਆ ਵੀ ਤੁਸੀਂ ਥੋੜ੍ਹਾ ਬ੍ਰੇਕਾਂ ਲਾਵਾ ਦਿੰਦੇ ਹੋ ਵੀ ਇੱਥੇ ਲਾ ਲਓ ਥੋੜ੍ਹੀਆਂ। ਨਹੀਂ ਵੈਸੇ ਮੈਂ ਰੋਕਦੀ ਨਹੀਂ ਹੁੰਦੀ ਕਿਸੇ ਚੀਜ਼ ਤੋਂ, ਕਿਉਂਕਿ ਮੈਨੂੰ ਪਤਾ ਇਹ ਸਹੀ ਹੀ ਕਰਦੇ ਆ। ਠੀਕ ਹੈ। ਮੈਂ ਚਾਹੁੰਦਾ ਜਿਹੜੀ ਗੱਲ ਦੇ ਪੈਸੇ ਇਕੱਠੇ ਕੀਤੇ ਆ, ਹਾਂ ਉਹ ਗੱਲ ਤੁਸੀਂ ਜ਼ਰੂਰ ਸ਼ੇਅਰ ਕਰੋ। ਉਹ ਇੱਦਾਂ ਭਾਜੀ, ਮੇਰੇ ਬੱਚਿਆਂ ਦੀ ਐਨਵਰਸਰੀ ਸੀ 6 ਤਰੀਕ ਦੀ। ਠੀਕ ਹੈ। ਅਤੇ ਸਾਡੇ ਨਾ ਇੱਕ ਘਰੇ ਕੰਮ ਕਰਦੀ ਆ ਲੜਕੀ, ਉਹਦਾ ਹਸਬੈਂਡ ਕਰਦਾ ਮੇਰੀ ਦੁਕਾਨ 'ਤੇ ਕੰਮ। ਠੀਕ ਹੈ। ਅਤੇ ਅਸੀਂ ਨਾ ਇੱਕ ਦਿਨ ਉਹਨਾਂ ਦੇ ਘਰੇ ਗਏ, ਕੋਈ ਸੀਗਾ ਤਿਉਹਾਰ, ਡੱਬਾ ਦੇਣ ਗਏ ਸੀਗੇ, ਕਹਿੰਦੇ ਸਾਡੇ ਘਰੇ ਆਓ। ਅਤੇ ਅਸੀਂ ਦੇਖਿਆ ਉਹਨਾਂ ਦਾ ਘਰ ਸਿਰਫ ਅੱਧੇ ਵਿਸਵੇ ਦੇ ਵਿੱਚ। ਠੀਕ ਹੈ। 3 ਬੱਚੇ, 2 ਜੀ ਉਹ ਇੰਨੀ ਕੁ ਜਗ੍ਹਾ 'ਚ ਰਹਿੰਦੇ। ਉਦੋਂ ਅਸੀਂ ਸੋਚ ਲਿਆ ਸੀ ਕਿ ਬਿੰਦੂ ਆਪਾਂ ਇਹਨਾਂ ਦਾ ਘਰ ਪਾ ਕੇ ਦੇਣਾ, ਵੀ ਜੋ ਮਰਜ਼ੀ ਹੋ ਜਾਵੇ, ਆਪਣੇ ਨਾਲ ਜੁੜੇ ਹੋਏ ਆ ਵਿਚਾਰੇ। ਠੀਕ ਹੈ। ਵੀ ਆਪਾਂ ਏਸੀਆਂ 'ਚ ਸੋਨੇ ਆ, ਇਹ ਵਿਚਾਰੇ ਕਿਉਂ, ਇੰਨਾ ਬੁਰੇ ਹਾਲ ਇਹਨਾਂ ਦਾ। ਫਿਰ ਅਸੀਂ ਸੋਚ ਲਿਆ ਸੀ, ਹੁਣ ਪਿੱਛੇ ਜੇ ਸਾਡੇ ਕੋਲ ਥੋੜ੍ਹੇ ਜਿਹੇ ਪੈਸੇ ਇਕੱਠੇ ਹੋਏ ਸੀਗੇ, 3 ਕੁ ਲੱਖ ਰੁਪਇਆ ਆਏ, ਉਹਦਾ ਉਹਨੂੰ ਪਲੋਟ ਲੈ ਤਾ। ਫਿਰ ਪਲੋਟ ਲੈਣ ਤੋਂ ਬਾਅਦ ਸੋਚਿਆ ਹੁਣੇ ਪਾਣਗੇ ਕਿਵੇਂ। ਬਿਲਕੁਲ। ਕਿਉਂਕਿ ਉਹਦੀ ਤਨਖਾਹ ਤਾਂ ਉਹੀ 12-13 ਹਜ਼ਾਰ, ਉਹਦੀ ਤਨਖਾਹ 6 ਹਜ਼ਾਰ, ਉਹਦੀ ਵਾਈਫ ਦੀ। ਉਹਦੇ ਵਿੱਚ ਤਾਂ ਐਂ ਆ ਵੀ ਘਰ ਦੇ ਖਰਚੇ ਚਲਾਈ। ਫਿਰ ਉਹ ਬੱਚਿਆਂ ਦੀ ਯੂਨੀਵਰਸਿਟੀ ਦਾ ਜਿਹੜਾ ਸ਼ਗਨ ਇਕੱਠਾ ਹੋਇਆ 1.5 ਲੱਖ ਰੁਪਈਆ, ਪਲੱਸ ਜਿੰਨੇ ਉੱਥੇ ਖੜੇ ਸੀ, ਜਿਹਨੇ ਮੈਨੂੰ 5 ਹਜ਼ਾਰ ਪਾਣੇ, ਉਹਨੇ 10 ਪਾਇਆ। ਮੈਂ ਕਹਿ ਕੇ ਲਿਆ, ਮੈਂ ਕਿਹਾ ਵੀ ਅੱਜ ਮੈਨੂੰ ਨਹੀਂ ਚਾਹੀਦਾ, ਬੱਚਿਆਂ ਨੂੰ ਚਾਹੀਦਾ। ਅਤੇ ਲੋਕਾਂ ਨੇ ਰੱਜਵੇਂ ਪੈਸੇ ਦਿੱਤੇ, ਪਲੱਸ 1 ਲੱਖ ਰੁਪਇਆ ਰਿੰਪੀ ਦੀਦੀ ਆ ਸਿੰਗਾਪੁਰ, ਉਹ ਫੜਾ ਗਏ। ਚਲੋ ਇੰਨੇ ਨਾਲ ਉਹਦਾ ਘਰ ਸ਼ੁਰੂ ਕਰ ਲਿਆ ਆਪਾਂ। ਉਹ ਤੁਸੀਂ ਇੱਕ ਬੱਚੀ ਦਾ ਵੀ ਬਹੁਤ ਸੋਹਣਾ ਉਹ ਇਨੀਸ਼ੀਏਟਿਵ ਜਿਹੜਾ ਲਿਆ, ਉਹ ਵੀ ਮਤਲਬ ਤੁਹਾਡੀ ਬਹੁਤ ਦੇਖਿਆ ਲੋਕਾਂ ਨੇ ਉਸ ਚੀਜ਼ ਨੂੰ। ਉਹ ਗਏ ਸੀ ਅਸੀਂ ਮੋਗੇ ਵਾਲੀ ਸਾਈਡ ਹੀ ਸੀ, ਉਹ ਹੈਗਾ ਆਪਣੇ ਗੰਗਾ ਨਗਰ ਕੋਲੇ ਜਾ ਕੇ। ਅੱਛਾ। ਉਹ ਛੋਟੇ ਬੱਚੇ? ਹਾਂ, ਬਹੁਤ ਦੂਰ ਆ। ਉਹ ਮੈਨੂੰ ਕਿਸੇ ਨੇ ਨਾ ਜੀ ਮੈਸੇਜ ਕੀਤਾ ਸੀ ਰਾਤ ਨੂੰ, ਆਇਆ ਮੈਸੇਜ ਵੀ ਭਾਜੀ ਆਹ ਬੱਚਿਆਂ ਦੀ ਵੀਡੀਓ ਦੇਖੋ। ਜਦੋਂ ਮੈਂ ਵੀਡੀਓ ਦੇਖੀ ਜੀ, ਬੱਚੇ ਰੋਈ ਜਾਣ, ਸਾਨੂੰ ਨੂਨ ਲੈ ਦਿਓ, ਸਾਨੂੰ ਖੰਡ ਲੈ ਦਿਓ, ਕਿਸੇ ਨੇ ਨਾ ਉਹਨਾਂ ਦੀ ਵੀਡੀਓ ਬਣਾ ਕੇ ਪਾਈ ਸੀਗੀ, ਕਿਸੇ NGO ਵਾਲੇ ਨੇ। ਘਰ ਵੀ ਬਿਲਕੁਲ ਛੱਤ ਡਿੱਗਣ ਵਾਲੀ ਸੀ, ਛੱਤ ਡਿੱਗਣ ਵਾਲੀ ਸੀ, ਉਹ ਤਾਂ ਬਾਂਸਾਂ ਜਾਂ ਦੇ ਸਹਾਰੇ ਖੜਾਈ ਵੀ ਸੀ, ਡੰਡਾ ਜੇ ਲਾ ਕੇ ਖੜਾਈ ਸੀ। ਅਸੀਂ ਫਿਰ ਇੱਥੋਂ ਜਿਵੇਂ ਮੇਰੇ ਖਿਆਲ ਅਰਲੀ ਮਾਰਨਿੰਗ ਨਿਕਲੇ, ਅਸੀਂ ਸਵੇਰੇ ਇੱਥੋਂ ਨਿਕਲੇ ਸੀ 7 ਵਜੇ, 1:30 ਵਜੇ ਪਹੁੰਚੇ ਅਸੀਂ ਉੱਥੇ। ਅਸੀਂ ਜੋ ਕਰ ਸਕਦੇ ਉਹ ਪੈਸੇ ਧਿਆਨ ਦੇ ਨਾਲ ਉਹਨਾਂ ਦਾ ਰਾਸ਼ਨ ਲਵਾ ਤਾ, ਪਲੱਸ ਹੋਇਆ ਕਿ ਉਹ ਵੀਡੀਓ ਇੰਨੀ ਵਾਇਰਲ ਹੋ ਗਈ ਭਾਜੀ, ਉਹਨਾਂ ਦਾ ਮਕਾਨ ਵੀ ਬਣ ਗਿਆ, ਉਹਨਾਂ ਦੇ ਅਕਾਊਂਟਾਂ 'ਚ ਵੀ ਪੈਸੇ ਆ ਗਏ, ਅਤੇ ਮੇਰੇ ਖਿਆਲ 20-25 ਲੱਖ ਰੁਪਏ ਉਹਨੂੰ ਇਕੱਠਾ। ਉਸ ਤੋਂ ਬਾਅਦ ਗੱਲ ਹੋਈ ਬੱਚਿਆਂ ਨਾਲ? 1-2 ਵਾਰੀ ਹੋਈ ਸੀ ਬਸ, ਉਸ ਤੋਂ ਬਾਅਦ ਨਹੀਂ। ਅੱਛਾ, ਕਿਸੇ ਚੀਜ਼ ਨੇ ਮਨ ਵੀ ਤੋੜਦੀ ਹੈ ਜੋ ਤੁਸੀਂ ਸੇਵਾ ਕਰਦੇ ਹੋ? ਕਈ ਵਾਰੀ ਅਗਲਾ 1 ਵਾਰੀ ਤਾਂ ਤੁਹਾਨੂੰ ਬੜਾ ਕਹਿੰਦਾ ਵੀ ਮੇਰੀ ਸੇਵਾ ਕਰ ਦਿਉ, ਬਾਅਦ ਦੇ ਵਿੱਚੋਂ ਬੰਦੇ ਦੀਆਂ ਮਤਲਬ ਸੁਰ ਬਦਲ ਜਾਂਦੇ ਆ, ਜਿਹਨੂੰ ਪੰਜਾਬੀ 'ਚ ਕਹਿ ਦਈਏ ਗੱਲ ਬਦਲ ਲੈਂਦਾ ਅਗਲਾ, ਕਹਿੰਦਾ ਗੱਲ ਨਹੀਂ ਕਰਦਾ ਵੀ ਠੀਕ ਆ ਕਰਤੀ ਮਾਂ, ਤਾਂ ਫਿਰ ਕੀ ਹੋ ਗਿਆ? ਅਸੀਂ ਵੈਸੇ ਅਸੀਂ ਸਹੀ ਦੱਸਾਂ, 1 ਵਾਰੀ ਕਰਿਆ ਹੈ, ਉਦੋਂ ਬਾਅਦ ਅਸੀਂ ਨਾ ਤਾਂ ਮਿਲਣ ਜਾਂਦੇ ਹਾਂ ਜ਼ਿਆਦਾ, ਅਗਲੇ ਨੂੰ ਆਏ ਨਾ ਲੱਗੇ ਵੀ ਸਾਡੇ 'ਤੇ ਇਹਨਾਂ ਨੇ ਸਾਨ ਕੀਤਾ, ਡਿਪੈਂਡ ਜੇ ਹੋ ਗਏ ਵੀ। ਹਾਂ, ਅਸੀਂ ਮਿਲਣ ਵੀ ਨਹੀਂ ਜਾਂਦੇ, 1-2 ਸਾਲ ਬਾਅਦ ਕਦੀ ਕਾਲ ਕਰ ਲਈ ਦੀ ਆ, ਕਦੀ ਜੇ ਨੰਬਰ ਫੀਡ ਹੈਗਾ ਮੇਰੇ ਕੋਲ ਜਾਂ ਅਗਲੇ ਦੀ ਆ ਜਾਂਦੀ ਆ ਕਾਲ। ਹੁਣ ਇੱਕ ਭਾਅ ਜੀ, ਇੱਕ ਸੀ PGI ਦੇ ਵਿੱਚ ਸੀਗਾ ਮੁੰਡਾ, ਉਹਦੇ ਹਾਰਟ ਦਾ ਆਪਰੇਸ਼ਨ ਹੋਣਾ ਸੀਗਾ। ਅੱਛਾ। ਉਹਦਾ ਯਾਨੀ ਕਿ ਦਿਲ ਹੀ ਬਦਲਿਆ ਜਾਣਾ ਸੀ। ਠੀਕ ਹੈ। ਅਤੇ PGI ਕਹਿੰਦੇ ਵੀ 14 ਲੱਖ ਰੁਪਇਆ ਚਾਹੀਦਾ, 14-15 ਲੱਖ ਰੁਪਇਆ ਦਾ ਹੱਲ ਹੋ ਜੂਗਾ।
ਇੱਦਾਂ ਹੀ ਬੱਚਿਆਂ ਦਾ ਫੰਕਸ਼ਨ ਸੀਗਾ, ਮੈਂ ਲੱਖ ਰੁਪਏ ਦੇ ਆਇਆ, ਨਾਲ ਅਸੀਂ ਵੀਡੀਓ ਪਾ ਤੀ ਵੀ ਭਾਈ ਇਹ ਬੰਦੇ ਨੂੰ ਪੈਸੇ ਚਾਹੀਦੇ, ਭਾਅ ਜੀ 2 ਦਿਨਾਂ 'ਚ 9 ਲੱਖ ਰੁਪਇਆ ਉਹਨੂੰ ਆ ਗਿਆ, ਟੋਟਲ ਅਮਾਊਂਟ ਨਹੀਂ ਯਾਦ, ਹੋ ਸਕਦਾ 10-11 ਆ ਗਿਆ, ਇੰਨਾ ਮੈਨੂੰ ਪਤਾ ਵੀ ਪਹਿਲੇ 2 ਦਿਨਾਂ 'ਚ 9 ਲੱਖ ਆਇਆ ਸੀ, ਉਹਦੇ ਉੱਤੇ ਵੀ ਆਇਆ ਸੀ ਉਹਨੂੰ, ਅਤੇ ਅੱਜ ਉਹ ਜੀ ਰਿਹਾ ਵਾ, ਮੈਨੂੰ ਕਦੀ ਕਦੀ ਕਾਲ ਆਉਂਦੀ ਹੁੰਦੀ ਭਾਅ ਜੀ ਮੈਂ ਵੀ ਠੀਕ ਹਾਂ, ਮੈਂ ਆਪਣੇ ਪਰਿਵਾਰ 'ਚ ਹੈਗਾ। ਅੱਛਾ, ਜਿਹੜੀਆਂ ਚੀਜ਼ਾਂ ਲੋਕ ਜਵਾਨੀ 'ਚ ਕਰਦੇ, ਤੁਸੀਂ ਇਹ ਜਿਹੜੇ ਟੈਟੂ ਬਣਾਏ ਹੋਏ ਆ, ਇਹ ਫਿਰ ਬਾਅਦ 'ਚੋਂ ਬਣਾਏ ਜਾਂ ਇਹ ਜਦੋਂ ਤੁਸੀਂ? ਦੇਖੋ ਭਾਅ ਜੀ, ਇੱਥੇ ਮੈਂ ਉਹ ਨਾਮ ਬਦਲਾਉਣਾ ਵਾ। ਅੱਛਾ, ਇੱਥੇ ਕੋਈ ਹੋਰ ਨਾਮ? ਇਹ ਨਹੀਂ ਹੋ ਸਕਦਾ, ਹੋਰ ਨਾਮ ਮਤਲਬ ਕੋਈ, ਇਹਦਾ ਨਾਮ ਹੀ ਹੋਰ ਰੱਖ ਲਾਂਗੇ। ਮੈਨੂੰ ਮਜ਼ਾਕ ਕਰਦੇ ਹੁੰਦੇ ਨਾ ਕਿ ਮੈਂ ਉਹਨੂੰ ਕਹਿੰਦਾ ਹੁੰਦਾ ਬਿੰਦੂ ਯਾਰ ਮੈਂ ਚੇਂਜ ਕਰਾਉਣਾ, ਇੱਥੇ ਨਾਮ ਬਦਲਾਉਣਾ। ਅੱਛਾ, ਇਹਦਾ ਮਤਲਬ ਤੁਹਾਡੇ ਕੋਲ ਆਫਰਾਂ ਆਉਂਦੀਆਂ ਹੋਣੀਆਂ ਤਾਂ ਹੀ ਕਹਿੰਦੇ। ਹੁਣ ਕਿੱਥੇ ਆਫਰ ਆਉਣੀਆਂ ਭਾਅ ਜੀ? ਨਹੀਂ ਨਹੀਂ, ਜਿਸ ਹਿਸਾਬ ਨਾਲ ਤੁਸੀਂ ਰੀਲਾਂ ਪਾਉਂਦੇ ਹੋ, ਅਗਲਾ ਕਹਿੰਦਾ ਠੀਕ ਆ, ਉਹ ਇੱਕ ਚੱਲਿਆ ਨਹੀਂ ਸੀ, ਉਹ ਕਹਿੰਦਾ ਜੇ ਗਵਾਚਿਆ ਕਹਿੰਦੀ ਕੋਈ ਮਾੜਾ ਜਿਹਾ ਤਾਂ ਲੱਭ ਤਾਂ ਚੱਜ ਦਾ ਲਈਏ, ਕਿੰਨਾ ਕੁ ਡਾਂਟ ਕੇ ਰੱਖਦੇ ਇਹਨਾਂ ਨੂੰ। ਨਹੀਂ ਨਹੀਂ, ਮੈਂ ਨਹੀਂ ਡਾਂਟਦੀ। ਆਪਾਂ ਭਾਈ ਸੱਚ ਦੱਸ ਦੇਈਦਾ, ਫੋਨ ਹੀ ਇਹਦੇ ਕੋਲ ਹੁੰਦਾ। ਅੱਛਾ, ਫੋਨ 'ਤੇ ਆਉਂਦੇ ਹੋਣੇ? ਫੋਨ ਤਾਂ ਵਾਧੂ ਆਉਂਦੇ ਆ ਜੀ। ਅੱਛਾ, ਮੈਸੇਜ ਆਉਂਦੇ ਹੁੰਦੇ ਆ, ਉਹ ਮੈਂ ਇਹਦੀ ਵੀ ਗੱਲ ਕਰਾ ਦਿੰਦਾ। ਮੈਸੇਜ 'ਚ ਕੋਈ ਇੱਦਾਂ ਦਾ ਫਨੀ ਮੈਸੇਜ ਦੱਸੋ ਜਿਹੜਾ ਆਇਆ ਹੋਵੇ, ਮਤਲਬ ਵੀ ਜਿਹੜਾ ਸਭ ਤੋਂ ਫਨੀ ਫਨੀ ਮੈਸੇਜ ਆਇਆ ਹੋਵੇ, ਵੀ ਕਿਸੇ ਕਿਸੇ ਵੀ ਲੇਡੀਜ਼ ਦਾ ਲਾ ਲਓ ਜਾਂ ਕਿਸੇ ਦਾ ਵੀ ਆਇਆ ਹੋਵੇ, ਵੀ ਤੁਸੀਂ ਵੇਖ ਕੇ ਹੈਰਾਨ ਹੋ ਵੀ ਦੇਖੋ ਨਿਰੂਲਾ ਜੀ ਹਜੇ ਵੀ ਜਦੋਂ ਜਵਾਨੀ ਵਾਲਾ ਜ਼ੋਰ ਸੀ ਵਜਾਲਮਾ। ਛੱਡੋ ਭਾਈ, ਨਹੀਂ ਨਹੀਂ, ਤੂੰ ਮੈਨੂੰ ਛੇੜਦੇ ਹੁੰਦੇ ਆ। ਅੱਛਾ, ਮੈਂ ਕਈ ਵਾਰੀ ਕਹੂੰਗੀ ਨਾ, ਜਿਵੇਂ ਮੈਂ ਆਪਾਂ ਕਹਿ ਦਿੰਦੇ ਕਿਸੇ ਟਾਈਮ ਤੇ ਆਪਣੀ ਤਬੀਅਤ ਖਰਾਬ ਹੋ ਜਾਂਦੀ, ਆਪਾਂ ਕਹਿੰਦੇ ਬਸ ਮੈਂ ਨਹੀਂ ਹੁਣ ਬਚਣਾ, ਮੈਂ ਮਰਦੀ ਤਾਂ ਪਈ ਨਹੀਂ, ਤੂੰ ਮਰ ਤਾਂ ਸਹੀ, ਮੈਂ ਹੋਰ ਲਿਆਉਣ ਵਾਲਾ ਬਣਾ। ਦੇਖੋ ਇਦਾਂ ਵੀ ਖੱਪ ਖਾਂਦੇ, ਮਤਲਬ ਵੈਸੇ ਤਾਂ ਚਲੋ ਤੁਸੀਂ ਇੱਧਰ ਵੀ ਟੈਟੂ ਬਣਾਇਆ ਹੋਇਆ ਇੱਧਰ? ਇਹ ਮੇਰੀ ਬੇਟੀ ਦਾ ਜੀ। ਅੱਛਾ, ਇਹ ਮੇਰੀ ਬੇਟੀ ਆ, ਮੈਂ ਆ, ਇਹ ਬਾਜ ਜਿਹਾ ਬਣਿਆ ਹੋਇਆ, ਟੀ ਸ਼ਰਟ ਪਾਈ ਵੀ ਆ ਮੇਰੇ। ਅੱਛਾ, ਇਹ ਬੇਟੀ ਹੈ? ਹਾਂਜੀ, ਸਿਮਰਨ। ਠੀਕ ਆ, ਉਹ ਬਾਹਰ ਆ ਬੇਟੀ ਤੁਹਾਡੀ? ਹਾਂਜੀ। ਉਹ ਤਾਂ ਹੁਣੇ ਗਏ ਜਾਂ ਪਹਿਲਾਂ ਦੇ ਗਈ ਹੈ? ਮਤਲਬ ਕਿੰਨਾ ਟਾਈਮ ਹੋ ਗਿਆ? 2 ਸਾਲ ਹੋਏ, ਸਾਲ ਤੋਂ ਥੋੜਾ ਜਿਹਾ ਉੱਪਰ ਹੋਇਆ, ਪੜ੍ਹਾਈ ਤਾਂ ਪੂਰੀ ਹੋ ਗਈ, 1 ਸਾਲ ਤੇ 4-5 ਮਹੀਨੇ ਹੋ ਗਏ। ਸਾਲ ਹੋ ਗਿਆ ਨਾ, ਕਿੰਨਾ ਕੁ ਮਤਲਬ ਉਹ ਇੱਕ ਦੱਸੋ ਬੌਂਡਿੰਗ, ਕਿਉਂਕਿ ਤੁਸੀਂ ਤਾਂ ਮਦਰ ਫਾਦਰ ਦੱਸ ਸਕਦੇ ਹੋ ਨਾ, ਵੀ ਕਿੱਦਾਂ ਬੇਟੀ ਆ ਜਿਹੜੀ ਉਹਦੇ ਨਾਲ ਮੋਹ ਪ੍ਰੇਮ ਆ, ਜਾਂ ਉੱਥੇ ਰਹਿ ਕੇ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਨੇ, ਹੈ ਨਾ ਸਾਰਾ ਕੁਛ ਥੋੜਾ ਜਿਹਾ ਬੱਚਿਆਂ ਲਈ ਬਹੁਤ ਹੁੰਦਾ ਉਹ। ਸਵੇਰੇ 7 ਵਜੇ ਕਾਲ ਆ ਜਾਂਦੀ ਹੈ ਨਾ, 7 ਤੋਂ 8 ਵਜੇ ਤੱਕ ਵੀਡੀਓ ਕਾਲ ਵਿੱਚਦੀ, ਯਾਨੀ ਕਿ ਰਾਤ ਨੂੰ ਪੈਣ ਲੱਗੇ ਵੀਡੀਓ ਕਾਲ ਦੇਖ ਲਈਦਾ ਬਸ। ਇਹਦਾ ਹੁਣ ਸਟੱਡੀ ਲਈ ਭਾਅ ਜੀ ਅਸੀਂ ਗਏ ਸੀ ਕੈਨੇਡਾ ਬੱਚਿਆਂ ਕੋਲ, ਕਿ ਇਹਨਾਂ ਨੂੰ ਉੱਥੇ ਸੈੱਟ ਕਰ ਦੇਣਾ, ਯੇ ਕਰ ਦੇਣਾ, ਉਹ ਕਰ ਦੇਣਾ, ਜਾਂਦੇ ਹੀ ਮੇਰਾ ਤਾਂ ਭਾਅ ਜੀ ਦਿਲ ਨਹੀਂ ਲੱਗਿਆ। ਅੱਛਾ, ਮੈਂ ਬੱਚਿਆਂ ਨੂੰ ਕਿਹਾ ਵੀ ਦੇਖੋ ਵੀ ਮੇਰੇ ਮੰਮੀ ਡੈਡੀ ਦਾ ਹੈਗਾ ਇੰਡੀਆ, ਠੀਕ ਹੈ, ਵੀ ਜਾਂ ਤਾਂ ਉਹਨਾਂ ਨੂੰ ਵੀ ਇੱਥੇ ਬੁਲਾ ਲਓ, ਨਹੀਂ ਤਾਂ ਮੈਂ ਵੀ ਜਾਊਂਗਾ, ਠੀਕ ਹੈ। ਉਹਨਾਂ ਨੇ ਮੇਰੇ ਪਾਪਾ ਨੇ ਕਾਗਜ਼ ਨਹੀਂ ਭੇਜੇ ਆਪਦੇ ਇੱਧਰੋਂ, ਮੈਂ ਤਾਂ ਵਾਪਸ ਆ ਗਿਆ, ਉਹ ਵੀ ਮੇਰੇ ਬੱਚੇ ਵੀ ਨਾਲ ਹੀ ਆ ਗਏ। ਨਹੀਂ, ਉੱਥੇ ਤੁਸੀਂ ਕਿੱਦਾਂ ਟੂਰਿਸਟ ਤੇ ਗਏ ਸੀ ਜਾਂ ਫਿਰ ਉੱਥੇ? ਅਸੀਂ ਟੂਰਿਸਟ ਗਏ ਸੀ, ਉੱਥੇ ਆਪਾਂ ਨੂੰ ਵਰਕ ਪਰਮਿਟ ਮਿਲਦਾ ਪਿਆ ਸੀ LMI। ਅੱਛਾ, ਉੱਥੇ ਮਿਲ ਜਾਂਦਾ ਇੱਦਾਂ, ਠੀਕ ਹੈ, ਤੇ ਅਸੀਂ ਲਿਆ ਨਹੀਂ, ਪਰ ਕਿ ਮੈਨੂੰ ਆਪਦੇ ਮੰਮੀ ਡੈਡੀ ਨਾਲ ਲਗਾਵ ਸੀ, ਯਾਨੀ ਕਿ ਤੁਹਾਡੇ ਬੱਚਿਆਂ ਨੂੰ ਹੈ ਨਹੀਂ ਸੀ, ਉਹ ਬਾਹਰ ਰਹਿੰਦੇ ਨੇ। ਸਾਡੇ ਬੱਚਿਆਂ ਨੂੰ ਸਾਡੇ ਨਾਲ ਵੀ ਲਗਾਵ ਆ, ਤੇ ਮੇਰੇ ਮੰਮੀ ਡੈਡੀ ਨਾਲ ਵੀ ਲਗਾਵ, ਦਾਦਾ ਦਾਦੀ ਨਾਲ। ਹਾਂ, ਉਹ ਕਹਿੰਦੇ ਫਿਰ ਪਾਪਾ ਅਸੀਂ ਨਾਲ ਹੀ ਚੱਲਦੇ ਹਾਂ, ਠੀਕ ਹੈ, ਚਲੋ ਚੱਲੀਏ। ਅਸੀਂ ਸਾਰੇ ਵਾਪਸ ਆ ਗਏ, ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਇੱਕ ਵਾਰੀ PR ਪਾ ਲਓ, ਲਾਈਫ ਬਣਾ ਲਓ। ਕਹਿੰਦੇ ਵੀ 3-4 ਮਹੀਨੇ ਅਸੀਂ ਰਹਿ ਕੇ ਆਵਾਂਗੇ ਇੰਡੀਆ, ਇੱਕ ਵਾਰੀ ਹੁਣ 3 ਕੁ ਮਹੀਨਿਆਂ ਲਈ ਆਏ ਆ, 3-4 ਮਹੀਨਿਆਂ ਲਈ, ਠੀਕ ਹੈ, ਫਿਰ ਜਾਵਾਂਗੇ। ਮੈਂ ਕਿਹਾ ਮੇਰੇ ਮੰਮੀ ਡੈਡੀ ਸੱਦ ਲਓ, ਮੈਂ ਵੀ ਆ ਜਾਊਂਗਾ, ਠੀਕ ਹੈ। ਤੁਸੀਂ ਕਹਿੰਦਾ ਵੀ ਮੈਂ ਨਹੀਂ ਛੱਡਣੇ ਨਾ? ਹਾਂ, ਵੀ ਮੈਂ ਨਹੀਂ ਛੱਡਣੇ। ਅੱਛਾ, ਪਰ ਜਿੱਦਾਂ ਬਿੰਦੂ ਜੀ, ਮਤਲਬ ਮੈਂ ਇਹਨਾਂ ਦੀਆਂ ਜਿੰਨੀਆਂ ਸੁਣਦਾ ਹੁੰਦਾ ਵੀ ਇਹ ਕਹਿੰਦੇ ਵੀ ਮੇਰੀ ਪ੍ਰੋਪਰਟੀ ਆ ਜਿਹੜੀ ਉਹ ਭਰਾਵਾਂ ਦੇ ਨਾਮ ਆ, ਅਕਸਰ ਨਾ ਲੇਡੀਜ਼ ਦੇ ਬਹੁਤ ਇਲਜ਼ਾਮ ਲੱਗਦਾ ਵੀ ਜਦੋਂ ਇਹ ਘਰੇ ਆਉਂਦੀਆਂ ਵਿਆਹ ਤੋਂ ਬਾਅਦ ਤਾਂ ਇਹ ਭਰਾਵਾਂ ਨੂੰ ਜ਼ਰੂਰ ਅੱਡ ਕਰ ਦਿੰਦੀਆਂ, ਵੀ ਹੋਰ ਕੁਛ ਨਾ ਅੱਡ ਕਰਨ, ਚੁੱਲ੍ਹਾ ਚੌਂਕਾ ਅੱਡ ਕਰਾ ਦਿੰਦੀਆਂ। ਤੁਸੀਂ ਇਕੱਠੇ ਰੱਖਿਆ, ਮਤਲਬ ਕਿਹੜੀ ਤੁਹਾਡੇ ਕੋਲ ਹੈਗੀ ਹੈ ਇੱਦਾਂ ਦੀ ਜਾਦੂ ਦੀ ਛੜੀ ਕਹਿ ਦਿੰਦੇ ਆ ਜਿਹਨੂੰ, ਵੀ ਜਿਹਦੇ ਕਰਕੇ 2 ਪਰਿਵਾਰ ਇਕੱਠੇ ਰਹਿ ਗਏ, ਕਿਉਂਕਿ ਅਕਸਰ ਦਰਾਣੀ ਜਠਾਣੀ ਹੁੰਦੀਆਂ ਕਹਿੰਦੇ ਬਣਦੀ ਨਹੀਂ ਉਹਨਾਂ ਦੇ। ਮੈਂ ਜ਼ਿਆਦਾ ਹੈ ਨਾ ਉਹ ਕਰਦੀ ਨਹੀਂ ਕਿਸੇ ਵੀ ਗੱਲ 'ਚ,
ਮੈਂ ਮਤਲਬ ਇਦਾਂ ਦੀ ਵੈਸੇ ਸਾਡੇ ਘਰ ਚ ਇਦਾਂ ਦੀ ਕੋਈ ਗੱਲ ਹੈ ਨਹੀਂ, ਮੈਂ ਵੈਸੇ ਪੁੱਛ ਰਿਹਾ ਕਿ ਬਹੁਤ ਸੋਹਣੀ ਗੱਲ ਆ ਜੀ, ਅਸੀਂ ਇੱਕ ਘਰ ਚ 18-19 ਜਣੇ ਰਹਿੰਦੇ ਆ ਇੱਕ ਘਰ ਚ, ਪਰ ਮੈਂ ਅੱਜ ਤੱਕ ਕਦੇ ਇਹ ਨਹੀਂ ਕਿਹਾ ਕਿ ਮੈਂ ਅੱਡ ਹੋਣਾ ਸਾਡੀ, ਇੱਦਾਂ ਨਹੀਂ ਬਹਿਸ ਹੁੰਦੀ ਹੋਊ ਕਦੀ ਮਾੜੀ ਮੋਟੀ ਇਹਦੀ ਹੋ ਗਈ, ਮੇਰੀ ਤਾਂ ਮੇਰੇ ਬ੍ਰਦਰ ਨਾਲ ਕਦੀ ਹੋਈ ਹੋਈ ਨਹੀਂ। ਅੱਛਾ, ਉਹ ਇੰਨਾ ਕੁ ਯਾਨੀ ਕਿ ਰਿਸਪੈਕਟ ਕਰਦੇ ਆ, ਜਦੋਂ ਦਾ ਮੈਂ ਸੁਰਤ ਸੰਭਾਲੀ ਆ ਆਏ ਨਹੀਂ ਕਦੀ ਉਹਨਾਂ ਨੇ ਮੂਹਰੋਂ ਮੈਨੂੰ ਕਦੀ ਪਲਟ ਕੇ ਕੁਛ ਕਿਹਾ ਹੋ, ਮੈਨੂੰ ਮੇਰੇ ਮੈਂ ਆਹ ਫੈਸਲਾ ਲੈ ਲਿਆ ਤਾਂ ਓਕੇ ਡਨ ਆ। ਠੀਕ ਹੈ, ਇਹਨਾਂ ਦੀ ਘਰੇ ਕੋਈ ਹੁੰਦੀ ਹੋ ਮਾੜੀ ਮੋਟੀ ਕੋਈ ਹੁੰਦੀ, ਪਰ ਇੱਥੋਂ ਤੱਕ ਨਹੀਂ ਪਹੁੰਚਿਆ। ਮੇਰੇ ਡੈਡੀ ਨੇ ਜੀ ਸੈਂਟਰ ਸਿਟੀ 'ਚ ਕੋਠੀ ਪਾ ਦਿੱਤੀ ਇੱਕ ਬਹੁਤ ਵਧੀਆ। ਠੀਕ ਹੈ, ਉਹ ਕਹਿੰਦੇ ਵੀ ਕਪਿਲ ਤੂੰ ਜਾਣਾ, ਮੈਂ ਕਿਹਾ ਜੀ ਮੈਂ ਤਾਂ ਜਾਣਾ ਨਹੀਂ, ਮੈਂ ਕਿਹਾ ਮੈਨੂੰ ਤਾਂ ਪੁੱਛਿਓ ਵੀ ਨਾ ਗਾਂ ਨੂੰ। ਫਿਰ ਮੇਰੇ ਬ੍ਰਦਰ ਨੂੰ ਪੁੱਛਿਆ, ਠੀਕ ਹੈ, ਉਹ ਕਹਿੰਦਾ ਜੀ ਇੱਥੇ ਤਾਂ ਮੇਰੇ ਦੋ ਦੋ ਪਿਓ ਆ, ਆਹ ਵੀ ਮੇਰੇ ਪਿਓ ਵਰਗਾ, ਤੁਸੀਂ ਵੀ ਮੈਂ ਕਿਉਂ ਜਾਵਾਂ ਉੱਧਰ। ਫਿਰ ਸਾਡਾ ਛੋਟਾ ਜਿਹੜਾ ਮਾਮਾ ਜੀ ਦਾ ਬੇਟਾ ਦੀਸ਼ੂ ਨਾਲ ਰਹਿੰਦਾ, ਉਹ ਹੈ ਸਾਡਾ ਬ੍ਰਦਰ ਹੀ ਹੈ ਕਿਉਂ ਸ਼ੁਰੂ ਤੋਂ ਸਾਡੇ ਨਾਲ ਹੀ ਹੈ, ਅਤੇ ਉਹ ਕਹਿੰਦਾ ਮੈਂ ਤਾਂ ਇੰਨਾ ਛੋਟਾ, ਮੈਂ ਤਾਂ ਨਹੀਂ ਉੱਧਰ ਜਾਣਾ। ਅਖੀਰੀ ਭਾਜੀ ਕਬੂਤਰਾਂ ਨੇ ਉੱਥੇ ਘਰ ਕੁਰਜੇ ਪਾਲੇ, ਡੈਡੀ ਦੇਖੀ ਗਿਆ ਵੀ ਹੁਣ ਹੁਣ ਹੁਣ, ਫਿਰ ਅਖੀਰੀ ਡੈਡੀ ਨੇ ਉਹ ਵੇਚਤਾ ਵੀ ਛੱਡੋ ਪਰਾਂ ਵੀ ਇਹ ਤਾਂ। ਅੱਛਾ, ਵੀ ਰਹਿੰਦੇ ਨਹੀਂ ਹੈਗੇ ਉੱਥੇ? ਹਾਂ ਨਹੀਂ, ਅਸੀਂ ਨਹੀਂ ਗਏ, ਅਸੀਂ ਅੱਡ ਨਹੀਂ ਹੋਏ। ਅੱਛਾ, ਇਹਦੇ ਲਈ ਕੀ ਚਾਹੀਦਾ? ਕਿਉਂਕਿ ਭਰਾ ਤਾਂ ਜਿਹੜਾ ਹੈਗਾ ਉਹ ਤਾਂ ਮਤਲਬ ਕਹਿੰਦੇ ਆ ਵੀ ਮਤਲਬ ਨਾ ਮਾੜੀ ਜਗ੍ਹਾ ਪਿੱਛੇ ਵੀ ਲੜ ਪੈਂਦੇ ਆ, ਕਲੇਸ਼ ਹੋ ਜਾਂਦੇ ਆ, ਪਤਲ ਤਾਂ ਗੱਲ ਪਹੁੰਚ ਜਾਂਦੀ ਹੈ, ਵੱਡਾ ਦਿਲ ਚਾਹੀਦਾ ਤੁਸੀਂ ਫਿਰ ਏਡਾ ਵੱਡਾ ਦਿਲ। ਇਹਦੇ ਲਈ ਭਾਜੀ ਇੱਕ ਪੇਸ਼ੈਂਸ ਚਾਹੀਦੀ ਹੈ ਤੁਹਾਨੂੰ, ਇੱਕ ਗਾਂਹਲਾ ਵੀ ਹੋਵੇ ਨਾ। ਹੁਣ ਮੇਰੇ ਭਰਾ ਹੀ ਇੰਨੇ ਚੰਗੇ ਆ, ਮੇਰਾ ਸੁਭਾਅ ਗਰਮ ਆ, ਮੈਂ ਭਰਾਵਾਂ ਨੂੰ ਬੋਲ ਦਿੰਦਾ, ਮੈਂ ਡਾਂਟ ਦਿੰਦਾ ਕਿਉਂਕਿ ਗਲਤੀ ਕਰੂਗਾ। ਮੈਨੂੰ ਇਹ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਮਝਾ ਦੇਣਾ ਚਾਹੀਦਾ, ਆਪਾਂ ਖੂਹ 'ਚ ਨਹੀਂ ਡਿੱਗਣ ਦੇਣਾ, ਸਮਝਾ ਕੇ ਉਹਨੂੰ ਮੋੜੋ, ਨਹੀਂ ਮੁੜਦਾ ਦੂਜੀ ਤਰ੍ਹਾਂ ਮੋੜੋ। ਮੈਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਬੋਲੀ ਵੀ ਜਾਵਾਂ, ਯਾਨੀ ਕਿ ਮੇਰੀ ਵਜ੍ਹਾ ਨਾਲ ਨਹੀਂ ਉਹਨਾਂ ਦੀ ਵਜ੍ਹਾ ਨਾਲ ਅਸੀਂ ਇਕੱਠੇ ਹਾਂ। ਠੀਕ ਹੈ, ਉਹਨਾਂ ਦੀ ਪੇਸ਼ੈਂਸ ਕਰਕੇ। ਉਹ ਮੇਰੇ ਬ੍ਰਦਰ 'ਚ ਰਾਜ ਨਰੂਲਾ ਉਹਦਾ ਨਾ, ਉਹਦੇ 'ਚ ਐਡੀ ਕੁ ਪੇਸ਼ੈਂਸ ਆ ਨਾ ਵੀ ਮੰਨ ਲਓ ਕਿਸੇ ਚੀਜ਼ ਨੂੰ ਮੈਂ ਮਨਾ ਵੀ ਕਰਤਾ ਨਹੀਂ ਤਾਂ ਉਹਨੇ ਆਏ ਨਹੀਂ ਪਲਟ ਕੇ ਵੀ ਇਹ ਕਿਉਂ ਆਏ ਨਹੀਂ। ਅੱਛਾ, ਉਹਨੇ ਕਹਿਣਾ ਠੀਕ ਹੈ ਭਾਜੀ। ਉਹ ਭਾਜੀ ਕਹਿੰਦਾ ਕੋਈ ਨਹੀਂ ਭਾਜੀ। ਠੀਕ ਹੈ, ਇੰਨਾ ਪਿਆਰਾ, ਏਦਾਂ ਹੀ ਦੀਸ਼ੂ ਆ। ਠੀਕ ਹੈ, ਵੀ ਜੋ ਕਹਿ ਤਾ ਉਹਨਾਂ ਲਈ ਪੱਥਰ ਤੇ ਲਕੀਰ ਆ ਵੀ ਭਾਜੀ ਨੇ ਕਿਹਾ ਬਸ ਡਨ ਆ ਵੀ ਇਹ ਨਹੀਂ ਕਰਨਾ। ਅੱਛਾ, ਤੁਸੀਂ ਗਾਣਿਆਂ 'ਚ ਵੀ ਹੈਗੇ ਹੋ, ਮੈਂ ਤੁਹਾਡੇ ਗਾਣੇ ਵੀ ਸੁਣਦਾ ਨਾ। ਅਸੀਂ ਵੀਰ ਬਲਜੀਤ ਦੇ ਗਾਣੇ 'ਚ ਆਏ, ਅਸੀਂ ਸਾਥ ਗਾਣੇ 'ਚ ਆਏ ਹਾਂ, ਖੁਦ ਦਾ ਗਾਣਾ ਵਿਸ਼ ਪਤਨੀ ਏਦਾਂ ਦਾ ਕੋਈ ਗਾਣਾ ਸੀਗਾ ਮਤਲਬ ਜਿਹਦੇ 'ਚ ਤੁਹਾਡਾ ਬਾਹਰ ਦੇ ਸ਼ਾਟ ਜਿਹਾ। ਕੈਨੇਡਾ 'ਚ ਹੋਇਆ ਸੀ ਸਾਡਾ, ਉਦੋਂ ਐਨਵਰਸਰੀ ਸੀ। ਠੀਕ ਹੈ, ਐਨਵਰਸਰੀ 'ਤੇ ਕੀ ਹੋਇਆ, ਸੈਮ ਨੂੰ ਮੈਂ ਕਿਹਾ ਸੈਮ ਯਾਰ ਐਨਵਰਸਰੀ ਆ, ਤੁਸੀਂ ਆਪਦੀ ਐਨਵਰਸਰੀ 'ਤੇ ਗਾਣੇ ਬਣਾਉਂਦੇ ਹੋ, ਸਾਡਾ ਬਣਾ। ਉਹਨੇ ਰੋਮੀ ਮਾਨ ਨੂੰ ਫੋਨ ਲਾਇਆ ਰਾਤ ਨੂੰ। ਅੱਛਾ ਅੱਛਾ, ਰੋਮੀ ਮਾਨ ਨੂੰ ਕਾਲ ਲਾਈ ਉਹਨੇ, ਤੇ ਰੋਮੀ ਮਾਨ ਨੂੰ ਕਿਹਾ ਵੀ ਭਾਜੀ ਵੀ ਇੱਦਾਂ ਕਰਕੇ ਨਾ ਮੰਮਾ ਪਾਪਾ ਨੇ ਨਾ ਐਨਵਰਸਰੀ ਆ, ਰਹਿ ਗਏ 6 ਦਿਨ। ਅੱਛਾ, ਤੇ ਪਾਪਾ ਨੇ ਇੱਕ ਡਿਮਾਂਡ ਰੱਖਤੀ ਗਾਣਾ ਬਣਾਉਣਾ। ਰੋਮੀ ਮਾਨ ਨੇ ਭਾਜੀ 25-30 ਮਿੰਟਾਂ ਦੇ ਵਿੱਚ ਗਾਣਾ ਬਣਾ ਕੇ ਭੇਜਤਾ, ਤੇ ਉਹ ਪਹਿਲੇ ਦਿਨ ਹੀ ਟ੍ਰੈਂਡਿੰਗ 'ਚ ਚਲਾ ਗਿਆ। ਉਹਨਾਂ ਲੋਕਾਂ ਨੂੰ ਵੀ ਤਾਂ ਤਕਲੀਫ ਹੁੰਦੀ ਹੈ ਕਿ ਮਤਲਬ ਯਾਰ ਵਲੋਗਿੰਗ ਦੇ ਨਾਂ 'ਤੇ ਇੱਦਾਂ ਕੁਛ ਨਾ ਹੋਵੇ, ਕੁਛ ਨੈਗੇਟਿਵ ਪ੍ਰਮੋਟ ਨਾ ਹੋਵੇ। ਤੁਸੀਂ ਇੱਦਾਂ ਕਰੋ, ਸਾਡੇ ਵਲੋਗ ਦੇਖ ਲਓ, ਉਹਦੇ ਵਿੱਚ ਕੁਛ ਮਾੜਾ ਨਿਕਲਿਆ ਵੇ। ਜਦੋਂ ਬੱਚਿਆਂ ਨੇ ਸ਼ੁਰੂ ਕੀਤਾ ਸੀ, ਸੈਮ ਨੇ ਰੀਤ ਨੂੰ ਚੱਕ ਕੇ ਇੱਕ ਵੀਡੀਓ ਜੀ ਬਣਾਈ ਸੀ, ਉਹ ਕੀ ਚੱਲਦਾ ਸੀ, ਉਹ ਉੱਧਰਲੀ ਸਾਈਡ ਚੱਲਦਾ ਸੀ ਦਿੱਲੀ ਸਾਈਡ, ਉੱਧਰਲੀ ਕੋਮਨ ਜੀ ਜੀ ਪੰਜਾਬ 'ਚ, ਤੂੰ ਉਹਦੀ ਵਾਈਫ ਨੂੰ ਚੱਕ ਲਿਆ, ਇੱਥੇ ਇਹ ਆ। ਠੀਕ ਹੈ, ਯਾਨੀ ਬੈਡ ਕਮੈਂਟ ਦੀ ਤੁਸੀਂ ਗੱਲ ਕਰਦੇ ਨਾ ਭਾਜੀ, ਇੱਕ ਵਾਰੀ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਸੀ। ਠੀਕ ਹੈ, ਯਾਨੀ ਕਿ ਉਦੋਂ ਦੀ ਬਹੁਤ ਬਹੁਤ ਜ਼ਿਆਦਾ ਹਾਈਪ ਨਹੀਂ ਸੀ, ਪਰ ਉਹਦਾ ਨਾਮ ਚੰਗਾ ਬਣ ਗਿਆ ਸੀ, ਸਿੱਧੂ ਮੂਸੇਵਾਲਾ ਇੱਕ ਨਾਮ ਸੀਗਾ, ਜਾਣਦੇ ਸੀ ਲੋਕ। ਹਾਂ, ਉਦੋਂ ਬਾਅਦ ਤਾਂ ਬਹੁਤ ਜ਼ਿਆਦਾ ਹਾਈਪ। ਮੈਂ ਕੀ ਕੀਤਾ ਭਾਜੀ, ਮੈਨੂੰ ਉਹ ਬੰਦਾ ਵਧੀਆ ਲੱਗਦਾ ਸੀ। ਠੀਕ ਹੈ, ਮੈਂ ਸਾਡੇ ਉੱਥੇ ਝੁੱਗੀਆਂ ਹੈਗੀਆਂ ਜਗਰਾਉਂ, ਤੇ ਮੈਂ ਉੱਥੇ ਕੀਤਾ ਲੰਗਰ ਬਣਵਾ ਲਿਆ, ਕੇਕ ਪੇਸਟਰੀਜ਼ ਕੱਪੜੇ ਲਿਆਉਂਦੇ ਬੱਚਿਆਂ ਦੇ,
ਤੇ ਸੈਮਰੀਤ ਨੂੰ ਬੁਲਾ ਲਿਆ। ਮੈਂ ਕਿਹਾ ਯਾਰ ਮੈਂ ਐਂ ਸੈਲੀਬ੍ਰੇਟ ਕਰਨਾ ਵਾ। ਅਸੀਂ ਉੱਥੇ ਟੈਂਟ ਟੂੰਟ ਲਵਾਇਆ, ਚੰਗਾ ਖਰਚਾ ਕਰਕੇ ਉੱਥੇ ਉਹ ਵੀਡੀਓ ਘੁੰਮਦੀ ਘੁੰਮਦੀ ਸਿੱਧੂ ਤੱਕ ਪਹੁੰਚ ਗਈ। ਅੱਛਾ। ਅਤੇ ਸਿੱਧੂ ਦਾ ਹਜੇ ਤੱਕ ਮੇਰੇ ਕੋਲ ਬੋਲਿਆ ਪਿਆ, ਕਹਿੰਦਾ ਯਾਰ ਆਹ ਬੰਦਾ ਕੌਣ ਆ? ਅੱਛਾ। ਕਿ ਮੈਨੂੰ ਇਹ ਉਹਨੇ ਯਾਨੀ ਕਿ ਸਪੈਸ਼ਲ ਮੇਰਾ ਨੰਬਰ ਮੰਗਾਇਆ, ਮੈਨੂੰ ਸਪੈਸ਼ਲ ਮੁਹਾਲੀ ਮਿਲਿਆ, ਤੁਹਾਨੂੰ ਮਿਲਿਆ ਸਿੱਧੂ ਮੂਸੇਵਾਲਾ। ਫਿਰ ਉਹਨੇ ਸਿਮਰਨ ਨੂੰ ਆਪਦੇ ਗਾਣੇ 'ਚ ਲਿਆ, ਡਾਕਟਰ ਗਾਣੇ 'ਚ। ਠੀਕ ਹੈ। ਯਾਨੀ ਚੰਗੀ ਸਿੱਧੂ ਨਾਲ ਆਪਣੀ ਹੋ ਗਈ ਸੀ। ਹੋਈ ਕਿਵੇਂ? ਕਿ ਮੈਂ ਮੈਨੂੰ ਜਿਹੜਾ ਬੰਦਾ ਵਧੀਆ ਲੱਗਦਾ, ਮੰਨ ਲਓ ਮੇਰੀ ਤੁਹਾਡੇ ਨਾਲ ਬੌਂਡਿੰਗ ਵਧੀਆ ਹੋ ਗਈ, ਤੁਸੀਂ ਮੈਨੂੰ ਵਧੀਆ ਲੱਗਦੇ ਹੋ, ਮੈਂ ਤੁਹਾਡੇ ਜਨਮ ਦਿਨ 'ਤੇ ਆਹ ਚੀਜ਼ ਕਰ ਦੇਣੀ ਆ। ਕਿ ਇੱਕ ਬਹਾਨਾ ਚਾਹੀਦਾ, ਕਿਸੇ ਦੀ ਹੈਲਪ ਕਰਨ ਦਾ ਇੱਕ ਬਹਾਨਾ ਚਾਹੀਦਾ। ਸਹੀ ਗੱਲ ਆ। ਇੱਕ ਨਾ ਕਹਿੰਦੇ ਹੁੰਦੇ ਆ ਵੀ ਜਿਹਨੇ ਕਾਮਯਾਬ ਹੋਣਾ ਨਾ ਉਹਦੇ ਲਈ ਕੋਈ ਬਹਾਨੇ ਮੈਟਰ ਨਹੀਂ ਕਰਦੇ, ਅਤੇ ਜਿਹਨੇ ਨਹੀਂ ਹੋਣਾ ਉਹ ਰਜਾਈ 'ਚ ਬੈਠਾ ਵੀ ਕਹੀ ਜਾਊਗਾ ਠੰਡ ਬਹੁਤ ਆ ਮੈਂ ਨਹੀਂ ਭੱਜਦਾ। ਕਮੈਂਟ ਦੀ ਗੱਲ ਤਾਂ ਨਾ, ਇਹਦੇ ਥੱਲੇ ਵੀ ਮੈਨੂੰ ਨੈਗੇਟਿਵ ਕਮੈਂਟ ਆਏ ਸੀ, ਇਹ ਫੇਮ ਭਾਲਦਾ, ਇਹ ਐਂ ਕਰਦਾ, ਇਹ ਇੱਦਾਂ। ਮੈਂ ਕਿਹਾ ਭਰਾਵਾ ਲੱਖ ਰੁਪਇਆ ਲਾ ਕੇ ਕੌਣ ਫੇਮ ਭਾਲੂਗਾ? ਫੇਮ ਲਈ ਤਾਂ ਮੈਂ ਕੋਈ ਮਾੜੀ ਜਿਹੀ ਉਹੋ ਜਿਹੀ ਕੰਟਰੋਵਰਸੀ ਖੜੀ ਕਰ ਦਿੰਦਾ ਵਾ, ਫੇਮ ਤਾਂ ਆਪੇ ਮਿਲ ਜਾਣਾ। ਅੱਛਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਚਲੋ ਤੁਸੀਂ ਬਹੁਤ ਵਧੀਆ, ਤੁਹਾਡਾ ਕਪਲ ਆ, ਮੈਨੂੰ ਵਧੀਆ ਲੱਗਦੇ ਤੁਸੀਂ, ਤੁਹਾਡੀ ਗੱਲਬਾਤ ਆਪਾਂ ਜਿਹੜੀ ਕਰ ਵੀ, ਜਿਹੜੇ ਲੋਕ ਕੈਮਰਾ ਸਿੱਧਾ ਵਾਈਫ 'ਤੇ ਹੀ ਰੱਖਦੇ ਆ ਵੀ ਮਤਲਬ ਘਰ ਵਾਲੀ ਮੇਰੀ ਜੀ ਇੱਧਰੋਂ ਆ ਗਈ ਉੱਧਰੋਂ ਆ ਗਈ, ਥੋੜ੍ਹਾ ਜਿਹਾ ਜੇ ਤੁਸੀਂ ਬੋਲ ਸਕਦੇ ਹੋ ਇਸ ਬਾਰੇ, ਜੇ ਨਹੀਂ ਵੀ ਬੋਲਣਾ ਤੁਹਾਡੀ ਮਰਜ਼ੀ ਆ, ਪਰ ਉਹਨਾਂ ਨੂੰ ਥੋੜ੍ਹਾ ਜਿਹਾ ਕੀ ਆ, ਮੈਂ ਇੱਕ ਕਪਲ ਆ, ਮੈਂ ਉਹਦਾ ਨਾਮ ਨਹੀਂ ਲੈਣਾ, ਉਹ ਮਤਲਬ ਫੋਨ ਇੱਥੇ ਇੱਕ ਜਗ੍ਹਾ 'ਤੇ ਘੁਮਾਈ ਰੱਖਦੇ ਆ ਨਾ। ਮਤਲਬ ਦੇਖੋ ਜੀ, ਹੁਣ ਸਾਰਿਆਂ ਦੀ ਆਪਦਾ ਆਪਦਾ ਦਿਮਾਗ ਆ। ਨਹੀਂ ਲੱਗਦਾ ਪੈਸਾ ਮੁੱਖ ਹੋ ਗਿਆ ਇਸ ਜਗ੍ਹਾ ਤੋਂ, ਜੇ ਪੈਸਾ ਵੱਧ ਰਿਹਾ। ਦੇਖੋ ਜੀ, ਜਿਹੜੀ ਗਲਤ ਚੀਜ਼ ਦਿਖਾ ਕੇ ਪੈਸਾ ਕਮਾਉਣਾ ਜਾਂ ਵਲਗਰ ਵੀਡੀਓਜ਼ ਬਣਾਉਣੀਆਂ, ਉਹ ਤਾਂ ਹੈ ਹੀ ਗਲਤ ਆ। ਅਸੀਂ ਬਣਾਵਾਂਗੇ ਤਾਂ ਸਾਡੇ ਲਈ ਵੀ ਗਲਤ ਆ। ਮੰਨ ਲਓ ਮੇਰਾ ਬੇਟਾ ਕਈ ਵਾਰ ਗਲਤੀ ਕਰਦਾ ਤਾਂ ਮੈਂ ਉਹਨੂੰ ਦੱਸਦਾ ਤੂੰ ਇੱਥੇ ਗਲਤ ਆ ਵੇ, ਆਹ ਚੀਜ਼ ਡਿਲੀਟ ਕਰ। ਅੱਛਾ, ਕਹਿੰਦੇ ਆ ਤੁਸੀਂ? ਹਾਂ, ਕਹਿਣਾ ਪੈਂਦਾ ਦੱਸਣੀ ਚਾਹੁੰਦਾ ਕਿਵੇਂ, ਮੈਂ ਦੱਸਦਾ ਕਿਵੇਂ ਹੁੰਦਾ ਕਿਵੇਂ ਆ। ਅਸੀਂ ਸਾਰੇ ਬੈਠੇ ਹਾਂ, ਇੱਦਾਂ ਹੀ ਬੈਠੇ ਬੈਠੇ ਵੀਡੀਓ ਬਣ ਗਈ ਆ, ਕੋਈ ਰਜਾਈ 'ਚ ਬੈਠਾ, ਜਿਵੇਂ ਤੂੰ ਕਹਿੰਦੇ ਉੱਠਦੇ ਸਾਰ ਹੀ ਬਣਾਉਣ ਲੱਗ ਜਾਂਦੇ ਹੋ। ਕਈ ਵਾਰੀ ਇੱਦਾਂ ਹੁੰਦਾ, ਇਹ ਕਰਦੇ ਆ ਪ੍ਰੈਂਕ ਵੀਡੀਓ, ਅਸੀਂ ਪਏ ਹਾਂ ਕੋਈ ਸ਼ੋਟ ਲੈਣ ਲੱਗ ਵੀ ਸੀ ਤਾਂ ਆਹ ਚੀਜ਼ ਰਹਿਣ ਦੇ। ਠੀਕ ਹੈ, ਲੋਕਾਂ ਨੇ ਇਹ ਤਾਂ ਦੇਖਣਾ ਨਹੀਂ ਗਾ ਕਿ ਇਹ ਨੋਰਮਲ ਵੀਡੀਓ ਬਣ। ਆਪਣੇ ਪੰਜਾਬ 'ਚ ਨਾ ਥੋੜ੍ਹਾ ਜਿਹਾ ਵੈਸੇ ਵੀ ਨੈਰੋ ਮਾਈਂਡਡ ਲੋਕ ਜ਼ਿਆਦਾ, ਇਹ ਉਹ ਤਾਂ ਬਿਲਕੁਲ ਹੀ ਗਲਤ ਗੱਲ ਆ। ਆਪਾਂ ਇੱਕ ਗਲਤ ਚੀਜ਼ 'ਤੇ ਫੋਕਸ ਕਰਕੇ ਵੀਡੀਓ ਬਣਾਉਂਦੇ ਹਾਂ। ਮੈਂ ਸਮਝ ਗਿਆ ਕਿੱਥੋਂ ਤੁਸੀਂ ਕਹਿ ਰਹੇ ਹੋ। ਬਿਲਕੁਲ, ਉਹ ਚੀਜ਼ਾਂ ਤਾਂ ਬਿਲਕੁਲ, ਅਸੀਂ ਉਹ ਚੀਜ਼ ਕਰਦੇ ਹੀ ਨਹੀਂ। ਠੀਕ ਹੈ, ਉਹ ਚੀਜ਼ ਤਾਂ ਅਸੀਂ ਕਰਦੇ ਹੀ ਨਹੀਂ। ਮੈਂ ਤਾਂ ਇੱਥੋਂ ਵੀ ਰੋਕਦਾ ਹੁੰਦਾ ਕਿ ਆਪਾਂ ਬੈੱਡ 'ਚ ਯਾਰ ਜੇ ਅਸੀਂ ਸਵੇਰੇ ਉੱਠਦੇ ਪਏ ਹਾਂ ਤਾਂ ਉਹ ਚੀਜ਼ਾਂ ਨਾ ਤੁਸੀਂ ਬਣਾਓ। ਠੀਕ ਹੈ, ਵੀ ਲੋਕਾਂ ਨੂੰ ਜਿਹੜੀ ਚੀਜ਼ ਵਧੀਆ ਨਹੀਂ ਲੱਗਦੀ ਆਪਾਂ ਦਿਖਾਣੀ ਕਿਉਂ? ਨਹੀਂ, ਪਰ ਉਸ ਚੀਜ਼ ਨੇ ਤੁਹਾਡੇ ਇਸ ਚੀਜ਼ 'ਤੇ ਵੀ ਅਸਰ ਕੀਤਾ ਵੀ ਜਦੋਂ ਤੁਸੀਂ ਸੇਵਾ ਕਰਦੇ ਉਹਦੇ ਵਿੱਚ, ਜਿਵੇਂ ਤੁਸੀਂ ਹੁਣ ਕੰਟੀਨਿਊ ਕਰ ਰਹੇ ਹੋ, ਜਿਵੇਂ ਕੱਲ੍ਹ ਪਰਸੋਂ ਤੁਸੀਂ ਦੱਸਿਆ, ਉਹ ਚੀਜ਼ 'ਚ ਕਦੇ ਆਇਆ ਨਹੀਂ ਗਾ ਯਾਰ ਸੇਵਾ ਕਰ ਰਹੇ ਹੋ, ਲੋਕ ਫਿਰ ਵੀ ਬੋਲ ਰਹੇ? ਨਹੀਂ ਤਾਂ ਲੋਕ ਐਂ ਕਹਿਣ ਲੱਗ ਪੈਂਦੇ ਆ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਵੀ ਉਹ ਇੱਕ ਦੋ ਵਾਰੀ ਸੇਵਾ ਕਰਦੇ, ਜੇ ਉਹਨਾਂ ਨੂੰ ਮਾੜਾ ਕਮੈਂਟ ਆਇਆ ਕਹਿੰਦੇ ਮੈਂ ਨਹੀਂ ਸੇਵਾ ਕਰਨੀ, ਮੇਰੇ ਹੱਥ ਖੜੇ ਆ। ਤੁਹਾਡੇ ਹੱਥ ਕਿਉਂ ਨਹੀਂ ਖੜੇ ਹੋਏ ਇਹਨਾਂ ਚੀਜ਼ਾਂ ਤੋਂ ਬਾਅਦ ਵੀ? ਭਾਈ ਸੋਚੀਦਾ ਹੀ ਨਹੀਂ ਨਾ। ਫਿਰ ਤਾਂ ਇੱਦਾਂ ਵਾ, ਜਿਹੜੇ ਵਿਚਾਰੇ, ਮੰਨ ਲਓ ਅੱਜ ਤੋਂ ਜੇ ਮੈਂ ਸਾਲ ਪਹਿਲਾਂ ਹੀ ਇਹ ਚੀਜ਼ ਸੋਚ ਲੈਂਦਾ, ਕਿਉਂਕਿ ਸਾਨੂੰ ਤਾਂ ਕਦੋਂ ਦੇ, ਜਿੱਥੇ ਵਧੀਆ ਲੋਕ ਹੋਣਗੇ ਉੱਥੇ ਮਾੜੇ ਵੀ ਹੋਣਗੇ, ਕਮੈਂਟ ਗਲਤ ਵੀ ਸਾਨੂੰ ਆਉਂਦੇ। ਫਿਰ ਜੇ ਮੈਂ ਛੱਡ ਦਿੰਦਾ ਜਿਹੜੇ ਲੋਕਾਂ ਦਾ ਮੈਂ ਕਰ ਰਿਹਾ ਨਾ ਭਾਜੀ, ਮੈਨੂੰ ਯੂਟਿਊਬ ਬੰਦ ਕਰਨਾ ਪਊਗਾ, ਮੈਨੂੰ ਇੰਸਟਾ ਬੰਦ ਕਰਨਾ ਪਊ, ਜੇ ਬੈਡ ਕਮੈਂਟ ਬੰਦ ਕਰਨੇ ਆ ਨਾ ਤਾਂ ਸਾਨੂੰ ਸੋਸ਼ਲ ਮੀਡੀਆ ਬੰਦ ਕਰਨਾ ਪਊ। ਜੇ ਅਸੀਂ ਬੰਦ ਕਰਤਾ, ਜਿਹੜੇ ਲੋਕਾਂ ਦੇ ਸੁਪਨੇ ਸਾਡੇ ਨਾਲ ਹੁਣ ਜੁੜੇ ਹੋਏ ਆ ਕਿ ਨਰੂਲਾ ਫੈਮਿਲੀ ਹੈਲਪ ਕਰਦੀ ਆ, ਨਰੂਲਾ ਫੈਮਿਲੀ ਹੈਲਪ ਕਰਦੀ ਆ, ਫਿਰ ਉਹ ਫਿਰ ਬੰਦ ਹੋ ਜੂ। ਪੈਸੇ ਨਾਲ ਹੀ ਹੈਲਪ ਹੋਣੀ ਭਾਜੀ, ਮੰਨ ਲਓ ਮੇਰੇ ਕੋਲ ਆਊਗਾ ਹੀ ਨਹੀਂ, ਮੈਂ ਕਿਵੇਂ ਦਊਂਗਾ ਗਾ ਪੈਸੇ? ਇਹ ਵੀ ਗੱਲ ਆ, ਪੈਸੇ ਨਾਲ ਤਾਂ ਸਾਰਾ ਕੁਛ। ਨਾਲ ਇਹ ਵੀ ਆ ਭਾਜੀ, ਜੇ ਅਸੀਂ ਹੈਲਪ ਕਰਨ ਜਾਂਦੇ ਹਾਂ, ਅਸੀਂ ਕੋਲੋਂ ਕਰਤੀ, ਲੱਖ ਦੇਤਾ, 50,000 ਦੇਤਾ, ਜੋ ਦੇਣਾ ਦੇਤਾ, ਗਾਂ ਕਹੀਦਾ ਜੀ ਆਹ ਐਡਰੈਸ ਆ, ਆਹ ਨੰਬਰ ਆ, ਆਹ ਇਹਦਾ ਗੂਗਲ ਪੇ ਆ, ਤੁਸੀਂ ਪਾਣੇ ਪਾਓ, ਨਹੀਂ ਪਾਣੇ ਨਾ ਪਾਓ, ਆਹੀ ਕਰਤੀ ਹੈਲਪ। ਅਸੀਂ ਆਪਣਾ ਅਕਾਊਂਟ ਅੱਜ ਤੱਕ ਦੇ ਕੇ ਹੀ ਨਹੀਂ ਆਏ ਕਿ ਸਾਡੇ, ਫਿਰ ਕੱਲ੍ਹ ਨੂੰ ਤਾਂ ਫਸ ਜਾਂਗੇ। ਸਾਡਾ ਅਕਾਊਂਟ ਅਸੀਂ ਦੇ ਤਾ, ਅਗਲੇ ਕਹਿਣਾ ਤੈਨੂੰ ਪਾਏ,
ਮੰਨ ਲਓ ਮੇਰੇ ਕੋਲ 20-30 ਲੱਖ ਆ ਗਿਆ, ਮੇਰਾ ਮਨ ਬੇਈਮਾਨ ਹੋ ਗਿਆ, ਫਿਰ ਹੋ ਜਾਂਦਾ ਕਈ ਵਾਰੀ ਬੜਿਆਂ ਦਾ ਹੋਇਆ, ਅਸੀਂ ਆਪਦਾ ਅਕਾਊਂਟ ਨੰਬਰ ਦੇਣਾ ਹੀ ਨਹੀਂ ਵੀ ਜਿਹਦੇ ਕੋਲ ਗਏ ਆ ਜੀ ਇਹਦਾ ਅਕਾਊਂਟ ਨੰਬਰ ਆ ਵਾ ਜੀ ਅਸੀਂ ਦੇ ਚੱਲੇ ਹਾਂ, ਤੁਹਾਡੀ ਖੁਸ਼ੀ ਆ ਤੁਸੀਂ ਦੇਣਾ ਦੇ ਦਿਓ ਅਤੇ ਨਹੀਂ ਦੇਣਾ ਨਾ ਦਿਓ। ਅੱਛਾ, ਇਹ ਗੱਲ ਸਹੀ ਵੀ ਆ, ਫਨ ਵੀ ਹੁੰਦਾ ਨਾ। ਹੋਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਬੱਚਿਆਂ ਬਾਰੇ ਦੱਸੋ ਨਾ, ਮਤਲਬ ਲੋਕ ਉਹਨਾਂ ਦੀ ਤੁਹਾਡੇ ਨਾਲੋਂ ਵੱਧ ਹੈ ਨਾ, ਤੁਸੀਂ ਮਿਲ ਲੈਂਦੀ ਉਹਨਾਂ ਕਰਕੇ ਬਣਾਈ ਆ ਹੈ ਨਾ। ਇਹ ਸਾਰਾ ਕੁਝ ਜੀ ਹੋ ਹੀ ਸੈਮਰੀਤ ਕਰਕੇ ਰਿਹਾ। ਅੱਛਾ, ਸਾਰਾ ਕੁਝ ਸੈਮਰੀਤ ਤੇ ਸਿਮਰਨ, ਇੱਕ ਸਾਡੇ ਨਾਲ ਮੋਟੀ ਸਿਮਰਨ ਰਹਿੰਦੀ ਆ। ਅੱਛਾ, ਇਹਦੀ ਫਰੈਂਡ ਆ। ਹਾਂ, ਉਹ ਤੁਸੀਂ ਬੇਟੀ ਸ਼ਾਇਦ। ਹਾਂ, ਉਹ ਇਹਦੀ ਫਰੈਂਡ ਆ, ਇਹ ਉਹ ਤੋਂ ਪਾਰਲਰ ਦਾ ਕੰਮ ਸਿੱਖਦੀ ਸੀ। ਅੱਛਾ, ਤੇ ਉਹ ਸਾਡੇ ਨਾਲ ਹੀ ਰਹਿਣ ਲੱਗੀ। ਅੱਛਾ, ਵੈਸੇ ਉਹਦੀ ਫੈਮਿਲੀ ਹੈ, ਮਤਲਬ ਮੈਨੂੰ ਵੈਸੇ ਉਹਦੀ ਫੈਮਿਲੀ ਹੈਗੀ ਆ। ਠੀਕ ਹੈ, ਬਟ ਮੇਰੇ 4 ਸਾਲ ਤੋਂ ਘਰੇ ਨਹੀਂ ਗਈ, 5 ਸਾਲ ਤੋਂ, 8-7 ਸਾਲ ਤੋਂ ਆਪਦੇ ਘਰੇ ਨਹੀਂ ਗਈ। ਉਹ ਘਰੇ ਜਾਂਦੀ ਆ, ਜਿਵੇਂ ਮਿਲਿਆ ਹੀ ਮਿਲ ਕੇ ਵਾਪਸ ਆ ਜਾਣਾ। ਠੀਕ ਹੈ, ਉਹ ਪੂਰਾ ਹੱਕ ਜਤਾਉਂਦੀ ਆ। ਠੀਕ ਹੈ, ਬਿੰਦੂ, ਇਹਨੂੰ ਬਿੰਦੂ, ਤੇ ਵੀ ਜੇ ਸਿਮਰਨ ਨੇ ਆਹ ਲਹਿੰਗਾ ਲਿਆ ਤਾਂ ਮੈਂ ਵੀ ਆਹ ਲੈਣਾ। ਚਾਰੇ ਜਾਣੇ ਵੀ ਕਪਿਲ ਬਾਪਾ ਨੇ ਆਹ ਕੰਮ ਕਰਨਾ, ਵੀ ਆਹ ਚੀਜ਼ ਕਰਨੀ ਆ, ਤਾਂ ਉਹ ਮੇਰਾ ਇੰਨਾ ਕੁ ਸਾਥ ਦਿੰਦੇ ਆ। ਬੱਚਿਆਂ ਦੀ ਵਜ੍ਹਾ ਨਾਲ ਹੀ ਅਸੀਂ ਆਹ ਕੁਛ ਕਰ ਪਾ ਰਹੇ ਹਾਂ ਜੀ। ਸਾਨੂੰ ਰੀਲ ਦੇ ਕਿੰਨੇ ਪੈਸੇ ਮਿਲ ਜਾਣਗੇ? 12-15 ਸੌ ਮਿਲ ਜੂ, ਉਹਨਾਂ ਨੂੰ ਪੈਸੇ ਮਿਲਦੇ ਜ਼ਿਆਦਾ, ਤੇ ਫਿਰ ਉਹ ਪੈਸੇ ਅਸੀਂ ਸਾਰੇ ਸੇਵਾ 'ਚ ਲਾ ਸਕਦੇ ਹਾਂ। ਠੀਕ ਹੈ, ਉਹ ਮੈਨੂੰ ਪੁੱਛਦੇ ਨਹੀਂ, ਸਾਨੂੰ ਕਹਿੰਦੇ ਨਹੀਂ ਸਾਡਾ ਪੈਸਾ ਕਿੱਥੇ ਜਾਂਦਾ ਪਿਆ। ਸੈਮ ਨੇ ਕਦੇ ਵੀ ਨਹੀਂ ਮਤਲਬ ਪੁੱਛਿਆ ਨਹੀਂ ਕਦੇ। ਅੱਜ ਤੱਕ ਨਾ ਰੀਤ ਪੁੱਛਦੀ ਆ, ਪਾਪਾ ਤੁਹਾਡੇ ਅਕਾਊਂਟ 'ਚ ਪਾਤੇ ਆ। ਠੀਕ ਹੈ, ਉਹ ਤਾਂ ਬਸ ਇਹ ਕਹਿੰਦੇ ਹੁੰਦੇ ਆ। ਅੱਛਾ, ਕਈ ਲੋਕ ਨਾ ਟੈਗ ਵੀ ਕਰ ਦਿੰਦੇ ਆ, ਜਿੱਦਾਂ ਕੋਈ ਟ੍ਰੋਲਿੰਗ ਹੋ ਰਹੀ ਹੋਵੇ ਤੁਹਾਨੂੰ ਟੈਗ ਕਰਤਾ, ਫਿਰ ਉਹ ਚੀਜ਼ ਮਤਲਬ ਬੱਚਿਆਂ ਦੀ ਕੋਈ ਵੀਡੀਓ, ਕਿਉਂਕਿ ਪਿੱਛੇ ਜੇ ਕੋਈ ਇਦਾਂ ਦੇ ਸਰਕਮਸਟੈਂਸ ਬਣੇ ਅਸੀਂ ਇਗਨੋਰ ਮਾਰਦੇ ਆ ਉਹ ਚੀਜ਼। ਅੱਛਾ, ਹੁਣ ਦੇਖੋ ਭਾਜੀ, ਸਾਫ ਪਤਾ ਲੱਗਦਾ ਹੁੰਦਾ ਕੋਈ ਚੀਜ਼ ਇੱਦਾਂ ਜੋੜ ਕੇ ਬਣਾਈ ਗਈ ਆ। ਜਿਹੜੇ ਸਿਆਣੇ ਆ ਉਹ ਤਾਂ ਸਮਝ ਜਾਂਦੇ ਆ, ਜਿਨ੍ਹਾਂ ਨੇ ਸਵਾਦ ਲੈਣਾ, ਜਿਨ੍ਹਾਂ ਨੇ ਸਾਨੂੰ ਜਾਣ ਬੁੱਝ ਕੇ ਟੈਗ ਕਰ ਕਰ ਪਾਣੀ ਆ, ਦੇਖੋ ਆ ਦੇਖੋ, ਸਾਨੂੰ ਤਾਂ ਪਤਾ ਹੀ ਹੁੰਦਾ ਫੇਕ ਆ। ਹੁਣ ਜੇ ਅਸੀਂ ਬੋਝ ਪਾ ਕੇ ਬਹਿ ਜਾਂਗੇ, ਬੱਚੇ ਵੀ ਇਹਦੇ ਨਾਲ ਟੈਨਸ਼ਨ ਜਾਣਗੇ, ਇਗਨੋਰ ਬਸ। ਹੁਣ ਤਾਂ 5 ਸਾਲ ਹੋ ਗਏ ਭਾਜੀ ਇਹ ਕੰਮ 'ਚ, ਪਹਿਲੇ ਸਾਲ ਅਸੀਂ ਬਹੁਤ ਡਰਦੇ ਹੁੰਦੇ ਸੀ, ਯਾਰ ਆਹ ਕੀ ਹੋ ਗਿਆ, ਮੈਂ ਫੋਨ ਲਾ ਲੈਂਦਾ ਹੁੰਦਾ ਸੀ, ਤੂੰ ਆਹ ਕਮੈਂਟ ਕਿਵੇਂ ਕੀਤਾ ਸਾਨੂੰ ਪੁੱਠਾ। ਅੱਛਾ, ਫਿਰ ਸੈਮੀ ਨੇ ਸਮਝਾਇਆ, ਪਾਪਾ ਇਹ ਲੋਕਾਂ ਦਾ ਕੰਮ ਆ, ਆਪਣਾ ਇਹ ਕੰਮ ਜਾਂ ਤਾਂ ਆਪਾਂ ਬੰਦ ਕਰਦੇ ਹਾਂ ਜਾਂ ਚੱਲੀ ਜਾਣ ਦਿੰਦੇ ਹਾਂ। ਠੀਕ ਹੈ, ਉਹ ਤੁਸੀਂ ਨਾ ਗੱਲ ਟਾਲਦੀ, ਮੈਂ ਉਹ ਤੋਂ ਪਹਿਲਾਂ 2 ਸਵਾਲ ਨੇ ਮੇਰੇ। ਪਹਿਲਾ ਸਵਾਲ ਤਾਂ ਮੇਰਾ ਇਹ ਆ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਲੋਕ ਅਨਕੰਫਰਟੇਬਲ ਬਹੁਤ ਨੇ, ਜਾਂ ਅਨਸੈਂਸਿਟਿਵ ਕਹਿ ਸਕਦੇ ਹਾਂ ਉਹਨਾਂ ਨੂੰ, ਵੀ ਜਿਵੇਂ ਖੁਸ਼ੀਆਂ ਭਾਲਦੇ ਆ ਮਹਿੰਗੀ ਗੱਡੀ ਦੇ ਨਾਲ, ਮਹਿੰਗੇ ਕੱਪੜਿਆਂ ਦੇ ਨਾਲ, ਤੁਹਾਡੇ ਕੋਲ ਚਲੋ ਹੈਗੇ ਨੇ ਵਧੀਆ ਗੱਲ, ਪਰ ਉਹਨਾਂ ਲੋਕਾਂ ਨੂੰ ਵੀ। ਤੁਹਾਡੀ ਗੱਲ ਟੋਕਦਾ, ਤੁਹਾਡੇ ਥੱਲੇ ਗੱਡੀ ਖੜੀ ਆ ਮੇਰੀ, 62-13 ਨੰਬਰ ਆ, ਸਵਿਫਟ ਡਿਜ਼ਾਇਰ ਆ। ਅੱਛਾ, 10-11 ਸਾਲ ਪੁਰਾਣੀ ਆ। ਠੀਕ ਹੈ, ਮੈਂ ਉਹ 'ਤੇ ਆਇਆ ਤੇ ਮੈਨੂੰ ਜ਼ਿਆਦਾਤਰ ਤੁਸੀਂ ਉਹ 'ਤੇ ਹੀ ਦੇਖੋਗੇ। ਠੀਕ ਹੈ, ਖੁਸ਼ੀਆਂ ਭਾਲੋ ਭਾਜੀ ਆਪਦੀ ਫੈਮਿਲੀ 'ਚੋਂ, ਖੁਸ਼ੀਆਂ ਭਾਲੋ ਆਪਦੇ ਲਾਈਫ ਪਾਰਟਨਰ 'ਚੋਂ। ਕਿਉਂਕਿ ਪਿੱਛੇ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਸਾਡਾ ਦੋਸਤ ਸੀਗਾ ਅਤੇ ਉਹਦੀ ਵਾਈਫ, ਉਹਦੇ ਨਾਲ 5 ਦਿਨ ਕਲੇਸ਼ ਕਰੀ ਗਈ। ਉਹ ਬੰਦਾ ਥੋੜ੍ਹਾ ਗਰੀਬ ਸੀਗਾ, ਮਤਲਬ ਮਿਡਲ ਕਲਾਸ ਲਾ ਲਓ ਜਾਂ ਕੁਛ ਵੀ ਲਾ ਲਓ, ਤਾਂ ਉਹਨੇ ਮੈਨੂੰ ਗੱਲ ਦੱਸੀ, ਜਿੱਦਾਂ ਉਹ ਕਹਿੰਦਾ ਵੀ ਮੇਰੀ ਵਾਈਫ ਕਲੇਸ਼ ਕਰੀ ਗਈ ਕਿ ਤੂੰ ਮੇਰੇ ਬਰਥਡੇ 'ਤੇ ਵਧੀਆ ਪਾਰਟੀ ਕਿਉਂ ਨਹੀਂ ਕੀਤੀ, ਦੋਸਤ ਕਿਉਂ ਨਹੀਂ ਬੁਲਾਏ, ਇਕੱਠ ਕਿਉਂ ਨਹੀਂ ਕੀਤਾ। ਉਹ ਕਹਿੰਦਾ ਮੇਰੀ ਪਹੁੰਚ ਨਹੀਂ ਹੈਗੀ ਵੀ, ਮਤਲਬ ਅਸੀਂ ਉੱਦਾਂ ਦੀਆਂ ਚੀਜ਼ਾਂ ਕਿਉਂ ਕਰਦੇ ਹਾਂ ਵੀ ਜਦੋਂ ਸਾਨੂੰ ਘਰ ਦੇ ਹਾਲਾਤ ਪਤਾ ਹੋਣ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੱਡਾ ਪੰਗਾ ਲੈ ਲੈਂਦੇ ਆ ਜਾਂ ਵੱਡੀਆਂ ਇੱਛਾਵਾਂ ਰੱਖਦੇ ਨੇ, ਮਤਲਬ ਸੋਸ਼ਲ ਮੀਡੀਆ 'ਤੇ ਤੁਹਾਡੀਆਂ ਰੀਲਾਂ ਦੇਖ ਕੇ ਅਗਲੇ ਨੂੰ ਲੱਗਦਾ ਕਿ ਅਸੀਂ ਵੀ ਨਰੂਲਾ ਕਪਲ ਬਣ ਜਾਈਏ, ਵੀ ਅਸੀਂ ਵੀ ਮਹਿੰਗੇ ਮਹਿੰਗੀਆਂ ਛਾਪਾਂ ਛੱਲੇ ਪਾਇਆ। ਦੇਖੋ ਭਾਅ ਜੀ, ਕਰਜ਼ਿਆਂ ਥੱਲੇ ਆਣਗੇ, ਫਿਰ ਜੇ ਪੈਸਾ ਚੁੱਕ ਕੇ ਹੀ ਇਹ ਕੰਮ ਹੋਊਗਾ, ਜੇ ਤਾਂ ਤੁਹਾਡੀ ਜੇ ਭਾਰ ਚੱਲਦੀ ਆ ਤਾਂ ਕਰੋ। ਹੁਣ ਜੇ ਅਸੀਂ ਕਹੀਏ, ਅਸੀਂ ਸਾਡੇ ਧੋਤਲਿਆਂ ਨੂੰ ਦੇਖੀਏ, ਲੁਧਿਆਣੇ 'ਚ ਬੜੇ ਕਰੋੜਾਂਪਤੀ ਬੈਠੇ ਆ ਡਿਫੈਂਡਰਾਂ ਵਾਲੇ। ਹਾਂ, ਉਦੋਂ ਗਾਂਹ ਚਲੇ ਜਾਓ, ਲੈ ਸੈਮ ਨੂੰ ਮੈਂ ਇੱਕ ਫੋਰਚੂਨਰ ਲੈ ਕੇ ਦਿੱਤੀ ਵੀ ਆ ਜੀ, 7 ਸਾਲ ਪਹਿਲਾਂ ਦੀ, ਮੈਂ ਉਹ ਵੀ ਪੁਰਾਣੀ ਲੈ ਕੇ ਦਿੱਤੀ। ਠੀਕ ਹੈ, ਮੈਂ ਨਵੀਂ ਨਹੀਂ ਲੈ ਕੇ ਦਿੱਤੀ, ਉਹ ਵੀ ਮੈਂ ਚੱਲਦੀ ਗੱਡੀ ਲੈ ਕੇ ਦਿੱਤੀ ਪੁੱਤ, ਇਹ ਤੇ ਆਪਾਂ ਪੈਸਾ ਐਂ ਨਹੀਂ ਖਰਾਬ ਕਰਨਾ। ਹੁਣ ਕੈਨੇਡਾ ਜਾ ਕੇ ਇਹਨਾਂ ਨੇ ਰੂਬੀ ਕੌਣ ਲਈ,
ਚੋਰੀ ਹੋ ਗਈ, ਉਹ ਕਾਲੇ ਲੈ ਗਏ ਸੀ, ਵੀਡੀਓ ਚ ਆਇਆ ਵਾ ਸਾਰਾ। ਫਿਰ ਇਹਨਾਂ ਨੇ ਇੱਕ ਉਧਰਲੀ ਕੋਈ ਡੋਜ ਰੂਜ ਆ ਕੋਈ ਉਹ ਲਈ ਇਹਨਾਂ ਨੇ, ਯਾਨੀ ਕਿ ਇਹਨਾਂ ਨੇ ਪੈਸੇ ਉਹ ਚ ਉਡਾਏ ਆ, ਖਰਾਬ ਕੀਤੇ ਆ। ਇੱਧਰ ਆ ਕੇ ਫਿਰ ਇਹਨੂੰ ਸਮਝਾਇਆ, ਪੁੱਤ ਇੱਦਾਂ ਹੁਣ ਇਹਦੀ ਪੁਰਾਣੀ ਫੋਰਚੂਨਰ ਉਹੀ ਖੜੀ ਸੀ ਘਰੇ, ਉਹੀ ਚਲਾਈ, ਹੁਣ ਇਹਨੂੰ ਸਮਝ ਆ ਗਈ। ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਇਹਨੂੰ ਸਮਝ ਆਈ ਜਾਂਦੀ ਆ ਕਿ ਨਹੀਂ ਵੀ ਧਿਆਨ ਨਾਲ ਚੱਲਣਾ, ਪੈਸਾ ਬਚਾਉਣਾ, ਜਿੱਥੇ ਅਸੀਂ ਲਾਉਣਾ ਹੁਣ ਫੰਕਸ਼ਨ ਕੀਤਾ ਲੱਗੇ ਵੀ ਆ, ਬਟ ਸਾਨੂੰ ਪਤਾ ਸਾਡੇ ਵਲੋਗਿੰਗ ਚੋਂ ਵਾਪਸ ਵੀ ਆ ਜਾਣੇ ਆ। ਹੁਣ ਜੇ ਮਾੜਾ ਬੰਦਾ ਕਹੂਗਾ, ਮੰਨ ਲਓ ਜਿਹਦੀ ਤਨਖਾਹ 12,000 ਆ, ਉਹਦੀ ਵਾਈਫ ਕਹੇ ਵੀ ਆਪਾਂ ਪੈਲਸ ਕਰਨਾ, ਬਟ ਮੈਨੂੰ ਇਹ ਆ ਹੁਣ ਜਾਂਦੇ ਜਾਂਦੇ ਉਹ ਲਵ ਸਟੋਰੀ ਵਾਲਾ ਕਿੱਸਾ ਸੁਣਾ ਦਿਓ, ਉਹ ਪੈਂਡਿੰਗ ਹੋ ਜਾਣਾ, ਚਲੋ ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ, ਪਰ ਉਹ ਦੱਸ ਦਿਓ। ਨਹੀਂ ਰਹਿ ਨਹੀਂ ਦੋ, ਦੇਸੀ ਜੀ ਲਵ ਸਟੋਰੀ ਹੈ ਭਾਈ ਦਾ। ਹਾਂ ਸਾਡੀ ਇਹਨਾਂ ਰਿਸ਼ਤੇਦਾਰੀ 'ਚ ਵਿਆਹ ਸੀ ਬਸ, ਨਹੀਂ ਹੁਣ ਤਾਂ ਤੁਸੀਂ ਧੱਕੇ ਜਿਹੇ ਨਾ ਸੁਣਾਉਣ ਲੱਗੇ, ਹਰ ਗੱਲ ਤੋਂ ਪਹਿਲਾਂ ਵਾਲੀਆਂ ਫੀਲਾਂ ਸੁਣਾ ਦਿੱਤੀਆਂ, ਹੁਣ ਲਵ ਸਟੋਰੀ ਮੇਰੇ ਸਪੀਡ ਢਿੱਲੀ ਕਰ ਲਈ। ਸਾਡੇ ਜੀ ਮੇਰਾ ਰਿਲੇਟਿਵ ਸੀ, ਅੱਛਾ, ਮੇਰੇ ਫੁੱਫੜ ਜੀ ਦਾ ਭਰਾ ਸੀ, ਅੱਛਾ, ਇਹਦੇ ਮਾਮਾ ਜੀ ਦੀ ਕੁੜੀ ਨਾਲ ਉਹਦੀ ਮੈਰਿਜ ਹੋਈ ਸੀ, ਉਹ ਇਹਨੂੰ ਮਿਲਣ ਗਿਆ ਸੀ। ਸਕੂਟਰ ਮੇਰੇ ਕੋਲ ਹੁੰਦਾ ਸੀ, ਉਹਦੇ ਕੋਲ ਸਕੂਟਰ ਨਹੀਂ ਹੁੰਦਾ ਸੀ, ਮੇਰੇ ਕੋਲ ਵੈਸਪਾ ਸਕੂਟਰ ਸੀ। ਕਹਿੰਦਾ ਕਪਿਲ ਆਪਾਂ ਜਾਣਾ ਵਾ, ਮੇਰੇ ਤੋਂ ਵੱਡਾ ਸੀ, ਮੈਂ ਕਿਹਾ ਚਲੋ ਜੀ ਚੱਲਦੇ ਹਾਂ। ਉਹ ਉੱਥੇ ਉਹਨੂੰ ਮਿਲਦਾ ਪਿਆ, ਉਹਨਾਂ ਦੇ ਘਰੇ ਇਹ ਬੈਠੀ ਸੀਗੀ, ਪਹਿਲੀ ਵਾਰੀ ਮਿਲਿਆ ਮੈਨੂੰ ਠੀਕ ਲੱਗਿਆ, ਚਲੋ ਦੂਜੀ ਵਾਰੀ ਗਿਆ ਉਹ ਆਪਦਾ ਬੈਠੇ ਗੱਲਾਂ ਗੁੱਲਾਂ ਕਰਦੇ ਰਹਿੰਦੇ ਸੀ, ਅਤੇ ਮੁੜ ਕੇ ਵਿਆਹ 'ਚ ਚਲੇ ਗਿਆ। ਇਹਨੂੰ ਮੈਂ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈ, ਮੈਂ ਛੋਟਾ ਜਿਹਾ ਸੀ, 17 ਸਾਲ ਦਾ। ਅੱਛਾ, ਇਹ ਕਿੰਨੇ ਸਾਲ ਦੇ ਸੀ? ਇਹ ਵੀ 17 ਦੀ, 16-17 ਦੇਖਣ ਗਏ ਸੀ ਉਹਦੇ ਡੈਡੀ ਨੂੰ, ਮਤਲਬ ਮਨਾ ਨਹੀਂ ਕੀਤਾ, ਠੀਕ ਹੈ। ਜਦੋਂ ਉਹਨਾਂ ਨੇ ਕਿਹਾ ਅਸੀਂ ਕਰਾਉਣਾ ਵਾ, ਤਾਂ ਮੈਂ ਕਿਹਾ ਦੇਖ ਲਓ ਜੱਟਾਂ ਦੀ ਕੁੜੀ ਆ ਰੀਤ ਜਿਵੇਂ, ਮੈਂ ਕਿਹਾ ਵੀ ਸੀ ਤਾਂ ਆਪਣੇ ਮਿਜਾਜ ਨਹੀਂ ਰਲਦੀ ਹੁੰਦੀ, ਵੀ ਇਹ ਥੋੜੇ ਸਿੱਧੇ ਹੁੰਦੇ ਆ, ਵੀ ਦੇਖ ਲਾ। ਅੱਛਾ, ਤੇ ਕੁੜਮਾ ਤੋਂ ਡਰ ਲੱਗਦਾ? ਹਾਂ, ਉਹ ਭਾਜੀ 6.5 ਫੁੱਟ ਦੇ ਜਵਾਨ ਆ, ਮੈਨੂੰ ਡਰ ਲੱਗੇ ਉਹਨਾਂ ਤੋਂ। ਅਸੀਂ ਨਿੱਕਾ ਜਿਹਾ ਦੱਸਦਾ, ਮੈਂ ਕਿਹਾ ਭਾਜੀ ਸਾਡੇ ਰਾਤ ਦਾ ਵਿਆਹ ਹੁੰਦਾ, ਤੇ ਕਹਿੰਦੇ ਵੀ ਦੇਖ ਲਾ ਵੀ ਰਾਤ ਦਾ ਰੱਖ ਲਾ, ਨਰੂਲਾ ਵੀ ਸਾਡੇ ਬੜਕਾਂ ਬਹੁਤ ਮਾਰਦੇ ਆ ਪੀ ਕੇ, ਮੈਂ ਦਿਨ ਦਾ ਹੀ ਰੱਖ ਲਓ, ਅਸੀਂ ਰਾਤ ਦਾ ਨਹੀਂ ਕਰਨਾ। ਅੱਛਾ, ਇੰਨਾ ਹੁਣ ਕਿਵੇਂ ਚੱਲਦਾ ਕੰਮ ਹੁਣ ਜਦੋਂ ਫੋਨ ਤੇ ਗੱਲ ਗੁੱਲ ਹੁੰਦੀ? ਤੁਸੀਂ ਉਹਨਾਂ ਦੇ ਕਮੈਂਟ ਪੜ੍ਹੋ ਸਾਡੇ, ਮੇਰੀ ਬੇਟੀ ਇਹਨਾਂ ਦੇ ਘਰੇ ਵਿਆਹੀ ਆ, ਮੇਰੀ ਬੇਟੀ ਬਹੁਤ ਖੁਸ਼ ਆ ਆਪਣੇ ਘਰੇ, ਉਹਨਾਂ ਦੇ ਕਮੈਂਟ ਥੱਲੇ ਆਉਂਦੇ ਹੁੰਦੇ। ਅੱਛਾ, ਹੁਣ ਜਿਹੜੀ ਸੇਵਾ ਭਾਵਨਾ, ਬਾਹਰ ਜਾ ਕੇ ਵੀ ਕਿਤੇ ਕੋਸ਼ਿਸ਼ ਕੀਤੀ, ਬਾਹਰ ਵੀ ਤੁਹਾਨੂੰ ਮਿਲੇ ਹੀ ਹੋਣੇ ਲੋਕ ਤਾਂ? ਭਾਜੀ ਬਾਹਰ ਸਾਡੇ ਕੋਲ ਇੱਕ ਮੁੰਡਾ ਆਇਆ ਸੀ ਜੀ, ਇੱਥੋਂ ਹੀ ਸੀ ਵਿਚਾਰਾ, ਉਹਨੂੰ ਸਬਜ ਬਾਗ ਦਿਖਾ ਤੇ ਆਪਣੇ ਏਜੰਟ ਨੇ, ਚੰਡੀਗੜ੍ਹ ਤੋਂ ਏਜੰਟ ਨੇ, ਵਿਜ਼ਟਰ ਵੀਜ਼ਾ ਜੀ ਉਹਨੂੰ ਮਿਲਿਆ ਬੰਦੇ ਨੂੰ 20 ਲੱਖ 'ਚ। ਅੱਛਾ, ਵਿਜ਼ਟਰ ਵੀਜ਼ਾ 20 ਲੱਖ 'ਚ? ਉਹ ਵੀ ਕਿਵੇਂ ਲੈ ਕੇ ਗਿਆ ਵੀ ਦੱਸੋ। ਭਾਜੀ ਆ ਤਾਂ ਗਿਆ ਉੱਥੇ, ਸਾਨੂੰ ਕਹਿੰਦਾ ਵੀ ਅੰਕਲ ਜੀ ਮੈਂ ਤੁਹਾਡੇ ਘਰੇ 2 ਕੁ ਦਿਨ ਰਹਿਣਾ, ਅਤੇ ਫਿਰ ਮੈਂ ਮੋਂਟਰੀਅਲ ਚਲਾ ਜਾਣਾ ਵਾ, ਮੈਨੂੰ ਰੱਖ ਲਓਗੇ? ਮੈਂ ਕਿਹਾ ਆ ਜਾ ਪੁੱਤ, ਕੋਈ ਗੱਲ ਨਹੀਂ। ਸਾਨੂੰ ਜਾਣਦਾ ਹੀ ਸੀ ਪਹਿਲਾਂ ਇੱਥੇ, 2 ਦਿਨ ਭਾਜੀ ਸਾਡੇ ਕੋਲ ਰਹਿਣ ਆਇਆ ਸੀ। 3 ਦਿਨ ਜਦੋਂ ਉਹਨੇ ਆਪਣੇ ਦੋਸਤ ਨੂੰ ਫੋਨ ਲਾਇਆ, ਉਹਨੇ ਵੀਡੀਓ ਕਾਲ 'ਚ ਦਿਖਾ ਤਾ ਵੀ ਮੇਰੇ ਕੋਲ ਤਾਂ 8x8 ਦਾ ਕਮਰਾ, ਮੈਂ ਤੇ ਮੇਰੀ ਵਾਈਫ ਰਹਿੰਦੇ ਹਾਂ, ਤੂੰ ਸਾਡੇ ਕੋਲ ਕਿੱਥੇ ਰਹੇਗਾ? ਭਾਜੀ ਸਾਡੇ ਕੋਲੋਂ ਮੁੰਡਾ 3 ਮਹੀਨੇ ਰਹਿ ਕੇ ਆਇਆ, 3 ਮਹੀਨੇ ਰੋਟੀ ਪਾਣੀ ਉਹਦਾ ਰਹਿਣ ਸਹਿਣ ਸਾਰਾ ਖਰਚਾ। ਉੱਥੇ ਕੈਨੇਡਾ 'ਚ ਤੁਸੀਂ ਜੇ ਕਹੋ ਨਾ ਇੱਕ ਬੰਦਾ ਵੀ ਫਾਲਤੂ ਘਰੇ ਰੱਖਣਾ ਤੁਸੀਂ ਨਹੀਂ ਰੱਖਣਾ, ਬਹੁਤ ਔਖਾ। ਅਸੀਂ ਉਹਨੂੰ ਐਨ ਪੂਰਾ ਸੰਭਾਲਿਆ, ਉੱਥੇ ਵਿਚਾਰਾ ਡਿੱਗ ਪਿਆ, ਇੱਕ ਦਿਨ ਦਿਹਾੜੀ ਕਰਨ ਗਿਆ, ਇੱਥੋਂ ਬਾਂਹ ਟੁੱਟ ਗਈ ਉਹਦੀ। ਅੱਛਾ, ਫਿਰ ਉਹਦੀ ਬਾਂਹ ਬੂੰਹ ਜੀ ਬੰਨੀ, ਫਿਰ ਉਹਨੂੰ ਵਾਪਸ ਭੇਜਿਆ ਇੱਥੇ, ਹੁਣ ਉਹਦੀ ਟਿਕਟ ਦਾ ਖਰਚਾ ਸਾਰਾ ਕਢਾਇਆ, ਸਾਰਾ ਕੁਛ ਉਹਦਾ ਕਰਕੇ ਉਹਨੂੰ ਇੱਥੇ। ਹੁਣ ਉਹਨੂੰ ਮੈਂ ਕਿਹਾ ਪਹਿਲਾਂ ਤਾਂ ਗੁਣ ਲੈ, ਕੋਈ ਤੇਰੇ ਹੱਥ 'ਚ ਕੋਈ ਗੁਣ ਹੋਵੇ ਤੈਨੂੰ ਅਗਲਾ ਆਪ ਬੁਲਾਵੇ ਉੱਥੇ। ਬਿਲਕੁਲ, ਉੱਥੇ ਮੈਂ ਜਿੰਨੇ ਲੋਕ ਨੇ ਕੁੜੀਆਂ ਖਾਸ ਕਰਕੇ ਬਹੁਤ ਉੱਥੇ ਡਿਪਰੈਸ਼ਨ 'ਚ ਨੇ। ਮੈਂ ਕਿਹਾ ਭਾਅ ਜੀ ਪੁੱਛੋ ਹੀ ਨਾ,
ਸਟੂਡੈਂਟਾਂ ਦਾ ਬਾਹਰ ਇਹ ਹਾਲ ਆ, ਜਿੰਨੇ ਵੀ ਮੈਂ ਉੱਥੇ ਨੇਲਸ ਦਾ ਕਰਦੀ ਹੁੰਦੀ ਸੀ ਘਰੇ, ਜਿੰਨੇ ਵੀ ਮੇਰੇ ਕੋਲ ਸਟੂਡੈਂਟ ਆਉਂਦੀਆਂ ਸੀ ਕੁੜੀਆਂ, ਕੋਈ ਵੀ ਕੁੜੀ ਖੁਸ਼ ਨਹੀਂ ਸੀ ਉੱਥੇ। ਹਰ ਉਹਨਾਂ ਨੂੰ ਅਸੀਂ ਕਹਿਣਾ ਨਾ ਬੇਟੇ ਨਾਸ਼ਤਾ ਕਰ ਲਓ, ਮੈਨੂੰ ਆਦਤ ਆ ਤੁਸੀਂ ਵੀ ਮੇਰੇ ਕੋਲ ਆਓਗੇ ਨਾ ਕਿ ਮੈਂ ਇਹਨੂੰ ਕੁਛ ਖਵਾ ਦਾਂ ਕੋਈ ਨਾ ਕੋਈ ਚੀਜ਼। ਅਤੇ ਇਹਨੇ ਕਹਿਣਾ ਨਾ, ਨਹੀਂ ਆਂਟੀ ਅਸੀਂ ਰੱਜੇ ਵੇ, ਹੱਥ ਆਏ ਕਰੀ ਜਾਣੇ। ਫਿਰ ਇਹਨੇ ਮੈਨੂੰ ਇਸ਼ਾਰਾ ਕਰਨਾ ਵੀ ਕੁਛ ਬਣਾ ਲਿਆਓ। ਫਿਰ ਤੁਸੀਂ ਯਕੀਨ ਮੰਨਿਓ ਭਾਜੀ, ਐਡੀ ਪਲੇਟ ਭਰ ਕੇ ਚੌਲ ਅਤੇ ਰਾਜਮਾਂਹ ਦੀ ਜਾਂ ਸੈਂਡਵਿਚ ਦੇ ਚਾਰ ਪੀਸ, ਇੱਕ ਭੁੱਖਾ ਬੰਦਾ ਹੀ ਖਾ ਸਕਦਾ। ਉਹ ਵਿਚਾਰੇ ਇੰਨੇ ਇੰਨਾ ਖਾ ਜਾਂਦੇ, ਫਿਰ ਉਹ ਅੱਖਾਂ 'ਚ ਅੱਥਰੂ ਕਿ ਆਂਟੀ ਮੈਂ ਕੁਛ ਖਾਧਾ ਹੀ ਨਹੀਂ ਸੀ। ਮੇਰੇ ਖਿਆਲ ਉਹ ਤਾਂ ਕਿਸੇ ਵੀ ਕਾਸਟ ਦੇ ਵਿੱਚ ਜਦੋਂ ਤੁਸੀਂ ਤਾਂ ਮੇਰੇ ਖਿਆਲ ਧਰਮ ਦੇਖਦੇ ਹੀ ਨਹੀਂ ਤਾਂ ਜਿਹੜਾ ਮਰਜ਼ੀ ਆ ਜੇ ਭਾਈ, ਮਤਲਬ ਇਹ ਮੈਨੂੰ ਤੁਹਾਡੀ ਸਭ ਤੋਂ ਜਿਹੜੀ ਬੈਸਟ ਗੱਲ ਰੱਖਦੀ ਆ, ਨਹੀਂ ਤਾਂ ਲੋਕ ਜਿਹੜਾ ਕਾਸਟਿਜ਼ਮ ਦੇ ਵਿੱਚ ਬੱਝੇ ਹੋਏ ਨੇ। ਉੱਥੋਂ ਦੀ ਬੌਨ ਆਈ ਸੀ ਇੱਕ ਵਾਰੀ ਸਾਡੇ ਕੋਲੇ, ਉਹਦੇ ਪੇਰੈਂਟਸ ਤਾਂ ਇੰਡੀਅਨ ਸੀਗੇ ਬਟ ਉਹ ਕਦੇ ਆਈ ਨਹੀਂ ਇੰਡੀਆ 'ਚ, ਠੀਕ ਹੈ, ਅਤੇ ਉਹ ਸਾਡੇ ਕੋਲੇ ਫਸਟ ਟਾਈਮ ਆਈ। ਪਤਾ ਨਹੀਂ ਤਾਂ ਉੱਥੋਂ ਦੇ ਬੱਚੇ ਜਿਵੇਂ ਮਾਂ ਪਿਓ ਜਲਦੀ, ਪੇਰੈਂਟਸ ਨਾ ਜਲਦੀ ਆਪਣੇ ਤੋਂ ਅਲੱਗ ਕਰ ਦਿੰਦੇ ਆ। ਉਹ ਮੇਰੇ ਕੋਲ ਆਈ ਅਤੇ ਇੰਗਲਿਸ਼ 'ਚ ਹੀ ਗੱਲ ਕਰਦੀ ਸੀ ਉਹ, ਮੈਨੂੰ ਸਮਝ ਲੱਗ ਰਹੀ ਸੀ ਸਾਰੀ ਉਹ ਬੋਲਦੀ ਕੀ ਪਈ ਹੈ। ਸਾਡੀ ਥੋੜ੍ਹੀ ਇੰਗਲਿਸ਼ 'ਚ ਟੈਡ ਆ। ਉਸ ਦਿਨ ਸਾਡੇ ਘਰੇ ਸਾਰੇ ਜਾਣੇ ਸੀ, ਸੈਮ ਵੀ, ਰੀਤ ਵੀ, ਸਿਮਰਨ, ਸਾਰੇ ਬੱਚੇ ਘਰ ਸੀਗੇ, ਠੀਕ ਹੈ। ਪਤਾ ਨਹੀਂ ਤਾਂ ਉਹ ਇਕੱਲੀ ਰਹਿੰਦੀ ਸੀ, ਪਤਾ ਨਹੀਂ ਤਾਂ ਜਿਵੇਂ ਉਹ ਇਹ ਹੁੰਦਾ ਨਾ ਕਿ ਪੇਰੈਂਟਸ ਅਲੱਗ ਟਾਈਮ 'ਤੇ ਜੋਬ 'ਤੇ ਜਾਂਦੇ ਆ, ਬੱਚੇ ਅਲੱਗ ਟਾਈਮ, ਅਤੇ ਉਹ ਆਈ ਅਤੇ ਬੱਚੇ ਮੇਰੇ ਮਸਤੀ ਕਰਦੇ ਪਏ ਸੀ ਆਪਸ 'ਚ ਇੱਕ ਦੂਜੇ ਨੂੰ, ਜਿਵੇਂ ਆਪਣੇ ਇੰਡੀਆ 'ਚ ਹੁੰਦਾ ਇੱਕ ਦੂਜੇ ਨੂੰ ਲੜਨਾ, ਹੱਸਣਾ, ਖੇਡਣਾ, ਉਹ ਚੀਜ਼ ਕਰਦੀ। ਉਹ ਨਾ ਮੇਰੇ ਕੋਲੋਂ ਨੇਲਸ ਨਾ ਨੇ, ਨੇਲਸ ਉਹਦਾ ਘੱਟ ਧਿਆਨ, ਤਾਂ ਉਹ ਦੇਖੀ ਜਾਵੇ ਤਾਂ ਖੁਸ਼ ਹੋ ਜਾਵੇ ਪੂਰੀ, ਇੰਨੀ ਖੁਸ਼। ਅਤੇ ਉਸ ਦਿਨ ਵੀ ਆਪਾਂ ਕੁਛ ਬਣਾਇਆ ਸੀ, ਉਹਨੂੰ ਸੈਂਡਵਿਚ ਖਵਾਏ, ਅਤੇ ਉਹਨੂੰ ਨਾ ਸੈਂਡਵਿਚ ਦੇ ਕੇ ਆਏ, ਉਹ ਇੰਨੀ ਹੈਰਾਨ ਕਿ ਕੈਨੇਡਾ 'ਚ ਕਹਿੰਦੀ ਮੇਰੇ ਮੰਮਾ ਪਾਪਾ ਨਹੀਂ ਮੇਰਾ ਇੱਦਾਂ, ਜਿਵੇਂ ਤੁਸੀਂ ਅਸੀਂ ਉਹਨੂੰ ਕਦੀ ਜੂਸ ਪੁੱਛੀਏ ਕਦੇ, ਜਿਵੇਂ ਆਪਣੇ ਇੰਡੀਆ 'ਚ ਵੀ ਮਹਿਮਾਨ ਆਇਆ ਤਾਂ ਉਹਨੂੰ ਪਤਾ ਤਾਂ ਲੱਗੇ ਵੀ, ਉਹ ਸਮਝਦੀ ਸੀ ਕਿ ਮੈਂ ਤਾਂ ਇਹਨਾਂ ਦੀ ਕਸਟਮਰ ਹਾਂ, ਅਸੀਂ ਉਹਨੂੰ ਆਲੂ ਵਾਲੇ ਪਰੌਂਠੇ, ਉਹ ਤਾਂ ਭਾਈ 15 ਦਿਨ ਲੰਘਿਆ ਨਾ ਕਰਨ, ਮੈਂ ਨੇਲਸ ਲਵਾਉਣੇ ਆ। ਫਿਰ ਇਹਨੇ ਉਹਨੂੰ ਸਮਝਾਇਆ, ਪੁੱਤ ਤੇਰੇ ਆਹ ਨੇਲਸ ਨਾ ਨਿਚਲੇ ਖਰਾਬ ਹੋ ਜਾਣੇ ਆ, ਵੀ ਐਡੀ ਜਲਦੀ ਨਹੀਂ ਲਵਾਈ। ਉਹ ਕਹਿੰਦੀ ਕਹਿੰਦੀ ਆਂਟੀ ਮੈਂ ਪਤਾ ਕਿਉਂ ਆਨੀ ਆ, ਤੁਹਾਡੇ ਘਰੇ ਮੈਨੂੰ ਖੁਸ਼ੀ ਮਿਲਦੀ, ਤੁਸੀਂ ਸਾਰੇ ਇਕੱਠੇ ਹੋ, ਅਤੇ ਕਹਿੰਦੀ ਇੰਨੇ ਪਿਆਰ ਨਾਲ ਮੇਰੇ ਮੰਮਾ ਪਾਪਾ ਨਹੀਂ ਖਵਾਉਂਦੇ, ਫਿਰ ਉਹਨੇ ਕਦੀ ਆਲੂ ਵਾਲੇ ਪਰੌਂਠੇ, ਉਹਨੇ ਉੱਧਰ ਆਲੂ ਵਾਲੇ ਪਰੌਂਠੇ ਬਹੁਤ ਘੱਟ ਖਾਧੇ, ਉਹ ਪਤਾ ਨਹੀਂ ਕੀ ਸਟੱਫ ਸਟੱਫ ਕਰੀ ਜਾਂਦੀ ਸਾਨੂੰ, ਵੀ ਉਹ ਕੁਛ ਹੋਰ ਕਹਿੰਦੇ ਸੀ ਉਹਨੂੰ, ਪਰੌਂਠੇ ਨੂੰ ਕੁਛ ਹੋਰ ਕਹਿੰਦੇ ਆ, ਠੀਕ ਹੈ, ਯਾਨੀ ਕਿ ਉਹ ਸਿਰਫ ਇੱਕ ਪਿਆਰ ਦੇਖਣ ਲਈ ਕਿ ਇਹ ਇਕੱਠੇ ਰਹਿੰਦੇ ਆ, ਇਹ ਹੱਸਦੇ ਖੇਡਦੇ ਰਹਿੰਦੇ, ਉਹ ਇਸ ਲਈ ਸਾਡੇ ਕੋਲ $100 ਵਟਾ ਜਾਂਦੀ ਸੀ ਇਹਨੂੰ। ਕਹਿੰਦੀ ਮੈਂ ਇੰਡੀਆ ਨਹੀਂ ਕਦੇ ਗਈ, ਫਿਰ ਮੈਨੂੰ ਸਮਝਾਇਆ, ਕਹਿੰਦੀ ਮੈਨੂੰ ਐਂ ਲੱਗਦਾ ਹੁੰਦਾ ਇੰਡੀਆ ਅੱਛਾ ਨਹੀਂ ਹੈਗਾ, ਮੈਂ ਕਹਿੰਦੀ ਮੇਰੇ ਪੇਰੈਂਟਸ ਜਾਂਦੇ, ਮੈਂ ਕਿਹਾ ਮੈਂ ਫਿਰ ਕਿਹਾ, ਮੈਂ ਕਿਹਾ ਇਸ ਵਾਰ ਤੂੰ ਜਦੋਂ ਪੇਰੈਂਟਸ ਗਏ ਨਾ ਨਾਲ ਜਾਈ, ਪੱਕਾ ਜਾਊਂ, ਕਹਿੰਦੀ ਮੈਂ ਵੀ ਹੁਣ ਮੈਂ ਪੱਕਾ ਜਾਊਂਗੀ ਇਸ ਵਾਰ, ਠੀਕ ਹੈ, ਹੁਣ ਦੇਖੋ ਆਊਗੀ ਕਿ ਨਹੀਂ, ਬਟ ਮੈਂ ਜੇ ਪਰ ਇਹਦਾ ਮਤਲਬ ਜੇ ਵੈਸੇ ਆਪਾਂ ਗੱਲ ਕਰੀਏ ਤਾਂ ਭਾਜੀ ਲੋਕ ਘਰਾਂ 'ਚ ਵੀ ਇਹਦਾ ਮਤਲਬ ਇਕੱਲੇ ਇਕੱਲੇ ਨੇ, ਮਤਲਬ ਭਾਈ ਜਿੱਦਾਂ ਤੁਹਾਡੀ ਫੈਮਿਲੀ ਆ, ਚਲੋ ਵਧੀਆ ਗੱਲ ਆ, ਤੁਸੀਂ ਨਾ ਪਿਆਰ ਨਾਲ ਰਹਿੰਦੇ ਹੋ, ਨਹੀਂ ਤਾਂ ਆਮ ਤੌਰ 'ਤੇ ਘਰਾਂ ਦੇ ਵਿੱਚ ਸਾਰਿਆਂ ਦੇ ਮੂੰਹ ਅੱਡਾ ਅੱਡ ਵਾਲੀ ਗੱਲ ਹੋ ਗਈ ਹੁਣ ਤਾਂ। ਹੁਣ ਭਾਜੀ ਪੈਸਾ ਮੁੱਖ ਹੋ ਗਿਆ। ਨਹੀਂ ਪਰ ਬੱਚੇ ਬੱਚੇ ਮਾਂ ਪਿਓ ਤੋਂ ਕਿਉਂ ਉਹ ਮੂੰਹ ਮੋੜ ਰਹੇ? ਬੱਚੇ ਫੋਨ ਨੇ ਕਰਤਾ ਭਾਜੀ, ਠੀਕ ਹੈ, ਤੁਸੀਂ ਬੱਚੇ ਨੂੰ ਸ਼ੁਰੂ ਤੋਂ ਹੀ ਦੇਖ ਲਿਓ, ਹੁਣ ਬੱਚਾ ਹੁੰਦਾ ਜੀ 8-10 ਮਹੀਨੇ ਦਾ, ਫੋਨ ਉਹਦਾ ਇੱਥੇ ਰੱਖਿਆ ਹੁੰਦਾ ਤੇ ਉਹਨੂੰ ਖਵਾ ਰਹੇ ਹੁੰਦੇ ਆ, ਫਿਰ ਆਪ ਕੰਮ ਕਰਨ ਲੱਗ ਜਾਣਾ, ਬੱਚਾ ਉਨੀ ਚਿਰ ਰੋਵੇ ਨਾ, ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਹੋਈ ਤਾਂ ਫੋਨ 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 ਫੋਨ। ਪਹਿਲਾਂ ਤੁਸੀਂ ਦੇਖਿਆ ਸੀ ਕਿਤੇ ਇੱਦਾਂ ਬੱਚੇ ਮੁਹੱਲਿਆਂ 'ਚ ਖੇਡਦੇ ਇਕੱਠੇ ਹੋ ਕੇ, ਮਿੱਟੀਆਂ 'ਚ ਖੇਡਦੇ ਸੀ, ਹਾਂ, ਅੱਜ ਕੱਲ੍ਹ ਇੱਕ ਬਾਹਰ ਹੈਵਾਨ ਵੀ ਤੁਰੇ ਫਿਰਦੇ ਆ, ਤੁਸੀਂ ਦੇਖਿਆ ਕੀ ਹੋਈ ਜਾਂਦਾ, ਲੋਕੀ ਡਰਦੇ ਆ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰਦੇ ਆ। ਇੱਕ ਹੋਰ ਪੁੱਠਾ ਕੰਮ ਚੱਲ ਪਿਆ ਕਿ ਵੀ ਇੱਕ ਬੱਚਾ ਹੀ ਚਾਹੀਦਾ ਜੀ, ਮੈਂ ਕਹਿੰਦਾ ਮੇਰੇ ਸਮਰੀ ਦੇ 2-3 ਬੱਚੇ ਹੋਣ, ਉਹਨੂੰ ਚਾਚਾ ਮਿਲੋ ਜਾਂ ਜਵਾਕ ਨੂੰ ਭੂਆ ਮਿਲੋ, ਰਿਸ਼ਤੇ ਤੁਸੀਂ ਦੇਖੋ ਸੀਮਿਤ ਹੀ ਹੋ ਗਏ, ਰਿਸ਼ਤੇ ਖਤਮ ਹੀ ਹੋ ਗਏ ਲੋਕਾਂ ਦੇ, ਰਹਿ ਕੀ ਗਿਆ ਕੋਲ, ਇੱਕ ਮੁੰਡਾ ਇਕੱਲਾ ਕਿਹਦੇ ਨਾਲ ਸਲਾਹ ਕਰੇ, ਕਿਹਦੇ ਨਾਲ ਗੱਲ ਕਰੇ, ਮਾਂ ਪਿਓ ਜਾਂ ਤਾਂ ਨੌਕਰੀ 'ਤੇ ਗਏ ਹੋਏ ਆ,
ਜ਼ਿਆਦਾਤਰ ਤਾਂ ਹੁਣ ਇੰਨਾ ਪੈਸਾ ਕਿੱਥੋਂ ਲਿਆਵਾਂਗੇ, ਜਵਾਕ ਪਾਲਣੇ ਬਹੁਤ ਔਖੇ ਭਾਜੀ। ਜਿਹੜਾ ਪਰਮਾਤਮਾ ਦੇਖੋ ਜੀ ਔਲਾਦ ਦਊ ਤੇ ਖਾਣ ਨੂੰ ਵੀ ਉਹ ਦਊ, ਨਾਲੇ ਜੇ ਤੁਸੀਂ ਆਪਦੀਆਂ ਲੋੜਾਂ ਘਟਾ ਲਓ ਨਾ ਤੇ ਰੋਟੀ ਪਾਣੀ ਦਾ ਕੋਈ ਬਾਹਲਾ ਮਹਿੰਗਾ ਨੀ ਹਜੇ ਵੀ। ਹਾਂ ਬਿਲਕੁਲ, ਉਹ ਤਾਂ ਹੈ। ਲੋੜ ਕੀ ਆ, 20,000 ਵਾਲਾ ਫੋਨ ਲੈਂਦੇ ਹਾਂ ਆਪਾਂ, ਫਿਰ ਹਰ ਮਹੀਨੇ ਉਹਦਾ ਆਈਫੋਨ ਤਾਂ 1.5 ਲੱਖ ਦਾ ਭਾਜੀ, ਆਈਫੋਨ ਤਾਂ 1.5-2 ਲੱਖ ਦਾ। ਜਿਹੜਾ ਨੋਰਮਲ ਆਪਾਂ ਲਾ ਲਈਏ, ਜਿਹੜੇ ਮੇਰੀ ਦੁਕਾਨ ਤੇ ਵੀ ਲੜਕੇ ਕੰਮ ਕਰਦੇ ਆ, ਕਿਸੇ ਕੋਲੇ 25,000 ਦਾ, ਕਿਸੇ 30,000 ਦਾ, ਉਹ ਖੁਸ਼ੀਆਂ ਲੱਭਦੇ ਆ ਬਸ ਹੁਣ ਚੀਜ਼ਾਂ ਚ, ਰਿਸ਼ਤਿਆਂ ਚ ਖੁਸ਼ੀਆਂ ਖਤਮ ਹੋ ਗਈਆਂ। ਬਿਲਕੁਲ, ਇਹ ਬਹੁਤ ਮੇਰੇ ਖਿਆਲ ਨਾਲ ਤੁਹਾਡੇ ਤੋਂ ਵੀ ਲੋਕਾਂ ਨੂੰ ਸਿੱਖਣਾ ਚਾਹੀਦਾ, ਜਿਹੜੇ ਮਤਲਬ ਪਰਿਵਾਰ ਨੇ, ਕਿ ਆਪਦੇ ਬੱਚਿਆਂ ਦਾ ਘੱਟੋ ਘੱਟ ਦੁੱਖ ਸੁੱਖ ਤਾਂ ਪੁੱਛਦੇ ਰਹੀਏ ਭਾਈ। ਕੈਨੇਡਾ ਬੜੇ ਸੋਹਣੇ ਪੈਸੇ ਬਣਦੇ ਸੀ, ਬੜੇ ਸੋਹਣੇ, ਅਸੀਂ ਫਿਰ ਵੀ ਵਾਪਸ ਆਏ ਹਾਂ। ਬੱਚਿਆਂ ਨੂੰ ਇੱਕ ਵਿਜ਼ਿਟ ਦਾ 15-15 ਲੋਕਾਂ ਨੇ ਕਹਿਣਾ ਵੀ ਜਿਹਨਾਂ ਨੂੰ ਬਲੌਗਿੰਗ ਤੋਂ ਬਣਦਾ ਉਹਨਾਂ ਨੂੰ ਬਾਹਰ ਤਾਂ ਚੰਗਾ ਲੱਗਣਾ, ਉੱਥੇ ਕੰਮ ਕਰਨਾ ਪੈਣਾ। ਨਹੀਂ ਨਹੀਂ, ਉੱਥੇ ਭਾਜੀ ਅਸੀਂ ਕੰਮ ਕੀ ਕਰਨਾ, ਉੱਥੇ ਕੰਪਨੀਆਂ ਵੱਡੀਆਂ ਸਾਨੂੰ ਸੱਦਦੀਆਂ। ਅੱਛਾ, ਆ ਗਿੱਪੀ ਗਰੇਵਾਲ ਹੋਣਾ ਦੀ ਮੰਨ ਲਓ ਫਿਲਮ ਆਉਂਦੀ ਆ, ਕਿਸੇ ਦੀ ਵੀ ਆਉਂਦੀ ਆ, ਇਹ ਇਨਫਲੂਐਂਸਰ ਨੂੰ ਸੱਦਦੇ ਆ ਉੱਥੇ ਕਿ ਸਾਡੀ ਫਿਲਮ ਪ੍ਰਮੋਟ ਕਰੋ। ਉੱਥੇ ਵੱਡੇ ਵੱਡੇ ਸਟੋਰ ਆ, $1,500 ਦਿੰਦੇ ਆ ਇੱਕ 15 ਮਿੰਟ ਦੀ ਵਿਜ਼ਿਟ ਦਾ, 1,00,000 ਰੁਪਇਆ ਹੋ ਗਿਆ ਭਾਜੀ। ਜਿਹੜੀ ਏਦਾਂ ਕਹਿੰਦੇ ਕੈਨੇਡਾ ਵਾਲੇ, ਯਾਨੀ ਕਿ ਚਲੋ ਉਹ ਤਾਂ ਹੋਰ ਤਰ੍ਹਾਂ ਵਾ, ਸਾਡੀ ਫੈਮਿਲੀ ਨੂੰ ਬੁਲਾਉਂਦੇ ਹੁੰਦੇ ਆ ਕਿ ਤੁਸੀਂ ਦੱਸਣਾ ਵੀ ਇੱਥੇ ਮੈਟ੍ਰਿਸ ਮਿਲਦੇ ਆ, ਇੱਥੇ ਬੈੱਡ ਮਿਲਦੇ ਆ, ਯੇ ਵੋ, ਸਾਡੀ ਪ੍ਰੋਫਾਈਲ ਵੱਡੀ ਆ, 1.5 ਮਿਲੀਅਨ ਲੋਕਾਂ ਨੇ ਦੇਖਣਾ, ਤੇ ਉਹਦਾ ਸਾਨੂੰ $1,500 12 ਜੇ ਮਹੀਨੇ 'ਚ 5 ਵੀ ਆ ਗਈਆਂ ਭਾਜੀ, 6 ਵੀ ਆ ਗਈਆਂ, ਦੇਖੋ ਕਿੱਥੇ ਗੱਲ ਗਈ। ਖਰਚਾ ਜੇ ਤੁਸੀਂ ਉੱਥੇ ਸੀਮਿਤ ਕਰ ਲਓ ਤਾਂ ਬੜੇ ਸੋਹਣੇ ਢੰਗਾਂ ਨਾਲ ਰਹਿ ਵੀ ਸਕਦੇ ਹੋ। ਹੁਣ ਜਿਨ੍ਹਾਂ ਨੇ ਖਰਚੇ ਹੀ ਬਹੁਤ ਵਧਾ ਲੈਣੇ ਆ, ਫਿਰ ਉਹ ਤਾਂ ਇੱਥੇ ਵੀ ਨਹੀਂ ਕਾਮਯਾਬ ਤੇ ਉੱਥੇ ਵੀ। ਠੀਕ ਹੈ, ਵੈਸੇ ਤੁਹਾਡੀ ਉਹ ਗੱਲ ਵੀ ਬਹੁਤ ਲੋਕਾਂ ਨੂੰ ਸਮਝਣ ਦੀ ਲੋੜ ਆ ਕਿ ਸਕਿੱਲ ਲੈ ਕੇ ਜਾਓ ਜੇ ਕੋਈ ਜਾਣਾ। ਹਾਂ, ਜਿਹਨੇ ਕੈਨੇਡਾ ਜਾਣਾ, ਇੱਥੋਂ ਬੈਗ ਤਕੜੀ ਹੋਵੇ, ਉਹਦੇ ਘਰ ਦੇ ਚੰਗੇ ਹੋਣ, ਤੁਹਾਡੀ ਫੀਸ ਅਗਲੀ ਭਰਨ ਦੀ ਸਮਰੱਥਾ ਰੱਖਦੇ ਹੋਣ ਵੀ ਅਸੀਂ ਅਗਲੀ ਫੀਸ ਭਰ ਦਾਂਗੇ। ਬੱਚੇ ਨੂੰ ਇੱਥੋਂ ਤੋਰ ਦਿੰਦੇ, ਉਹਨਾਂ ਨੂੰ ਪਤਾ ਹੀ ਨਹੀਂ, ਗਾਂ ਵਾਲੇ ਸਮੈਸਟਰ ਦਾ ਫਿਰ $10,000 ਆ ਗਿਆ, ਉਦੋਂ ਗਾਂ ਵਾਲੇ ਦਾ ਆ ਗਿਆ। ਠੀਕ ਹੈ ਭਾਈ, ਮੇਰੀ ਬੇਟੀ ਗਈ ਆ, ਇੱਥੋਂ ਆਈਲਟਸ ਕੀਤੀ ਉਹਨੇ, ਉੱਥੇ ਜਾ ਕੇ ਸਟੱਡੀ ਦੇ ਨਾਲ ਨਾਲ ਉਹਨੇ ਇਮੀਗ੍ਰੇਸ਼ਨ ਦੀ ਪੜ੍ਹਾਈ ਕੀਤੀ ਨਾਲ ਨਾਲ, ਯਾਨੀ ਕਿ ਪਾਰਟ ਟਾਈਮ ਨਾ ਵਿੱਚ ਦੀ ਟਾਈਮ ਕੱਢ ਕੇ 2 ਘੰਟੇ 2.5 ਘੰਟੇ ਉਹਨੂੰ ਮੈਂ ਜੋਬ ਨਹੀਂ ਕਰਨ ਦਿੱਤੀ। ਮੈਂ ਕਿਹਾ ਤੂੰ ਪਹਿਲਾਂ ਸਟੱਡੀ ਕਰ, ਜਿਹਦੇ ਨਾਲ ਹੁਣ ਉਹਦੇ ਵਿੱਚ ਉਹਨੂੰ ਸੋਹਣੇ ਪੈਸੇ ਬਣੀ ਜਾਂਦੇ ਆ। ਉਹਨੇ ਹੁਣ ਆਪਦੀ ਫੀਸ ਭਰੀ 2 ਵਾਰੀ $10,000 ਆਪ ਕਮਾ ਕੇ ਭਰੀ ਆ। ਹੁਣ ਅਸੀਂ ਕਹਿੰਦੇ ਹਾਂ ਨਾ ਨਰੂਲਾ ਫੈਮਿਲੀ ਨੂੰ, ਭਾਜੀ ਇਹ ਨੇਲਸ ਕਰਦੀ ਆ, ਨੇਲਸ ਲਗਾਉਂਦੀ ਆ, ਇਹ ਕੰਮ ਕਰਦੀ ਆ। ਮੈਂ ਇੰਡੀਆ ਵੀ ਕਰਦੇ, ਇੰਡੀਆ ਵੀ, ਇੰਡੀਆ ਮਤਲਬ ਇੰਡੀਆ ਮੈਂ ਪੈਸੇ ਨਹੀਂ ਲੈਂਦੀ। ਇੱਥੇ ਕਿਵੇਂ ਕਰਦੀ ਆ, ਜਿਵੇਂ ਕਿਸੇ ਨੇ ਕਹਿਤਾ ਠੀਕ ਆ, ਕਿਸੇ ਕੋਈ ਫਰੈਂਡ ਨੇ ਕਹਿਤਾ, ਜਾਂ ਆ ਬਿੰਦੂ ਮੇਰੇ ਇਹਦੇ ਲਾ ਦੇਗੀ, ਹਾਂ ਲਾ ਦਾਂਗੇ, ਸਾਡੇ ਰਿਸ਼ਤੇਦਾਰ ਕਿ ਹੱਥ ਚੱਲਦਾ ਰਹੇ। ਬਾਹਰ ਜਾ ਕੇ ਇਹਨੇ ਐਵੇਂ ਕਹਾਂ 3 ਮਹੀਨੇ ਪੂਰਾ ਇਹਨੇ ਕੰਮ ਕੀਤਾ, ਮੈਂ ਫੰਕਸ਼ਨ ਲਗਾਇਆ ਉੱਥੇ, ਮੈਂ ਬਰਥਡੇ ਲਗਾਇਆ, ਵੀਡੀਓਗ੍ਰਾਫੀ, ਹਾਂ ਮੈਂ ਉੱਥੇ ਕੰਮ ਕੀਤਾ। ਮੈਨੂੰ ਭਾਜੀ ਬੜਾ ਵਧੀਆ ਲੱਗਿਆ, ਬੰਦੇ ਉੱਠ ਕੇ ਆਏ, ਕਹਿੰਦੇ ਨਰੂਲਾ ਜੀ ਇੱਕ ਗੱਲ ਤੁਹਾਡੀ ਬੜੀ ਚੰਗੀ ਲੱਗੀ, ਵੀ ਤੁਹਾਡੇ ਕੋਲ ਸਾਰਾ ਕੁਛ ਹੈਗਾ, ਤੁਸੀਂ ਫਿਰ ਵੀ ਕੰਮ ਕਰੀ ਜਾਂਦੇ ਹੋ। ਹਾਲਾਂਕਿ ਮੈਂ ਨਹੀਂ ਵੀ ਕਰਦਾ ਨਾ, ਘਰੇ ਬੈਠਾ ਮੇਰੇ ਬੱਚੇ ਖਵਾਈ ਜਾਂਦੇ ਆ, ਪਰ ਨਹੀਂ ਮੇਰਾ ਮਨ ਆ ਕਿ ਮੈਂ ਕੁਛ ਕਰਾਂ, ਕੁਛ ਕਰਾਂ, ਜਿਹੜੇ ਉਹ ਪੈਸੇ ਆਉਣਗੇ ਕਿਸੇ ਅਰਥ ਲਾਵਾਂਗੇ ਵਧੀਆ। ਉੱਥੇ ਵੀ ਤੁਸੀਂ ਮਤਲਬ ਕੋਸ਼ਿਸ਼ ਕਰਦੇ ਹੋ ਜਿਵੇਂ ਦੱਸਿਆ, ਉੱਥੋਂ ਪੈਸੇ ਇੱਥੇ ਭੇਜ ਦੇਈਦੇ ਆ ਜੇ ਕਿਸੇ ਨੂੰ ਚਾਹੀਦੇ ਆ। ਅੱਛਾ, ਹੁਣ ਤੁਸੀਂ ਮਤਲਬ ਜਿਵੇਂ ਹੁਣ ਅੱਗੇ ਪੀੜ੍ਹੀ ਤੁਹਾਡੀ ਵਧਣੀ ਆ ਨਾ, ਦਾਦਾ ਦਾਦੀ ਬਣਨ, ਤਾਂ ਫਿਰ ਉਹ ਨਹੀਂ ਲੱਗਦਾ ਕਿ ਹੁਣ ਛੱਡ ਦੋਗੇ ਵੀਡੀਓ ਬਣਾਉਣੀਆਂ ਲੋਕਾਂ ਨੇ ਕਹਿਣਾ ਦਾਦਾ ਦਾਦੀ ਬਣ ਗਏ। ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਦੀ, ਤੁਸੀਂ ਦੱਸੋ ਸਾਨੂੰ ਛੱਡਣੇ ਚਾਹੀਦੇ ਆ ਕਿ ਨਹੀਂ? ਨਹੀਂ, ਤੁਸੀਂ ਸਾਨੂੰ ਦੇਖਦੇ ਆ, ਤੁਸੀਂ ਦੱਸੋ ਸੱਚੀ ਇਮਾਨਦਾਰੀ ਨਾਲ ਕਿ ਸਾਨੂੰ ਛੱਡਣੀਆਂ ਚਾਹੀਦੀਆਂ ਕਿ ਨਹੀਂ? ਹਜੇ ਠੀਕ ਲੱਗਦੇ ਆ, ਬਣਾ ਸਕਦੇ ਆ। ਨਹੀਂ ਨਹੀਂ, ਵਧੀਆ, ਠੀਕ ਆ। ਉਹੀ ਮੈਂ ਪੁੱਛ ਰਹੀ ਨਾ ਤੁਹਾਨੂੰ, ਅਸੀਂ ਕਿਸੇ ਐਂਗਲ ਤੋਂ, ਚਲੋ ਸਾਡੀ ਏਜ ਹੋ ਚੁੱਕੀ ਏਜ ਕੋਈ ਉਹ ਨਹੀਂ ਹੈਗਾ, ਬਟ ਅਸੀਂ ਇੰਨੇ ਵੀ ਨਹੀਂ ਉਹ ਖਾਣੇ ਕਿ ਉਹ ਲੱਗਦੀ ਨਾ ਇਹ ਏਜ ਕਿਹੜੇ ਫਰੂਟ ਲੈ ਕੇ ਆਉਂਦੇ। ਖਾਣ ਨਾਲ ਫਰੂਟ ਨਾਲ ਬੰਦਾ ਜਵਾਨ ਨਹੀਂ ਰਹਿੰਦਾ, ਇਹ ਗੱਲ ਸੱਚ ਆ ਨਾ। ਟੈਨਸ਼ਨ ਖਤਮ ਹੋਵੇ ਤੁਹਾਡੀ, ਵੱਡੇ ਤੋਂ ਵੱਡੀ ਟੈਨਸ਼ਨ ਨੂੰ ਐਂ ਲੈਣਾ ਮਾੜੀ ਜੀ,
ਭਾਣਾ ਮੰਨਣਾ ਵੀ ਪਰਮੇਸ਼ਰ ਨੇ ਬਈ ਨਰੂਲਾ ਤੇਰੇ ਲਈ ਇਹ ਚੀਜ਼ ਲਿਖੀ ਆ ਤਾਂ ਤੇਰੇ ਨਾਲ ਇਹ ਹੋਣੀ ਆ। ਜੋ ਤੁਸੀਂ ਇਹ ਸਮਝ ਗਏ ਨਾ, ਜੋ ਤੁਸੀਂ ਭਾਣਾ ਸਮਝ ਗਏ, ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਤੁਸੀਂ ਆਰਾਮ ਨਾਲ ਝੱਲ ਲਓਗੇ ਕਿ ਪਰਮੇਸ਼ਰ ਦੀ ਬਾਈ ਇਹੀ ਮਨਜ਼ੂਰੀ ਆ ਵੀ ਤੇਰੇ ਨਾਲ ਇਹ ਹੋਣਾ ਹੀ ਹੋਣਾ। ਸਾਡੀ ਰੀਤ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ, ਉਹ ਐਡਮਿਟ ਹੋ ਗਈ, ਬਿਮਾਰ ਹੋ ਗਈ, ਮੈਂ ਉਹਨੂੰ ਇੱਕ ਹੀ ਕਾਲ ਕੀਤੀ, ਪੁੱਤ ਤੇਰੇ ਨਾਲ ਹਾਂ ਅਸੀਂ, ਦੋ ਘੰਟੇ ਬਾਅਦ ਛੁੱਟੀ ਲੈ ਕਰੇ ਕਿ ਮੇਰੇ ਮੰਮਾ ਪਾਪਾ ਮੇਰੇ ਨਾਲ, ਉਹਨੂੰ ਅਸੀਂ ਇਹ ਵੀ ਨਾ ਗਲਤ ਸਮਝਾਉਣ, ਕਿਉਂਕਿ ਤੁਸੀਂ ਭਾਅ ਜੀ ਇਹੋ ਜਿਹੀ ਵੀਡੀਓ ਜੋੜ ਕੇ ਬਣ ਜਾਂਦੀ ਹੈ, ਮੈਂ ਤਾਂ ਹੈਰਾਨ ਰਹਿ ਗਿਆ। ਕਰਮਿਤਾ ਦੀ ਪਿੱਛੇ ਜੇ ਕਿਸੇ ਨੇ ਨਾ ਜੋੜ ਕੇ ਬਣਾ ਦੀ ਐਵੇਂ ਤੇ ਸਾਫ਼ ਪਤਾ ਲੱਗਦਾ ਹੀ ਫੇਕ ਆ, ਬਟ ਫਿਰ ਵੀ ਆਪਣੇ ਪੇਜਾਂ ਵਾਲਿਆਂ ਨੇ ਆਹ ਦੇਖ ਲਓ ਕਰਮਿਤਾ ਆਹ ਕਰਦੀ ਫਿਰਦੀ, ਲੋਕਾਂ ਦੇ ਦਿਮਾਗ ਫਿਰ ਵੀ ਇਹੀ ਵਾੜਤਾ ਵੀ ਹਾਂ ਇਹ ਗਲਤ ਕਰਦੀ ਹੈ, ਹਾਲਾਂਕਿ ਉਹਦੀ ਫੇਕ ਵੀਡੀਓ ਸੀ। ਠੀਕ ਹੈ, ਇਹ ਨਹੀਂ ਇਹ ਕਿਉਂ ਮਤਲਬ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਤਾਂ ਜਿਵੇਂ ਤੁਸੀਂ ਦੱਸਿਆ ਵੀ ਮੋਰਲ ਸਪੋਰਟ ਕਰ ਲਈ, ਬਹੁਤ ਬੰਦੇ ਤਾਂ ਬਹੁਤ ਹੱਦ ਤੱਕ ਚਲੇ ਜਾਂਦੇ ਆ, ਮਤਲਬ ਕਈ ਵਾਰੀ ਅਸੀਂ ਦੇਖਿਆ ਕਈ ਸਟੇਟਾਂ ਦੇ ਵਿੱਚ ਆਇਆ ਕਿ ਅਸੀਂ ਵੀਡੀਓ ਇੱਦਾਂ ਬਣਾਤੀ ਤਾਂ ਉਹ ਬੰਦਾ ਸੁਸਾਈਡ ਅਟੈਂਪਟ ਕਰਨ ਤੱਕ ਜਾਂਦਾ ਨਾ। ਭਾਅ ਜੀ ਤੁਸੀਂ ਦੇਖੋ ਹੁਣ ਜੇ ਮੰਨ ਲਓ ਮੇਰੀ ਬੇਟੀ ਦੀ ਕੋਈ ਐਂ ਬਣਾ ਕੇ ਪਾ ਦੇਵੇ, ਮੇਰਾ ਅਖੀਰੀ ਤਾਂ ਮੇਰਾ ਮਰਨ ਹੋਣਾ ਹੀ ਹੈ ਵੀ ਆ ਕੀ। ਕਈ ਲੋਕ ਹੁੰਦੇ ਆ ਸਟਰੋਂਗ, ਝੱਲ ਜਾਂਦੇ, ਅਸੀਂ ਝੱਲ ਜਾਂਦੇ ਹਾਂ ਕੋਈ ਨਹੀਂ, ਜੋ ਗਲਤ ਕਰਨਾ ਕਰੀ ਜਾਓ। ਪਰਮਾਤਮਾ ਨੂੰ ਲੋਕਾਂ ਨੇ ਆਪਣੇ ਕਮਰਿਆਂ ਦੇ ਵਿੱਚ ਆਪ ਹੀ ਵੀਡੀਓ ਵਾਇਰਲ ਕਰਤੀਆਂ, ਉਹ ਉਹਨਾਂ ਨੂੰ ਤੁਸੀਂ ਕੀ ਤੁਹਾਡੇ ਜਾਣਕਾਰ ਵੀ ਨੇ? ਹਾਂ, ਉਹ ਉਹਨਾਂ ਦੀ ਬੜੀ ਵੱਡੀ ਬੇਵਕੂਫੀ ਜਿਹੜੀ ਉਹਨਾਂ ਨੇ ਬਣਾਈ, ਵਾਇਰਲ ਕੀਤੀ ਕਿਸੇ ਹੋਰ ਨੇ। ਉਹ ਬੰਦੇ ਨੂੰ ਪੈਸੇ ਬਹੁਤ ਮਿਲੇ ਸੀ ਗਾਂ ਭੇਜਣ ਵਾਲਿਆਂ ਨੂੰ ਵੀਡੀਓ ਭੇਜਣ ਦੇ। ਨਹੀਂ ਪਰ ਪਰ ਇਹ ਕਿਉਂ ਚੱਲਿਆ ਕੰਮ ਨਾ, ਤੇ ਫੋਨ ਆਪਦੀ ਵੀਡੀਓ ਤੁਸੀਂ ਨਿਊਡ ਵੀਡੀਓ ਬੰਦੀ ਪਈ ਤੁਹਾਡੀ, ਤੁਹਾਨੂੰ ਦਿਖੀ ਵੀ ਜਾਂਦਾ ਵੀ ਅਸੀਂ ਆ, ਉਹ ਕਿਹਨੂੰ ਦਿਖਾਣੀ ਆ? ਉਹ ਪਲ ਤੁਹਾਡੇ ਦੋਨਾਂ ਛੋਣੇ ਚਾਹੀਦੇ ਹਨ, ਤੁਸੀਂ ਦੋਨਾਂ ਨੇ ਉਹ ਚੀਜ਼ ਦੇਖਣੀ ਆ, ਤੂੰ ਕਿਹਨੂੰ ਦਿਖਾਣੀ ਆ? ਚਲੋ ਹੁਣ ਉਹਨਾਂ ਤੋਂ ਲੱਗਦਾ ਵੀ ਪੈਸਾ ਜਾਂ ਫੇਮ, ਬਹੁਤ ਸਾਰੇ ਲੋਕਾਂ ਦੇ ਇੱਕ ਬਹੁਤ ਚੱਲਿਆ ਹੋਇਆ ਕਿ ਜਿਹੜੇ ਕਪਲਸ ਨੇ ਜਾਂ ਵਲੋਗਰ ਨੇ ਇਹਨਾਂ ਨੂੰ ਬਿਗ ਬੋਸ ਜਾਣ ਦਾ ਬਹੁਤ ਸ਼ੌਂਕ ਹੈ, ਵੀ ਉਹਦੇ ਲਈ ਸਭ ਕੁਝ ਕਰੀ ਜਾਂਦੇ ਆ, ਵੀ ਮਤਲਬ ਸਾਰਾ ਸ਼ਰਮ ਹਜਾ ਲਾ ਕੇ ਰੱਖਦੇ। ਨਹੀਂ ਨਹੀਂ ਮੈਂ ਵੈਸੇ ਤੁਹਾਡੇ ਮੈਂ ਦੱਸਦਾ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਨਾ, ਤੁਸੀਂ ਕੁੱਲੜ ਪੀਜ਼ੇ ਵਾਲਿਆਂ ਦੀ ਗੱਲ ਕਰਦੇ ਹੋ, ਕੁੱਲੜ ਪੀਜ਼ੇ ਵਾਲਿਆਂ ਤੋਂ ਗਲਤੀ ਹੋਈ ਆ, ਨੋ ਡਾਊਟ ਉਹਨਾਂ ਨੇ ਵੀਡੀਓ ਬਣਾ ਲਈ ਆਪਦੀ, ਪਰ ਭਾਅ ਜੀ ਤੁਸੀਂ ਆਪ ਸੋਚੋ, ਮਰੀ ਤੋਂ ਮਰੀ ਜ਼ਮੀਰ ਵਾਲਾ ਬੰਦਾ ਵੀ ਨਹੀਂ ਕਹੂਗਾ ਮੇਰੀ ਵਾਈਫ ਦੀ ਵੀਡੀਓ ਇੱਦਾਂ ਵਾਇਰਲ ਹੋ ਜਾਵੇ, ਮਰੀ ਤੋਂ ਮਰੀ ਜ਼ਮੀਰ ਵਾਲਾ ਵੀ ਹੋਇਆ ਤਾਂ ਉਹਨਾਂ ਨਾਲ ਗਲਤੀ ਆ, ਪਰ ਗਲਤ ਕਿਉਂ ਹੋਇਆ? ਉਹਨਾਂ ਨੇ ਮੌਕਾ ਦਿੱਤਾ ਗਲਤ ਕਰਾਉਣ ਦਾ ਆਪਣੇ ਨਾਲ, ਇਹ ਮੈਨੂੰ ਤਾਂ ਪਤਾ। ਸਭ ਤੋਂ ਪਹਿਲੇ ਦਿਨ ਮੈਂ ਪਹੁੰਚਿਆ ਸੀ ਉਹਨਾਂ ਕੋਲ। ਅੱਛਾ, ਤੁਸੀਂ ਗਏ ਸੀ? ਸਭ ਤੋਂ ਪਹਿਲਾਂ ਉਹਦੀ ਵਾਈਫ ਕਹਿੰਦੀ ਮੈਂ ਅੰਕਲ ਜੀ ਮਰਨਾ, ਮੈਂ ਉਹਨਾਂ ਨੂੰ ਰੋਟੀ ਖਵਾ ਕੇ ਆਇਆ, ਉਹਨਾਂ ਦੋਨਾਂ ਨੇ ਮਰ ਜਾਣਾ ਸੀ। ਅੱਛਾ, ਜੇ ਉਹਨਾਂ ਨੂੰ ਨਾ ਹੌਸਲਾ ਦਿੰਦਾ ਨਾ, ਉਹਨਾਂ ਨੇ ਮਰ ਜਾਣਾ ਸੀ ਭਾਜੀ, ਉਹਨਾਂ ਦੀ ਵਰਡਿੰਗ ਇਹ ਸੀ ਅੰਕਲ ਅਸੀਂ ਮਰ ਜਾਣਾ। ਮੈਂ ਉਹਨੂੰ ਕਹਿ ਕੇ ਆਇਆ ਸੀ ਤੂੰ ਆਪਦੀ ਵਾਈਫ ਤੋਂ ਪਾਸੇ ਨਾ ਹੋਈ ਦੋ ਮਿੰਟ ਲਈ, ਵੀ ਇਹਨੇ ਸੱਚੀ ਮਰ ਜਾਣਾ ਜੋ ਉਹਦੀ ਕੰਡੀਸ਼ਨ ਸੀ। ਬੱਚਾ ਵੀ ਮੇਰੇ ਖਿਆਲੋ, ਮੈਂ ਕਿਹਾ ਭਾਜੀ ਉਦਣ ਹੀ ਉਹਨਾਂ ਦੇ ਇੱਕ ਦਿਨ ਪਹਿਲਾਂ ਤਾਂ ਬੱਚਾ ਹੋਇਆ ਤੇ ਉਹਨਾਂ ਨਾਲ ਆਹ ਕੰਮ ਹੋ ਗਿਆ। ਨਹੀਂ ਪਰ ਲੋਕ ਛੱਡਦੇ ਨਹੀਂ, ਲੋਕ ਕਹਿੰਦੇ ਵੀ ਉਸ ਤੋਂ ਉਸ ਸਾਰੇ ਇੰਸੀਡੈਂਟ ਤੋਂ ਬਾਅਦ ਵੀ ਉਸ ਤਰ੍ਹਾਂ ਵੀਡੀਓ ਬਣਾ ਰਹੇ ਤਾਂ ਖੁਸ਼ ਹੋ ਰਿਹਾ ਕਿ ਬੰਦੇ ਨੂੰ ਖੁਸ਼ ਹੋਣ ਦਾ ਹੱਕ ਕਰਨ ਵੀ ਉਹਨਾਂ ਦਾ ਉਹ ਚੱਲਦਾ ਨਹੀਂ ਪਿਆ। ਹੁਣ ਉਹਨਾਂ ਦਾ ਆਹ ਇੱਕ ਤਰ੍ਹਾਂ ਬਿਜ਼ਨਸ ਆ, ਉਹਨਾਂ ਨੂੰ ਰੀਲਸ ਤੋਂ ਪੈਸੇ ਆਉਂਦੇ ਆ। ਪੀਜ਼ਾ ਸਟੋਰ ਉਹਨਾਂ ਦਾ ਬਿਲਕੁਲ ਇਸ ਟਾਈਮ 10 ਪੈਸੇ ਵੀ ਕੰਮ ਨਹੀਂ ਰਿਹਾ। ਹੁਣ ਉਹਨਾਂ ਨੇ ਆਪਦਾ ਬੱਚਾ ਵੀ ਪੜ੍ਹਾਉਣਾ, ਉਹਨਾਂ ਨੇ ਆਪਦੀ ਗਾਂ ਵਾਲੀ ਲਾਈਫ ਵੀ ਦੇਖਣੀ। ਉਹਨਾਂ ਨੂੰ ਇੱਕ ਰੀਲ ਦਾ 10-12 ਹਜ਼ਾਰ ਰੁਪਇਆ ਮਿਲਦਾ, ਜੇ 4-5 ਦਿਨ ਬਾਅਦ ਇੱਕ ਦੋ ਰੀਲਾਂ ਬਣਾਉਂਦੇ ਆ ਉਹਨਾਂ ਨੂੰ 24 ਹਜ਼ਾਰ 25 ਹਜ਼ਾਰ ਆਉਂਦਾ, ਉਹਨਾਂ ਦਾ ਘਰ ਚੱਲਦਾ। ਦੱਸੋ ਕੀ ਕਰਨ ਤੁਸੀਂ? ਤੁਸੀਂ ਦੱਸੋ ਕੀ ਕਰਨ? ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਫੋਨ ਦੀ ਇੱਕ ਜਿਹੜੀ ਹੈਗੀ ਆ, ਜਿਹੜੇ ਕਪਲਸ ਨੇ ਕਈ ਵਾਰੀ ਉਹ ਲੱਗਦਾ ਵੀ ਉਹ ਜਿਹੜੇ ਡਾਲਰ ਦੇਖਦੇ ਆ ਉਹ ਵੀ ਕਿਤੇ ਨਾ ਕਿਤੇ ਕਰ ਦਿੰਦੇ ਆ ਵੀ ਬੰਦਾ ਹਰ ਟਾਈਮ ਫੋਨ। ਜਿਹੜਾ ਜਿਹੜਾ ਤਾਂ ਜਾਣ ਬੁੱਝ ਕੇ ਆਪਾਂ ਗਲਤ ਵੀਡੀਓਜ਼ ਬਣਾਉਂਦੇ ਆ ਉਹ ਤਾਂ ਹੈ ਹੀ ਘਟੀਆ ਕੰਮ, ਉਹ ਤਾਂ ਕਰਨਾ ਚਾਹੀਦਾ ਹੀ ਨਹੀਂ। ਉਹ ਤਾਂ ਮੈਂ ਵੀ ਤੁਹਾਡੀ ਮੰਨਦਾ ਗੱਲ ਕਿ ਉਹ ਸਿਰਫ ਵਾਇਰਲ ਹੋਣ ਲਈ ਆ ਉਹ ਚੀਜ਼ਾਂ, ਕੋਈ ਕਿਸ ਦੀ ਬਣਾ ਲਈ ਕੁਛ ਕਰ ਲਿਆ, ਉਹ ਤਾਂ ਗਲਤ ਚੀਜ਼ਾਂ ਤਾਂ ਗਲਤ ਹੀ ਆ। ਪਰ ਜਿਹੜੀ ਆਹ ਆਪਾਂ ਕੁੱਲੜ ਪੀਜ਼ੇ ਵਾਲੇ ਗੱਲ ਕਰਦੇ ਹਾਂ ਉਹ ਤਾਂ ਉਹਨਾਂ ਨਾਲ ਨਾ ਕਿਸੇ ਹੱਦ ਤੱਕ ਤਾਂ ਧੱਕਾ ਵੀ ਹੋਇਆ, ਹੁਣ ਲੋਕਾਂ ਨੂੰ ਛੱਡ ਦੇਣਾ ਚਾਹੀਦਾ ਉਹ।
ਹੁਣ ਉਹ ਚੀਜ਼ 'ਤੇ ਕਾਂਟਾ ਮਾਰ ਦੇਣਾ ਚਾਹੀਦਾ, ਚਲੋ ਠੀਕ ਆ ਜੋ, ਬਟ ਹਜੇ ਵੀ ਤੁਸੀਂ ਉਹਦੇ ਕਮੈਂਟ ਪੜੋਂਗੇ 2500 ਕਮੈਂਟ ਹੁੰਦਾ, ਵਿੱਚੋਂ 2400 'ਚ ਗਾਲਾਂ ਹੁੰਦੀਆਂ। ਵੈਸੇ ਉਹ ਜੇ ਕਿਤੇ ਹਜੇ ਰੁਕ ਜਾਂਦੇ ਨਾ ਥੋੜ੍ਹਾ ਟਾਈਮ, ਥੋੜ੍ਹਾ ਟਾਈਮ ਰੁਕ ਕੇ ਇੱਕ ਪੰਜਾਬੀ ਸੂਟ 'ਚ ਬਣਾਉਣ, ਉਹ ਜਿਵੇਂ ਸਲੀਵਲੈਸ 'ਚ ਬਣਾਉਣ ਲੱਗ ਗਏ, ਕੁਛ ਚੀਜ਼ਾਂ 'ਤੇ ਉਹ ਥੋੜ੍ਹਾ ਜਿਹਾ ਹੈਗੇ ਆ ਗਲਤ, ਵੀ ਇਹ ਚੀਜ਼ਾਂ ਨਾ ਬਣਾਉਣ, ਸਿੰਪਲ ਵੀਡੀਓ ਬਣਾ ਲੈਣ। ਨਹੀਂ ਪਰ ਕੁੜੀਆਂ ਹੋਰ ਵੀ ਨੇ ਪਿੱਛੇ, ਜੇ ਇੱਕ ਕੁੜੀ ਹੋਰ ਵੀ ਆਈ, ਮਤਲਬ ਇੱਦਾਂ ਵੀਡੀਓ ਵਾਇਰਲ ਹੋ ਰਹੀਆਂ ਨੇ, ਲੋਕ ਐਡਮਿਟ ਵੀ ਕਰ ਰਹੇ ਆ ਕਿ ਸਾਡੀ ਮਰਜ਼ੀ ਦੇ ਨਾਲ ਇਹ ਚੀਜ਼ਾਂ ਹੋਈਆਂ ਨੇ, ਮੈਂ ਉਹਨੂੰ ਅਲਾਓ ਕੀਤਾ। ਤੁਸੀਂ ਇੱਕ ਸਮਝਦਾਰ ਹੋ, ਤੁਸੀਂ ਮਤਲਬ ਤੁਹਾਡੀ ਮਤਲਬ ਇਸ ਦੁਨੀਆਂ ਨੂੰ ਤੁਸੀਂ ਦੇਖਿਆ, ਤੁਸੀਂ ਕੀ ਇਸ ਚੀਜ਼ ਬਾਰੇ ਸਮਝਦੇ ਹੋ ਕਿ ਜਿਵੇਂ ਤੁਹਾਡੀ ਇੱਕ ਨੇਚਰ ਬਣਾਈ ਹੋਈ ਆ ਕਿ ਅਸੀਂ ਇੱਥੋਂ ਤੱਕ ਦਾਇਰੇ ਨੂੰ ਰੱਖਣਾ, ਫਿਰ ਤੁਹਾਡੇ ਮਨ ਦੇ ਵਿੱਚ ਨਹੀਂ ਆਉਂਦਾ ਕਿ ਲੋਕ ਪਤਾ ਨਹੀਂ ਕਿਹਦਾ ਕੀ ਬਣਾ ਦੇਣ? ਭਾਈ ਦੇਖੋ, ਜੇ ਕਿਸੇ ਨੇ ਮੈਥੀ ਲਿਆ ਕਿ ਇਹਨਾਂ ਨੂੰ ਬਦਨਾਮ ਕਰਨਾ, ਭਾਅ ਜੀ ਆਹ ਧੋਣ ਲਾ ਕੇ ਨਾ ਦੂਜੀ ਧੋਣ ਵੀ ਲੱਗ ਜਾਂਦੀ ਆ, ਜੇ ਕਿਸੇ ਦੀ ਜੋੜ ਕੇ ਬਣਾਉਣੀ ਆ। ਪਰ ਜਿਨ੍ਹਾਂ ਦੀ ਤੁਸੀਂ ਇੱਕ ਹੋਰ ਗੱਲ ਕਰਦੇ ਹੋ, ਵਾਇਰਲ ਹੋਈ ਸੀ ਕੁੜੀ ਦੀ ਇੱਕ ਦੀ ਵੀਡੀਓ, ਉਹ ਤਾਂ ਕੁੱਲੜ ਪੀਜੇ ਉਹਨਾਂ ਨਾਲੋਂ ਵੀ ਵੱਧ ਬੇਵਕੂਫੀ ਆ, ਤੂੰ ਤਾਂ ਵਿਆਹੀ ਵੀ ਨਹੀਂ ਹੋਈ, ਮੁੰਡਾ ਵੀ ਬਗਾਨਾ ਵਾ ਮੇਰੀ, ਉਹਦੇ ਨਾਲ ਵੀ ਗੱਲ ਹੋਈ ਸੀ। ਅੱਛਾ, ਮੈਂ ਉਹਨੂੰ ਵੀ ਮੈਸੇਜ, ਹਜੇ ਵੀ ਮੇਰੇ ਫੋਨ 'ਚ ਮੈਸੇਜ ਆ ਗਿਆ, ਮੈਂ ਕਿਹਾ ਵੀ ਆ ਤੂੰ ਗਲਤ ਬਹੁਤ ਕਰ ਬੈਠੀ, ਪਰ ਮੈਨੂੰ ਇਹ ਸੀ ਗਲਤ ਕਦਮ ਨਾ ਚੱਕ ਲਏ ਕੋਈ ਬੱਚਾ। ਦੇਖੋ ਜੀ, ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ। ਨਹੀਂ ਪਰ ਇਹੀ ਗਲਤੀ ਕਿਉਂ ਹੁੰਦੀ ਹੈ? ਗਲਤੀ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਬੰਦਾ ਆਪਣੇ ਬਿਜ਼ਨਸ 'ਚ ਗਲਤੀ ਕਰਦਾ, ਪਰ ਇਹ ਪ੍ਰਾਈਵੇਟ ਚੀਜ਼ਾਂ 'ਚ ਹੀ ਗਲਤੀ ਮੁੜ ਕੇ ਇਹ ਐਡਮਿਟ ਕਰ ਲੈਣਾ? ਸਭ ਤੋਂ ਪਹਿਲੀ ਗੱਲ ਤਾਂ ਭਾਅ ਜੀ, 17-18 ਸਾਲ ਦੀ ਉਮਰ ਦੇ ਵਿੱਚ ਉਹ ਆਹ ਲਾਈਨ 'ਚ ਆ ਗਏ, 19ਵਾਂ ਸਾਲ ਅਜੇ ਉਹਨੂੰ ਲੱਗਿਆ ਨਹੀਂ, ਉਹਨੂੰ ਇਹ ਨਹੀਂ ਪਤਾ ਮੇਰਾ ਚੰਗਾ ਕੀ ਆ, ਉਹਨੂੰ ਇਹ ਨਹੀਂ ਪਤਾ ਮੇਰਾ ਮਾੜਾ ਕੀ ਆ। ਅਸੀਂ ਬੱਚਿਆਂ ਨੂੰ ਗਾਈਡ ਕਰਦੇ ਰਹਿੰਦੇ ਹਾਂ, ਠੀਕ ਹੈ, ਪੁੱਤ ਆਹ ਚੀਜ਼ ਨਹੀਂ ਕਰਨੀ। ਅੱਜ ਉਹਨੂੰ ਗਾਈਡ ਕਰਨ ਵਾਲਾ ਕੋਈ ਨਹੀਂ, ਇਕੱਲੀ ਚੰਡੀਗੜ੍ਹ ਰਹਿ ਰਹੀ ਸੀ, ਠੀਕ ਹੈ, ਕੋਈ ਗਾਈਡ ਕਰਨ ਵਾਲਾ ਹੋਵੇ ਨਾ ਬੱਚਿਆਂ ਨੂੰ। ਨਹੀਂ ਪਰ ਚਲੋ ਜੇ ਗੱਲ ਚੱਲੀ ਪਈ ਹੈ ਚੰਡੀਗੜ੍ਹ ਦੀ, ਤਾਂ ਉੱਥੇ ਅਸੀਂ ਦੇਖਦੇ ਹਾਂ, ਮੈਂ ਕੱਲ੍ਹ ਮੇਰੇ ਦੋਸਤ ਨੇ ਮੈਨੂੰ ਇੱਕ ਵੀਡੀਓ ਭੇਜੀ ਆ, ਤਾਂ ਇੱਕ ਜਵਾਨ ਕੁੜੀ ਉੱਥੇ ਦਾਰੂ ਪੀ ਕੇ ਡਿੱਗੀ ਹੋਈ ਆ। ਤਾਂ ਮਤਲਬ ਉੱਦਾਂ ਦੀਆਂ ਚੀਜ਼ਾਂ ਜਦੋਂ ਤੁਸੀਂ ਦੇਖਦੇ ਹੋ, ਕੀ ਲੱਗਦਾ ਹੈਗਾ ਕਿ ਜਿਹੜਾ ਸਾਡਾ ਪੰਜਾਬ ਆ, ਜਿੱਥੇ ਸਾਰੇ ਸਮਝਦਾਰ ਨੇ ਲੋਕ, ਹਨ, ਉੱਥੇ ਕਿਹੜੇ ਪਾਸੇ ਨੂੰ ਆਪਾਂ ਜਾ ਰਹੇ? ਇੱਕ ਬੰਦਾ ਨਾ, ਕੁੜੀਆਂ ਦਾਰੂ ਪੀ ਕੇ ਉਹ ਡਿੱਗ ਰਹੀਆਂ ਨੇ, ਅਤੇ ਚਾਰ ਮੁੰਡੇ ਨੂੰ ਚੱਕ ਰਹੇ ਆ, ਉਹਨੂੰ ਗੱਡੀ 'ਚ ਪਾ ਰਹੇ ਆ, ਵੀਡੀਓ ਹੈ ਪ੍ਰੋਪਰ। ਚੰਡੀਗੜ੍ਹ ਮੁੰਬਈ ਬੰਦਾ ਜਾ ਰਿਹਾ ਜੀ ਹੌਲੀ ਹੌਲੀ, ਲੋਕਾਂ ਦਾ ਦਿਮਾਗ ਹਿੱਲਣਾ ਸ਼ੁਰੂ ਹੋ ਚੁੱਕਿਆ ਸੋਸ਼ਲ ਮੀਡੀਆ 'ਤੇ ਜੋ ਚੀਜ਼ਾਂ ਦੇਖਦੇ ਆ, ਜੋ ਚੀਜ਼ਾਂ ਉਹ ਦੇਖਦੇ ਆ ਹੌਲੀ 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 ਉੱਧਰਲੇ ਪਾਸੇ ਵਾਲਾ ਦੇਖਦੇ ਆ। ਕੁਛ ਮਾਂ ਪਿਓ ਦੇ ਵੀ ਮੇਰੇ ਖਿਆਲ ਹੱਥ 'ਚ ਹੋਣਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਰੋਕੀਏ, ਉਹਨਾਂ ਨੂੰ ਪਤਾ ਨਹੀਂ ਕਿਤੇ ਉਹਦੀ ਮਾਂ ਨੂੰ ਜਾਂ ਪਿਓ ਨੂੰ ਰਾਤ ਨੂੰ ਘਰੇ ਟੈਟ ਹੋ ਕੇ ਆਉਂਦੀ ਪਈ ਆ, ਕਿਉਂਕਿ ਮਾਂ ਵੀ ਇੱਕ ਦੋ ਵਾਰੀ, ਮੇਰੇ ਖਿਆਲ ਇਹ ਵੀ ਬਹੁਤ ਵੱਡਾ ਮੇਰੇ ਖਿਆਲ ਹੈਗਾ ਵੀ ਜਦੋਂ ਪਹਿਲਾਂ, ਸ਼ਾਇਦ ਆਪਾਂ ਜੇ ਗੱਲ ਕਰੀਏ ਨਾ, ਕਈ ਵਾਰੀ ਪਹਿਲਾਂ ਕੁੜੀਆਂ ਤੋਂ ਫੋਨ ਫੜੇ ਜਾਂਦੇ ਸੀ ਤਾਂ ਮਾਂ ਨੇ ਫਿਰ ਪਰਦਾ ਪਾਉਣਾ, ਅਤੇ ਮੈਨੂੰ ਲੱਗਦੀ ਉਹੀ ਲੋਕ ਨੇ ਜਿਹੜੇ ਬਾਅਦ ਵਿੱਚ ਜਿਨ੍ਹਾਂ ਦੇ ਰੌਲੇ ਪੈਂਦੇ ਨੇ, ਕਿਉਂਕਿ ਜੇ ਆਪਾਂ ਕੰਨ 'ਤੇ ਚਪੇੜ ਲਾ ਦਈਏ ਕਦੇ ਤਾਂ ਮੈਨੂੰ ਲੱਗਦਾ ਨਾ। ਤੁਹਾਨੂੰ ਦੱਸੀ ਤਾਂ ਹੁਣ ਕੀ ਗੱਲ ਹੋਈ ਸੀ ਪਹਿਲਾਂ ਸਾਡੀ ਕਿ ਇਹ ਥੋੜ੍ਹੇ ਝੂਠ ਬਰਦਾਸ਼ਤ ਨਹੀਂ ਕਰਦੇ, ਬੋਲ ਪੈਂਦੇ। ਮੈਂ ਤਾਂ ਕਹਿ ਦਿੰਦਾ ਹੁੰਦਾ ਇਹ ਜੇ ਲੁਕੋਵੇ ਵੀ ਤਾਂ ਇਹਨੂੰ ਪਤਾ ਵੀ ਇੱਧਰੋਂ ਵੀ ਗਾਲਾਂ ਬਹੁਤ ਪੈਣਗੀਆਂ। ਅੱਛਾ, ਵੇਖਣ 'ਚ ਨਹੀਂ ਲੱਗਦੇ, ਕੱਢ ਲੈਂਦੇ ਹੋ ਕਦੇ ਕਦੇ? ਨਹੀਂ, ਜਿੱਥੇ ਦੇਖੋ ਭਾਜੀ, ਇੱਕ ਮੈਨੂੰ ਝੂਠ ਨਹੀਂ ਬਰਦਾਸ਼ਤ, ਅਤੇ ਘਾਪ ਝੂਠ ਨਹੀਂ ਬੋਲਣਾ, ਠੀਕ ਹੈ। ਇਹ ਦੋ ਚੀਜ਼ਾਂ ਤੋਂ ਨਫ਼ਰਤ ਆ ਵੀ ਨਾ ਬੋਲਣਾ ਅਤੇ ਨਾ ਸਾਹਮਣੇ ਵਾਲਾ, ਜਿੰਨੀ ਚਿਰ ਐਨ ਮੈਂ ਬਾਲ ਦੀ ਖੱਲ ਨਹੀਂ ਲਾਹ ਦਿੰਦਾ ਵੀ ਤੂੰ ਇੱਥੇ ਗਲਤ ਆ, ਜੇ ਉਹ ਕਹੂੰ ਨਹੀਂ ਮੈਂ ਇੱਥੇ ਸਹੀ ਹਾਂ, ਮੈਂ ਉਹ ਵੀ ਪਰੂਫ ਕੱਢ ਦੇਣਾ ਵੀ ਇੱਥੇ ਗਲਤ ਆ। ਯਾਨੀ ਕਿ ਮਾਂ ਪਿਓ ਬੱਚਿਆਂ ਦਾ ਖਿਆਲ ਰੱਖਣ ਜੀ, ਠੀਕ ਹੈ, ਜਿਸ ਹਿਸਾਬ ਨਾਲ ਇਕੱਲਾ ਇਕੱਲਾ ਬੱਚਾ ਹੁੰਦਾ ਲਾਡ ਬਾਹਲਾ ਕਰ ਲੈਂਦੇ ਆ, ਵਿਗਾੜ ਬਾਹਲਾ ਲੈਂਦੇ ਆ, ਠੀਕ ਹੈ। ਸੈਮ ਹੁਣ ਤੱਕ ਵੀ ਤੁਹਾਨੂੰ ਮੈਂ ਦੱਸੀ ਜਾਂਦਾ, ਪੁੱਛ ਕੇ ਕੰਮ ਕਰਦਾ, ਆਹ ਚੀਜ਼ ਲੈ ਲਾਂ, ਆਹ ਚੀਜ਼ ਕਰ ਲਾਂ, ਹੁਣ ਤੱਕ ਵੀ ਐਂ ਕਰਦਾ। ਨਹੀਂ, ਇੱਕ ਨਾ ਹੋਰ ਬਹੁਤ ਆ, ਜਿੱਦਾਂ ਪ੍ਰੈਗਨੈਂਸੀ ਦੀਆਂ ਵੀ ਵੀਡੀਓ ਜਾਂ ਐਕਟਰਸ ਪਾਉਂਦੇ ਸੀ, ਤਾਂ ਹੁਣ ਸਾਡੇ ਪੰਜਾਬ ਦੇ ਵਿੱਚ ਵੀ ਉਹ ਕਲਚਰ ਆ ਗਿਆ, ਹੈ ਨਾ, ਵੀ ਵਿਆਹ ਹੁੰਦਾ। ਪਹਿਲਾਂ ਲੋਕ ਇਹਨਾਂ ਚੀਜ਼ਾਂ ਨੂੰ ਤਾਂ ਬਹੁਤ ਮੰਨਦੇ ਸੀ ਵੀ ਨਿੱਜੀ ਚੀਜ਼ਾਂ ਨੇ, ਬੱਚਾ ਹੋਣਾ ਰੱਬ ਦੀ ਦਾਤ ਆ, ਹੈ ਨਾ। ਪਹਿਲਾਂ ਲੋਕ ਅੱਗੇ ਫੋਟੋ ਲਾਉਂਦੇ ਹੁੰਦੇ ਸੀ ਘਰੇ, ਤੁਸੀਂ ਮਤਲਬ ਤਸਵੀਰ ਲਾਉਂਦੇ ਹੁੰਦੇ ਬੱਚੇ ਦੀ, ਲਾ ਦਿੰਦੇ, ਉਹ ਸ਼ੂਟ ਹੁੰਦਾ, ਮੈਨੂੰ ਉਹਨੂੰ ਪ੍ਰੈਗਨੈਂਸੀ ਸ਼ੂਟ ਤੱਕ ਹੋਣ ਲੱਗ ਪਏ।
ਚੱਲ ਰਿਹਾ ਜੀ ਹੁਣ ਤੁਹਾਨੂੰ ਦੱਸੀ ਜਾਂਦਾ ਚੱਲਦੀ ਪਈ ਹੈ ਨਾ, ਜਿਵੇਂ ਹੁਣ ਪਹਿਲਾਂ ਫੋਨ ਵੀ ਨਹੀਂ ਹੁੰਦੇ ਸੀ ਭਾਜੀ, ਤੁਸੀਂ ਮੁੰਬਈ 'ਚ ਜੋ ਕੁਛ ਹੁੰਦਾ ਸੀਗਾ ਆਪਾਂ ਨੂੰ ਅਖਬਾਰ ਰਾਹੀਂ ਦੂਜੇ ਤੀਜੇ ਦਿਨ ਮਾੜਾ ਮੋਟਾ ਜਿਹਾ ਦਿਖਾਉਂਦੇ, ਕਿੰਨਾ ਕੁ ਦਿਖਾ ਦੇਣਗੇ। ਸੋਸ਼ਲ ਮੀਡੀਆ ਆ ਗਿਆ, ਫੋਨ ਆ ਗਿਆ, ਐਂਡਰਾਇਡ ਆ ਗਏ, ਦੂਜੇ ਆ ਗਏ, ਉੱਥੇ ਜੋ ਚੱਲ ਰਿਹਾ ਉਹ ਸ਼ੂਟ ਦੀਆਂ, ਪਹਿਲਾਂ ਤਾਂ ਚੱਲਦੇ ਫੋਰਨ ਦੇ ਵਿੱਚ ਪ੍ਰੈਗਨੈਂਸੀ ਸ਼ੂਟ ਨਾ। ਅਸੀਂ ਪਿੱਛੇ ਜੇ ਕੀਤਾ 4-5 ਸਾਲ ਪਹਿਲਾਂ ਮੇਰੀ ਦੁਕਾਨ 'ਤੇ ਜਗਰਾਊਂ ਹੋਇਆ, ਠੀਕ ਹੈ, 5 ਸਾਲ ਤੋਂ ਪਹਿਲਾਂ ਦੀ ਗੱਲ ਆ। ਮੈਂ ਹੈਰਾਨ ਰਹਿ ਗਿਆ ਯਾਰ ਵੀ ਅਗਲਾ ਇੱਦਾਂ ਹੱਥ ਜਿਹਾ ਰੱਖ ਕੇ ਫੋਟੋ ਖਿਚਾਉਣੀ, ਪਰ ਹੁਣ ਆਮ ਹੋਇਆ ਪਿਆ। ਮੇਰੇ ਬੇਟੇ ਨੇ ਹੀ ਹੁਣ ਖਿਚਾਈ ਵੀ ਇੱਦਾਂ ਹੀ ਸਾਰੇ ਖੜ੍ਹੇ ਆ। ਨਹੀਂ ਉਹਨਾਂ ਨੇ ਕਿਹਾ ਫਿਰ ਆਪਾਂ ਜੇ ਆਪਾਂ ਲੋਕਾਂ ਦੀ ਗੱਲ ਕਰ ਦੱਸੀ ਆ ਨਾ ਭਾਜੀ ਕਿ ਮੈਂ ਨੈਰੋ ਮਾਈਂਡਡ ਨਹੀਂ ਹੈਗਾ ਗਾ, ਸਾਰਿਆਂ ਨੂੰ ਪਤਾ ਉਹ ਪ੍ਰੈਗਨੈਂਟ ਆ, ਸਾਡੇ ਵਲੋਗ 'ਚ ਪਤਾ ਲੱਗਦਾ ਪਿਆ, ਲੋਕ ਪੁੱਛਦੇ ਪਏ ਮੋਟੀ ਹੋ ਗਈ ਇਹ ਵੋ, ਪਤਾ ਪ੍ਰੈਗਨੈਂਟ ਆ। ਅਸੀਂ ਇੱਕ ਸੌਂਗ ਬਣਾਇਆ ਸੀ, ਸੌਂਗ ਦੇ ਵਿੱਚ ਇੱਦਾਂ ਖੜ੍ਹੇ ਸੀਗੇ ਨਾਲ, ਇੱਦਾਂ ਫੋਟੋ ਹੋਈ ਸਾਡੀ, ਹੁਣ ਸਾਰਿਆਂ ਨੂੰ ਪਤਾ ਹੀ ਆ ਪ੍ਰੈਗਨੈਂਟ ਆ, ਪੇਟ ਵੀ ਦਿਖੀ ਜਾਂਦਾ ਪ੍ਰੈਗਨੈਂਟ ਆ। ਨਹੀਂ ਪਰ ਆਖਰੀ ਸਵਾਲ ਆ ਵੀ ਜਦੋਂ ਮਤਲਬ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਨਾ, ਅਤੇ ਕੱਲ੍ਹ ਨੂੰ ਤੁਸੀਂ ਮਨ ਦੇ ਵਿੱਚ ਇਹ ਆ ਵੀ ਬਹੁਤ ਸਾਰੇ ਜਿਹੜੇ ਹੁੰਦੇ ਆ ਨਾ, ਅਕਸਰ ਅਸੀਂ ਸੋਚਦੇ ਹਾਂ ਲੇਡੀਜ਼ ਖਾਸ ਕਰਕੇ ਵੀ ਜਦੋਂ ਪਹਿਲਾ ਬੱਚਾ ਹੋਵੇ ਮੁੰਡਾ ਹੀ ਹੋਣਾ ਚਾਹੀਦਾ, ਤਾਂ ਉਸ ਚੀਜ਼ ਲਈ ਤੁਸੀਂ ਮਤਲਬ ਇੱਕ ਲੋਕਾਂ ਨੂੰ ਵੀ ਆਪਾਂ ਇਹ ਮੈਸੇਜ ਹੀ ਆ ਲਾਸਟ ਦੇ ਵਿੱਚ ਵੀ ਕੀ ਉਹ ਸੋਚ ਨੂੰ ਤੁਸੀਂ ਕੀ ਕਹੋਗੇ ਵੀ ਤੁਹਾਡੇ ਮਨ ਦੇ ਵਿੱਚ ਕੀ? ਤੇਰਾ ਭਾਣਾ ਮਿੱਠਾ ਲੱਗੇ, ਜੋ ਜੀ ਆਉਂਦਾ ਜੀ। ਤੁਸੀਂ ਹੁਣ ਤੁਸੀਂ ਹੈਰਾਨ ਹੋਵੋਗੇ, ਮੇਰੇ ਬ੍ਰਦਰ ਦੇ 3 ਕੁੜੀਆਂ ਜੀ, ਮੇਰੀ ਸਿਸਟਰ ਦੇ 2 ਕੁੜੀਆਂ ਜੀ, ਉਸ ਤੋਂ ਛੋਟੇ ਦੇ 2 ਕੁੜੀਆਂ ਜੀ, ਸਾਡੇ ਘਰੇ ਕੱਲਾ ਸੈਮ ਹੀ ਮੁੰਡਾ, ਤੇ ਹੁਣ ਵੀ ਕੁੜੀ ਆ ਜੂਗੀ ਜੀ ਸਦਕੇ ਜੀ, ਜਿਵੇਂ ਪਰਮੇਸ਼ਰ ਦੀ ਮੋਹ। ਸਾਨੂੰ ਇਹ ਆ ਕਿ ਬੱਚਾ ਜੋ ਮਰਜ਼ੀ ਹੋਵੇ, ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਸਹੀ ਸਲਾਮਤ ਹੋ ਜਾਵੇ ਬਸ, ਇਹ ਨਹੀਂ ਹੈ ਕਿ ਮੁੰਡਾ ਹੀ ਹੋਵੇ, ਬਿਲਕੁਲ ਨਹੀਂ। ਅੱਛਾ ਇਸ ਚੀਜ਼ ਲਈ ਪਹਿਲਾਂ ਕਈ ਵਾਰ ਨਾ ਲੇਡੀਜ਼ ਹੁੰਦੀਆਂ ਜਿਹੜੀਆਂ ਸੱਸਾਂ ਉਹ ਮਤਲਬ ਟੇਡੀਆਂ ਜਿਹੀਆਂ ਗੱਲਾਂ ਕਰਨ ਲੱਗ ਪੈਂਦੀਆਂ ਹੁੰਦੀਆਂ। ਮੈਂ ਸੱਸ ਨਹੀਂ ਹੈਗੀ, ਮੈਂ ਮੰਮੀ ਆ ਹੁੰਦੀ। ਅੱਛਾ ਮੈਂ ਆਪਣੇ ਆਪ ਨੂੰ ਕਦੇ ਸਪੀਚ ਸੁਣੀ, ਉਹਨਾਂ ਨੇ ਸਪੀਚ ਦਿੱਤੀ ਵੀ ਆ, ਬੜੀ ਸੋਹਣੀ ਸਪੀਚ ਆ, ਉਹਨੇ ਸਾਫ਼ ਕਿਹਾ ਕਹਿੰਦੀ ਇਹ ਮੇਰੀ ਸੱਸ ਨਹੀਂ ਇਹ ਮੇਰੀ ਮਾਂ। ਭਾਜੀ ਟੱਚਵੁੱਡ ਆ ਜੀ, ਅੱਜ ਤੱਕ ਇਹਨਾਂ ਦੀ ਕਦੀ ਬਹਿਸ ਵੀ ਨਹੀਂ ਹੋਈ, ਅਤੇ ਮੈਂ ਇਹਨੂੰ ਇਹ ਵੀ ਕਿਹਾ ਹੋਇਆ ਤੂੰ ਕਦੀ ਬਹਿਸੀ ਵੀ ਨਾ, ਵੀ ਤੇਰੀ ਇੰਨੀ ਰਿਸਪੈਕਟ ਕਰਦੀ ਆ, ਤੂੰ ਉਹਦੀ ਕਰਦੀ ਆ, ਮੈਂ ਹੈਗਾ ਲੜਨ ਨੂੰ, ਮੈਂ ਬੋਲ ਪੈਣਾ ਜਿੱਥੇ ਬੋਲਣਾ। ਮਤਲਬ ਮੈਨੂੰ ਰੀਤ ਇੱਥੇ ਗਲਤ ਲੱਗਦੀ, ਰੀਤ ਤੂੰ ਇੱਥੇ ਗਲਤ ਆ। ਥੋੜ੍ਹੀ ਦੇਰ ਉਹਨਾਂ ਨੂੰ ਗੁੱਸਾ ਲੱਗਦਾ, ਬਾਅਦ 'ਚੋਂ 2-3 ਦਿਨ 4 ਦਿਨ ਬਾਅਦ ਰਾਤੀ ਸਾਡੇ ਕੋਲ ਆਉਂਦੇ ਆ, ਪਾਪਾ ਤੁਸੀਂ ਸਹੀ ਸੀ।